ਜਦੋਂ ਅਸੀਂ ਕੈਨੇਡਾ ਗਿਆ ਮੈਂ ਉਦੋਂ ਹੀ ਮੇਰੇ ਪਿਤਾ ਜੀ ਨੇ ਵੀ ਇਹ ਕਿਹਾ ਸੀ ਵੀ ਕਾਕਾ ਆਪਾਂ ਉੱਥੇ ਪੱਕੇ ਰਹਿਣਾ ਨਹੀਂ। ਉਹੀ ਚੀਜ਼ ਰੱਖੀ ਅੱਜ ਤੱਕ ਵੀ, ਫਿਰ ਸਿਟੀਜ਼ਨਸ਼ਿਪ ਲਈ ਨਹੀਂ ਅਸੀਂ, ਇੰਡੀਅਨ ਪਾਸਪੋਰਟ ਹੀ ਰੱਖੇ ਪਰਿਵਾਰ ਨੇ। ਮੇਰਾ ਵੀ ਮਨ 'ਚ ਸੀਗਾ ਵੀ ਨਹੀਂ, ਉੱਥੇ ਜਦੋਂ ਚਾਰ ਛਿੱਲੜ ਜੁੜ ਗਏ ਸਾਰਾ ਠੀਕ ਸੈੱਟ ਹੋ ਗਿਆ ਕੰਮ, ਫਿਰ ਵਾਪਸ ਆ ਜਾਣਾ ਆਪਦੀ ਜਨਮ ਭੂਮੀ 'ਤੇ। ਪਿਤਾ ਜੀ ਨੇ ਪੈਸੇ ਇਕੱਠੇ ਕਰਕੇ ਵੈਜੂ ਲੈ ਕੇ ਜੋ ਇਕੱਠੇ ਕਰਕੇ ਲੁਧਿਆਣੇ ਜਾ ਕੇ, ਅਤੇ ਅਸੀਂ ਬੈਂਕ 'ਚੋਂ ਕਨਵਰਟ ਕਰਵਾਏ ਅਤੇ $58 ਬਣੇ ਸਾਰੇ ਉਹਦੇ, ਅਤੇ ਚਲੋ ਲੈ ਕੇ ਚੜ੍ਹ ਗਏ ਵੈਨਕੂਵਰ ਜਾ ਉਤਰੇ। ਪਰ ਉੱਥੇ ਜਾ ਕੇ ਸਭ ਕੁਛ ਬਣਾਇਆ $58 ਤੋਂ, ਜਿਵੇਂ $58 ਤਾਂ ਵੀ ਪਹੁੰਚੇ, ਜ਼ਿਆਦਾ ਵੀ ਪਹੁੰਚੇ ਸ਼ਾਇਦ। ਜੇ ਮੈਂ ਅੱਜ ਵੀ ਹੁਣ ਮੈਂ ਕੰਮ ਨਾ ਕਰਾਂ, ਮੇਰੇ ਖਾਣ ਜੋਗੇ ਪੈਸੇ ਹੈਗੇ ਆ। ਇੱਥੇ ਆ ਕੇ ਅਸੀਂ ਮੇਨਲੀ ਫੂਡ ਪ੍ਰੋਸੈਸਿੰਗ ਦਾ ਸ਼ੁਰੂ ਕੀਤਾ ਜੀ। ਕਿਸਾਨ ਦੇ ਖੇਤ 'ਚੋਂ ਮਤਲਬ ਕੱਚਾ ਮਟੀਰੀਅਲ ਚੱਕਣਾ, ਟਮਾਟਰ, ਮਿਰਚ, ਹਰੀ ਮਿਰਚ, ਲਾਲ ਮਿਰਚ, ਲਸਣ ਜੋ ਵੀ ਹੈ, ਉਹਨੂੰ ਫੈਕਟਰੀ ਦੇ ਵਿੱਚ ਉਹਦਾ ਸਮਾਨ ਬਣਾਉਣਾ। ਮਤਲਬ ਬਾਹਰਲੇ ਮੁਲਕਾਂ 'ਚ ਤਾਂ ਆਮ ਉਹਦੇ ਟ੍ਰੈਂਡ ਹੈਗਾ ਵੀ ਚੀਜ਼ ਬਣੀ ਬਣਾਈ ਲਿਆਓ, ਹੈ ਨਾ। ਉਹ ਚੀਜ਼ਾਂ ਜਿਹੜੀ ਅਸੀਂ ਇੱਥੇ ਤਿਆਰ ਕਰਦੇ ਹਾਂ। ਸਾਡਾ ਇੱਥੇ ਹੁਣ ਰੈਸਟੋਰੈਂਟ ਵੀ ਹੈ, ਇਹਦੇ 'ਚ ਹੁਣ ਮਤਲਬ 20-50 ਬੰਦੇ ਇਹਦੇ ਨਾਲ ਜੁੜੇ ਹੋਏ ਨੇ। ਸਾਡਾ ਸੀਡ ਫੈਕਟਰੀ ਹੈ, ਉਹ 'ਚ 150 ਬੰਦਾ ਕੰਮ ਕਰਦਾ। ਕਿਸੇ ਦਾ 7 ਸਾਲ ਨਹੀਂ ਵੀਜ਼ਾ ਆਉਂਦਾ ਸੀ, ਕਿਸੇ ਦਾ 5 ਸਾਲ ਨਹੀਂ ਆਉਂਦਾ, ਕਿਸੇ ਦਾ 3 ਸਾਲ ਨਹੀਂ ਆਉਂਦਾ, ਫਿਰ ਜਾ ਕੇ ਵੀਜ਼ਾ ਆਉਂਦਾ ਸੀ, ਫਿਰ ਜਾ ਕੇ ਬੰਦਾ ਉੱਥੇ ਪਹੁੰਚਦਾ। ਅਤੇ ਅੱਜ ਕੱਲ੍ਹ ਤਾਂ ਸੌਖਾ ਹੀ ਬਹੁਤ ਹੈ, ਫਿਰ ਵੀ ਜਿਹੜੇ ਬੱਚੇ ਸਟੂਡੈਂਟ ਜਾਂਦੇ ਨੇ ਉਹਨਾਂ ਨੂੰ ਇੱਕ ਦਿਨ ਉੱਥੇ ਔਖਾ ਕੱਟਣਾ ਪੈ ਜਾਵੇ, ਚੀਕਾਂ ਮਾਰਦੇ ਨੇ, ਅਸੀਂ ਆਏ ਹੋ ਗਏ, ਆਏ ਹੋ ਗਏ, ਪਰ ਅਸੀਂ ਚੀਕਾਂ ਨਹੀਂ ਮਾਰਦੇ ਸੀ, ਚੀਕਾਂ ਸਰਵਾਈਵ ਕਰਦੇ ਸੀ। ਪਰ ਉੱਥੋਂ ਦੇ ਹਾਲਾਤ ਅੱਜ ਕੱਲ੍ਹ ਇਹ ਨੇ ਵੀ ਜਿਹੜਾ ਬੰਦਾ ਸਹਿੰਦਾ ਨਾ ਜਾਵੇ, ਜਿਹੜਾ ਬੰਦਾ ਮਾਤੜ ਕੋਈ ਜਿਹਦਾ ਨਹੀਂ ਇੱਥੇ ਹਾਲਾਤ ਮਾੜੇ ਨਹੀਂ ਕਰਦੇ, ਜੇ ਉਹਦਾ ਚਾਂਸ ਬਣਦਾ ਉਹ ਜ਼ਰੂਰ ਜਾਵੇ, ਪਰ ਉਹ ਜਾਵੇ ਕਿੱਥੇ ਇਸ ਚੀਜ਼ ਦਾ ਉਹਨੂੰ ਵਿਚਾਰ ਕਰਨਾ ਚਾਹੀਦਾ। ਕੁੜੀਆਂ ਦਾ ਮਿਸਯੂਜ਼ ਬਹੁਤ ਹੋ ਰਿਹਾ ਉੱਥੇ, ਸਾਡੇ ਆਪਦੇ ਦੇਖਣ ਦੀ ਗੱਲ ਹੈ, ਯਾਨੀ ਬਹੁਤ ਸਾਰੇ ਕੇਸ ਇੱਦਾਂ ਦੇ ਆ ਵੀ ਜਿਹਦੇ ਵਿੱਚ ਕੁੜੀਆਂ ਨੂੰ ਬੱਚੇ ਵੀ ਹੋ ਜਾਂਦੇ ਆ, ਬੱਚੇ ਅਬੋਰਸ਼ਨ ਕੀਤੇ ਜਾਂਦੇ ਧੱਕੇ ਨਾਲ ਬੇਸਮੈਂਟਾਂ ਦੇ ਵਿੱਚ, ਬੱਚੇ ਨੂੰ ਜਨਮ ਦਵਾਇਆ ਗਿਆ, ਉਹ ਬੱਚਾ ਮਾਰ ਕੇ ਨੱਪਿਆ ਗਿਆ, ਉਹ ਸਟੂਡੈਂਟ ਕੁੜੀ ਸੀ, ਨਾ ਬਾਹਰ ਆਉਣ ਤੋਂ, 100 ਚੀਜ਼ਾਂ ਕੀਤੇ, ਉਪਰਾਲੇ ਕੀਤੇ ਗਏ, ਔਰ ਇੱਦਾਂ ਦੇ ਬਹੁਤ ਕੇਸ ਨੇ, ਮਤਲਬ ਹੈਰਾਨੀਜਨਕ ਕੇਸ ਨੇ। ਮਤਲਬ ਕਿਰਾਏ ਨਹੀਂ ਦਿੱਤੇ ਜਾਂਦੇ ਬੱਚਿਆਂ ਤੋਂ, ਫਿਰ ਉੱਥੇ ਮਿਸਯੂਜ਼ ਹੋਣਾ ਕੁਦਰਤੀ ਗੱਲ ਆ। ਜਿਹੜਾ ਬੰਦਾ ਸ਼ਿਕਾਰੀ ਹੈ ਉਹਦਾ ਸ਼ਿਕਾਰ ਕਰਨਾ ਹੀ, ਅਤੇ ਜਿਹੜਾ ਬੰਦਾ ਸ਼ਿਕਾਰ ਹੋ ਰਿਹਾ ਉਹਦੀ ਮਜਬੂਰੀ ਹੈ, ਉਹ ਹੁਣ ਕਰੀ ਤਾਂ ਕਰੇ ਵੀ ਕੀ, ਹੱਲ ਹੈ ਨਹੀਂ ਉਹਦੇ ਕੋਲ, ਹੱਲ ਹੈ ਨਹੀਂ। ਫਿਰ ਬਹੁਤ ਬੱਚੇ ਸੂਸਾਈਡ ਕਰਦੇ ਨੇ, ਪਿੱਛੋਂ ਪ੍ਰੈਸ਼ਰ ਹੈ, ਪਿੱਛੋਂ ਪ੍ਰੈਸ਼ਰ ਹੈ ਵੀ ਤੂੰ ਛੇਤੀ ਪੱਕਾ ਹੋ ਅਤੇ ਕਰਜ਼ਾ ਲਾ। ਅੱਜ ਤਾਂ ਕਹਿੰਦਾ ਵੀ ਨਹੀਂ ਨਹੀਂ, ਉਹ ਚੈਲੰਜਰ ਲੈ ਕੇ ਆਇਆ, ਇਹ ਮੁੰਡਾ ਸਟੂਡੈਂਟ ਆਇਆ ਸੀਗਾ, ਇਹ ਫਲਾਣੀ ਲੈ ਕੇ ਆਇਆ ਤੇ ਮੈਂ ਕਿਉਂ ਨਾ ਲਿਆਵਾਂ, ਚਾਹੇ ਉਹਦੀ ਅਗਲੇ ਮਹੀਨੇ ਕੈਸ਼ ਕਿਹਨੇ ਦਿੱਤੀ ਜਾਵੇ, ਉਹ ਬੈਂਕ ਵਾਲੇ ਫੜ ਕੇ ਲੈ ਜਾਣ। ਇਹ ਵੀ ਹਾਲ ਹੁੰਦੇ ਆ? ਹਾਂ ਹਾਂ, ਇਹ ਆਮ ਹੈ, ਕਈਆਂ ਕੋਲੇ ਤਾਂ ਤੇਲ ਜੋਗੇ ਵੀ ਪੈਸੇ ਨਹੀਂ ਬਣਦੇ। ਜੇ ਹੁਣ ਕਿਸੇ ਸਟੂਡੈਂਟ ਨੂੰ ਗੱਲ ਕੋਈ ਕਹਿ ਦਿਓ, ਉਹ ਤੁਹਾਨੂੰ ਅੱਗੋਂ ਇਹ ਗਲਤ ਸੁਣਨ ਨੂੰ ਗੱਲਾਂ ਕਹਿੰਦੇ ਆ ਵੀ ਤੁਸੀਂ ਭੈਣਾਂ ਨਾਲ ਵਿਆਹ ਕਰਾ ਕੇ ਗਏ ਆ। ਹਾਂ, ਇਹ ਸ਼ਬਦ ਬਹੁਤ ਵਰਤਿਆ। ਹਾਂ, ਜਿਵੇਂ ਹੁਣ ਤੁਸੀਂ ਇੱਥੇ ਬਹਿ ਗੱਲਾਂ ਕਰ ਰਹੇ ਹੋ, ਕਈ ਲੋਕਾਂ ਨੇ ਥੱਲੇ ਕਮੈਂਟ ਕਰਨਾ ਆਪ ਲਾਇਆ 25-26 ਸਾਲ ਮੁੰਡਾ ਸੈੱਟ ਕਰਿਆ, ਹੁਣ ਇੱਥੇ ਬੈਠ ਕੇ ਗਿਆਨ ਘੋਟਦਾ। ਨਹੀਂ, ਉਹਦੇ 'ਚ ਆਪਾਂ ਪਹਿਲਾਂ ਹੀ ਕਲੀਅਰ ਕਰਤਾ ਵੀ ਜਿਹੜਾ ਬੰਦਾ ਲੋੜਵੰਦ ਹੈ ਉਹ ਜ਼ਰੂਰ ਜਾਓ, ਜਿਹੜੇ ਬੰਦੇ ਸਰਦਾ ਹੈ ਉਹ ਉੱਥੇ ਜਾ ਕੇ ਦੁਖੀ ਨਾ ਹੋਵੋ। ਅੱਜ ਵੀ ਰਹਿੰਦੇ ਨੇ ਸਾਡੇ ਕੋਲ ਬੱਚੇ, ਗਾਂਹ ਦੀ ਗਾਂਹ 2-4 ਹਫ਼ਤੇ ਲਈ ਬੱਚੇ ਵੀ ਆਉਂਦੇ ਨੇ ਸਾਡੇ ਕੋਲ, ਅਸੀਂ ਕਦੇ ਉਹਨਾਂ ਤੋਂ ਕੋਈ ਪੈਸਾ ਨਹੀਂ ਲਿਆ। ਇੱਕ ਫਲੋ ਬਣਿਆ ਵਾ, ਸਿਸਟਮ ਬਣਿਆ ਵਾ ਗਵਰਨਮੈਂਟ, ਉਹਦੇ ਵਿੱਚ ਸਭ ਬੰਦਾ ਭੱਜਦਾ। ਮਸ਼ੀਨ ਜਿਵੇਂ ਕਹਿੰਦੇ, ਮਸ਼ੀਨ ਬਣ ਜਾਂਦਾ, ਮਸ਼ੀਨ ਹੀ ਬਣ ਜਾਂਦਾ ਮਤਲਬ। ਹਾਂਜੀ, ਉਹ ਦਰਿਆ ਵਗ ਰਿਹਾ ਬਸ, ਪੈਸੇ ਕਮਾਉਣ ਵਾਲਾ, ਜੇ ਖੜ ਜਾਓਗੇ ਤਾਂ ਡੁੱਬ ਜਾਓਗੇ, ਜੇ ਹੱਥ ਪੈਰ ਮਾਰੋਗੇ ਤਰਦੇ ਰਹੋਗੇ ਵਿੱਚ। ਜਿਵੇਂ ਆਪਣੀਆਂ ਡਿਸਪੈਂਸਰੀਆਂ ਖੁੱਲ੍ਹੀਆਂ, ਇੱਦਾਂ ਉੱਥੇ ਸੁੱਖੇ ਵਾਲੀਆਂ ਡਿਸਪੈਂਸਰੀਆਂ ਖੁੱਲ੍ਹੀਆਂ ਹੈਗੀਆਂ। ਇੱਥੇ ਸਾਡੇ ਇੰਡੀਆ 'ਚ ਹੈਗਾ ਨਸ਼ਾ, ਪਰ ਓਨਾ ਨਹੀਂ ਹੈਗਾ, ਉਹਦੇ ਨੇੜੇ ਤੇੜੇ ਵੀ ਨਹੀਂ ਹੈਗਾ। ਕੈਨੇਡਾ ਦੇ? ਨਹੀਂ, ਉਹਦੇ ਨੇੜੇ ਤੇੜੇ ਵੀ ਨਹੀਂ ਹੈਗਾ। ਉੱਥੇ ਤਾਂ ਮਤਲਬ ਫੋਨਾਂ 'ਤੇ ਤੁਸੀਂ ਆਰਡਰ ਹੋ ਜਾਂਦਾ, ਐਪ ਬਣੇ ਨੇ ਬਲੈਕ ਮਾਰਕੀਟ ਦੇ, 2 ਮਿੰਟ 'ਚ ਤੁਹਾਡੇ ਘਰੇ ਬੰਦਾ ਆ ਜਾਂਦਾ ਤੁਹਾਡੇ ਬਾਹਰ 'ਚ। ਐਂਬੂਲੈਂਸ ਆਉਣ ਨੂੰ 2.5-3 ਜਾਂ 5 ਮਿੰਟ ਲੱਗਦੇ ਨੇ, ਨਸ਼ਾ ਆਉਣ ਨੂੰ 2 ਮਿੰਟ ਲੱਗਦੇ ਨੇ। ਉਹਨਾਂ ਦੇ ਆਪਣੇ ਆਪਣੇ ਏਰੀਏ ਦੇ ਡੀਲਰ ਸੈੱਟ ਕੀਤੇ ਨੇ। ਨੈਟਵਰਕ ਹੈ? ਨੈਟਵਰਕ ਆ। ਲੋਕ ਵਾਈ ਟੀ ਵੀ ਦੇਖ ਰਹੇ ਹਾਂ ਤੁਸੀਂ, ਮੈਂ ਮਨਿੰਦਰਜੀਤ ਸਿੱਧੂ। ਅੱਜ ਗੱਲਬਾਤ ਕਰਾਂਗੇ ਅਸੀਂ, 26 ਸਾਲ ਕੈਨੇਡਾ ਲਾ ਕੇ ਭਾਰਤ ਪਰਤੇ ਹੈ,
ਅਤੇ ਇਹ ਕੈਨੇਡਾ ਨੂੰ ਪੱਕੇ ਤੌਰ 'ਤੇ ਅਲਵਿਦਾ ਕਹਿ ਆਏ ਅਤੇ ਇੱਥੇ ਆ ਕੇ ਆਪਣਾ ਕਾਰੋਬਾਰ ਸ਼ੁਰੂ ਕਰ ਦਿੱਤਾ। ਕਾਰੋਬਾਰ ਇੱਕ ਤਰੀਕੇ ਦਾ ਨਹੀਂ, ਕਈ ਤਰੀਕੇ ਦਾ, ਇੱਕ ਪਾਸੇ ਰੈਸਟੋਰੈਂਟ, ਇੱਕ ਪਾਸੇ ਫੂਡ ਪ੍ਰੋਸੈਸਿੰਗ ਯੂਨਿਟ ਅਤੇ ਬਾਕੀ ਵੀ ਕਹਿੰਦੇ ਹੋਰ ਵੀ ਕੰਮ ਕਰਨ ਵਾਲੇ ਆ ਜਿਹੜੇ ਅਸੀਂ ਆਉਣ ਵਾਲੇ ਦਿਨਾਂ 'ਚ ਸ਼ੁਰੂਆਤ ਕਰਨ ਜਾ ਰਹੇ ਹਾਂ। ਕਿਉਂ ਕੈਨੇਡਾ ਛੱਡ ਕੇ ਆਏ, ਕੀ ਕਾਰਨ ਰਹੇ ਹੈ ਅਤੇ ਵਾਪਸ ਆਪਣੇ ਵਤਨ ਪੱਕੇ ਤੌਰ 'ਤੇ ਪਰਤਣਾ, ਇਹ ਸਾਰੇ ਵਿਸ਼ੇ 'ਤੇ ਗੱਲਬਾਤ ਕਰਾਂਗੇ। ਮੇਰਾ ਨਾਂ ਬਾਈ ਅਵਤਾਰ ਸਿੰਘ ਔਰ ਅਵਤਾਰ ਬਰਾੜ ਪਿੰਡ ਲੰਡੇਕੇ ਉਹ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਜਾਣਾਂਗੇ ਉਹਨਾਂ ਦੀ ਜ਼ਿੰਦਗੀ ਦੇ ਤਜ਼ਰਬੇ, 26 ਸਾਲ ਕੈਨੇਡਾ ਦੇ ਵਿੱਚ ਰਹਿਣਾ, ਉੱਥੋਂ ਦੀ ਜ਼ਿੰਦਗੀ, ਉੱਥੋਂ ਦੇ ਸਟੂਡੈਂਟ ਜਿਹੜੇ ਹੁਣ ਜਾ ਰਹੇ ਉਹਨਾਂ ਦਾ ਹਾਲ, ਪਹਿਲਾਂ ਗਏ ਉਹਨਾਂ ਦਾ ਹਾਲ, ਕੈਨੇਡਾ 'ਚ ਪੱਕੇ ਪਹਿਲਾਂ ਪੁਰਾਣੇ ਗਏ ਪੰਜਾਬੀਆਂ ਦਾ ਹਾਲ, ਸਾਰੇ ਵਿਸ਼ੇ 'ਤੇ ਗੱਲਬਾਤ ਕਰਾਂਗੇ। ਪਹਿਲਾਂ ਬਾਈ ਦਾ ਸਵਾਗਤ ਕਰ ਲਿਆ ਬਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਮਨਿੰਦਰ ਬਾਈ ਜੀ, ਕੀ ਹਾਲ ਚਾਲ? ਠੀਕ ਠੀਕ ਹੋ? ਧੰਨਵਾਦ ਤੁਹਾਡਾ, ਲੋਕ ਬਾਈ ਸਾਰੀ ਟੀਮ ਦਾ, ਤੁਹਾਡਾ ਵੀ ਧੰਨਵਾਦ, ਤੁਸੀਂ ਸਾਨੂੰ ਸਮਾਂ ਦਿੱਤਾ ਗੱਲ ਰੱਖਣ ਦਾ, ਬਹੁਤ ਸ਼ੁਕਰੀਆ ਬਾਈ। 26 ਸਾਲ ਕੈਨੇਡਾ ਲਾਏ, ਹੁਣ ਪੱਕੇ ਤੌਰ 'ਤੇ ਪਰਤਣ ਦਾ ਕੀ ਕਾਰਨ ਹੈ? ਇਹਦੇ ਪਿੱਛੇ ਕਾਰਨ ਤਾਂ ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਜਦੋਂ ਅਸੀਂ ਕੈਨੇਡਾ ਗਿਆ ਮੈਂ, ਉਦੋਂ ਹੀ ਮੇਰੇ ਪਿਤਾ ਜੀ ਨੇ ਵੀ ਇਹ ਕਿਹਾ ਸੀ ਵੀ ਕਾਕਾ ਵੀ ਆਪਾਂ ਉੱਥੇ ਪੱਕੇ ਰਹਿਣਾ ਨੀਗਾ, ਅਤੇ ਉਹੀ ਚੀਜ਼ ਰੱਖੀ ਅੱਜ ਤੱਕ ਵੀ। ਫਿਰ ਸਿਟੀਜ਼ਨਸ਼ਿਪ ਲਈ ਨਹੀਂ ਅਸੀਂ, ਇੰਡੀਅਨ ਪਾਸਪੋਰਟ ਹੀ ਰੱਖੇ ਪਰਿਵਾਰ ਨੇ, ਮੈਂ ਸਿਰਫ ਮੇਰਾ ਬੇਟਾ ਸਿਟੀਜ਼ਨ ਆ ਕਿ ਉੱਥੋਂ ਦਾ ਬੋਰਨ ਹੈ। ਸੋ ਅਸੀਂ ਫਿਰ ਉਹ ਮੇਰਾ ਵੀ ਮਨ 'ਚ ਸੀਗਾ ਵੀ ਨਹੀਂ, ਉੱਥੇ ਜਦੋਂ ਚਾਰ ਛਿੱਲੜ ਜੁੜ ਗਏ, ਸਾਰਾ ਠੀਕ ਸੈੱਟ ਹੋ ਗਿਆ ਕੰਮ, ਫਿਰ ਵਾਪਸ ਆ ਜਾਣਾ ਆਪਦੀ ਜਨਮ ਭੂਮੀ 'ਤੇ। ਸੋ ਹੁਣ ਮਹਾਰਾਜ ਦੀ ਕਿਰਪਾ ਨਾਲ ਸਾਰਾ ਠੀਕ ਆ। ਸੋ ਇੱਥੇ ਆ ਕੇ ਵੀ ਜੋ ਦੇਖਿਆ, ਵਿਚਾਰਿਆ, ਖੰਗੋਲਿਆ ਸਾਰੀ ਚੀਜ਼, ਇੱਥੇ ਵੀ ਕੰਮ ਕਰਨ ਦੇ ਬਹੁਤ ਜ਼ਿਆਦਾ ਮੌਕੇ ਨੇ, ਇੱਥੇ ਸਟ੍ਰੈਸ ਘੱਟ ਹੈ। ਠੀਕ ਹੈ, ਅਤੇ ਕੰਮ ਕਰਨ ਦੇ ਮੌਕੇ ਇੱਥੇ ਵੀ ਨੇ, ਇੱਥੇ ਸ਼ੁਰੂ ਕੀਤੇ ਨੇ ਕੰਮ ਕਰ। ਹੁਣ ਪੱਕੇ ਤੌਰ 'ਤੇ ਆ ਗਏ? ਹਾਂਜੀ, ਹੁਣ ਮੈਨੂੰ ਤਕਰੀਬਨ 3 ਸਾਲ ਹੋ ਗਏ ਆਏ ਨੂੰ। ਗਏ ਨਹੀਂ ਉਸ ਤੋਂ ਬਾਅਦ? ਵਿੱਚ ਆਨ ਆਫ ਜਾਈਦਾ ਕਦੇ ਬੇਟੇ ਕਰਕੇ। ਠੀਕ ਹੈ, ਅਤੇ ਕੁਛ ਦਿਨਾਂ ਲਈ ਜਾਂ 20 ਦਿਨ ਲਈ, ਮਹੀਨੇ ਲਈ ਚਲੇ ਗਏ। ਠੀਕ ਹੈ, ਅਤੇ ਅਦਰਵਾਈਜ਼ ਇੱਥੇ ਜਿਹੜੇ ਕੰਮ ਕਾਰ ਸ਼ੁਰੂ ਕੀਤੇ ਨੇ ਉਹਨਾਂ ਨੂੰ ਫੁੱਲ ਟਾਈਮ ਦੇਈਦਾ, ਜਿਵੇਂ ਕੈਨੇਡਾ ਦੇ ਵਿੱਚ ਸਾਰੇ ਫੁੱਲ ਟਾਈਮ ਦਿੰਦੇ ਨੇ, ਜਾਂ ਕਹਿ ਲਓ ਕਿ ਦਿਨ ਰਾਤ ਹੀ ਦਿੰਦੇ ਨੇ। ਠੀਕ ਹੈ, ਉੱਥੋਂ ਦੀ ਜ਼ਿੰਦਗੀ ਤੁਹਾਨੂੰ ਪਤਾ ਹੀ ਹੈ ਵੀ ਭੱਜ ਦੌੜ ਹੀ ਹੈ ਦਿਨ ਰਾਤ ਦੀ। ਸੋ ਉਸੇ ਉਹਨਾਂ ਕੁ ਜੇ ਕੰਮ ਜੇ ਇੱਥੇ ਅਸੀਂ ਕਰਦੇ ਹਾਂ, ਅਤੇ ਇੱਥੇ ਵੀ ਬਹੁਤ ਵਧੀਆ ਹੈਗਾ। ਇੱਥੇ ਬਹੁਤ? ਹਾਂਜੀ ਹਾਂਜੀ। ਜਦੋਂ ਗਏ ਹਾਂ ਉਦੋਂ ਕੀ ਸਬੱਬ ਬਣਿਆ ਸੀ ਜਾਣ ਦਾ? ਉਦੋਂ ਸਬੱਬ ਤਾਂ ਸਭ ਤੋਂ ਪਹਿਲਾਂ ਤਾਂ ਇਹ ਹੈ ਮਨਿੰਦਰ ਜੀ ਜੀ, ਵੀ ਸਬੱਬ ਨੂੰ ਜੇ ਪਾਸੇ ਰੱਖ ਕੇ ਅਸੀਂ ਹੋਰ ਗੱਲ ਕਰੀਏ ਜੀ, ਇਹ ਹੈ ਵੀ ਜਿੰਨੇ ਬੰਦੇ ਕੈਨੇਡਾ ਜਾਂਦੇ ਨੇ ਅੱਜ, ਚਾਹੇ ਅੱਜ ਜਾਂਦੇ ਨੇ ਚਾਹੇ ਪਹਿਲਾਂ ਜਾਂਦੇ ਨੇ, ਕੁਛ ਪਰਸੈਂਟ ਨੂੰ ਮੇਰੇ ਖਿਆਲ ਤਾਂ ਪਰਸੈਂਟੇਜ ਵੀ ਨਹੀਂ ਕੱਢ ਸਕਦੇ ਸੀ। ਕੋਈ ਬੰਦਾ ਇਹ ਨਹੀਂ ਅਸੀਂ ਕਹਿ ਸਕਦੇ ਵੀ ਬਾਏ ਚੋਇਸ ਕੈਨੇਡਾ ਗਿਆ, ਅਸੀਂ ਮਤਲਬ ਇਸੇ ਲਈ ਜਾਂਦੇ ਹਾਂ ਵੀ ਉੱਥੇ ਵਧੀਆ ਅਰਨਿੰਗ ਹੈ, ਜ਼ਿਆਦਾ ਪੈਸਾ ਬਣਦਾ, ਚਾਹੇ ਉੱਥੋਂ 100 ਕਿੱਲੇ ਵਾਲਾ ਜਾਂਦਾ ਚਾਹੇ 1 ਕਿੱਲੇ ਵਾਲਾ ਜਾਂਦਾ, ਉਹ ਇਹੀ ਸੋਚ ਲੈ ਕੇ ਆਉਂਦਾ ਵੀ ਉੱਥੇ ਪੈਸੇ ਜ਼ਿਆਦਾ ਬਣਦੇ ਨੇ। ਸੋ ਅਸੀਂ ਵੀ ਗਰੀਬ ਪਰਿਵਾਰਾਂ ਦੇ ਵਿੱਚੋਂ ਸੀਗੇ ਉੱਠੇ ਹੋਏ, ਅਤੇ ਅਸੀਂ ਇਸ ਕਰਕੇ ਫਿਰ ਉਹਨੂੰ ਚੁਣਿਆ ਵੀ ਚਲੋ ਕੈਨੇਡਾ ਜੇ ਬਣਦਾ ਰਾਹ, ਅਤੇ ਉਦੋਂ ਬਣ ਗਿਆ ਕੋਈ ਸਬੱਬ, ਉੱਥੇ ਕੈਨੇਡਾ ਚਲੇ ਗਏ। ਪਰ ਉਦੋਂ ਜਾਣਾ ਬਹੁਤ ਮੁਸ਼ਕਿਲ ਸੀਗਾ, ਅੱਜ ਤਾਂ ਹੁਣ ਲੋਕ ਸੁੱਤੇ ਪਏ ਉੱਠ ਕੇ ਚਲੇ ਜਾਂਦੇ ਨੇ, ਸ਼ਾਮ ਨੂੰ ਵੀਜ਼ਾ ਹੁੰਦਾ ਜੀ, ਕੋਈ ਮੁਸ਼ਕਤ ਨਹੀਂ ਕਰਨੀ ਪੈਂਦੀ, ਪੈਸਾ ਲੱਗਦਾ, ਪੈਸਾ ਤਾਂ ਪਹਿਲਾਂ ਵੀ ਲੱਗਦਾ ਸੀ ਜੀ, ਅਤੇ ਅੱਜ ਆਏ ਵੀ ਅੱਜ ਮਹੀਨੇ ਪਿੱਛੋਂ ਹੀ ਚਲੇ ਜਾਂਦੇ ਨੇ, ਪਹਿਲਾਂ ਮਤਲਬ ਆਏ ਨਹੀਂ ਸੀਗਾ ਵੀ ਤੁਸੀਂ ਅਗਲੇ ਮਹੀਨੇ ਚਲੇ ਜਾਣਾ, ਪਹਿਲਾਂ ਤਾਂ ਹੁਣ 7-7 ਸਾਲ ਤਾਂ ਜਿਹੜੇ ਪਰਿਵਾਰ ਆ ਤੁਹਾਡਾ ਟੈਕਸੀ ਭਰੀ ਜਾਂਦੇ ਸੀਗੇ, ਕਿਸੇ ਦਾ 7 ਸਾਲ ਨਹੀਂ ਵੀਜ਼ਾ ਆਉਂਦਾ ਸੀ, ਕਿਸੇ ਦਾ 5 ਸਾਲ ਨਹੀਂ ਆਉਂਦਾ ਸੀ, ਕਿਸੇ ਦਾ 3 ਸਾਲ ਨਹੀਂ ਆਉਂਦਾ ਜੀ, ਫਿਰ ਜਾ ਕੇ ਵੀਜ਼ਾ ਆਉਂਦਾ ਸੀ, ਫਿਰ ਜਾ ਕੇ ਬੰਦਾ ਉੱਥੇ ਪਹੁੰਚਦਾ ਸੀ ਜਾਂ ਕੋਈ ਏਜੰਟਾਂ ਰਾਹੀਂ ਪਹੁੰਚਦਾ ਸੀ। ਅਤੇ ਅੱਜ ਕੱਲ੍ਹ ਤਾਂ ਸੌਖਾ ਹੀ ਬਹੁਤ ਹੈ, ਪਰ ਫਿਰ ਵੀ ਜਿਹੜੇ ਬੱਚੇ ਸਟੂਡੈਂਟ ਜਾਂਦੇ ਨੇ ਉਹਨਾਂ ਨੂੰ ਇੱਕ ਦਿਨ ਉੱਥੇ ਔਖਾ ਕੱਟਣਾ ਪੈ ਜਾਵੇ, ਚੀਕਾਂ ਮਾਰਦੇ ਨੇ ਅਸੀਂ ਐਂ ਹੋ ਗਏ ਐਂ ਹੋ ਗਏ,
ਪਰ ਜਿਹੜੇ ਸਮੇਂ 'ਚ ਪਹਿਲਾਂ ਲੋਕ ਗਏ ਨੇ, ਜੇ ਤੁਸੀਂ ਉਹਨਾਂ ਨੂੰ ਕਿਸੇ ਨੂੰ ਮਿਲੋ ਤਾਂ ਮੈਂ ਵੀ ਉਹਨਾਂ 'ਚ ਇੱਕ ਹਾਂ। ਠੀਕ ਹੈ। ਅਤੇ ਉਦੋਂ ਪਰ ਅਸੀਂ ਚੀਕਾਂ ਨਹੀਂ ਮਾਰਦੇ ਸੀ, ਚੀਕਾਂ ਸਰਵਾਈਵ ਕਰਦੇ ਸੀ। ਠੀਕ ਹੈ। ਹਾਂਜੀ, ਜਿਵੇਂ ਤੁਸੀਂ ਕਿਹਾ ਵੀ ਉਦੋਂ ਜਾਣਾ ਬੜਾ ਔਖਾ ਸੀ, ਮਤਲਬ ਉਦੋਂ, ਹੁਣ ਤਾਂ ਚਲੋ ਸਟੱਡੀ ਵੀਜ਼ਾ, ਇੱਕ ਸਟੱਡੀ ਵੀਜ਼ਾ ਵੀ ਹੈ ਨਾਲ 10 ਸਾਲ ਦਾ ਮਲਟੀਪਰਪਜ ਵੀਜ਼ਾ ਵੀ ਲੱਗ ਜਾਂਦਾ, ਵਿਜ਼ਟਰ ਵੀਜ਼ਾ ਵੀ ਲੱਗ ਜਾਂਦਾ, ਕਈ ਢੰਗ ਹੁੰਦੇ ਆ ਲੋਕ ਉੱਥੇ ਜਾ ਕੇ, ਚਲੋ ਹੁਣ ਸਮੇਂ ਸਮੇਂ 'ਤੇ ਰੂਲ ਬਦਲੀ ਜਾਂਦੇ ਪਰ ਲੋਕ ਕਨਵਰਟ ਕਰ ਲੈਂਦੇ ਸੀ ਉੱਧਰ ਜਾ ਕੇ ਵਰਕ ਪਰਮਿਟ ਦੇ ਵਿੱਚ। ਹਾਂਜੀ, ਪਹਿਲਾਂ ਕੀ ਹੱਲ ਹੁੰਦਾ ਸੀ ਬਾਈ, ਪਹਿਲਾਂ ਮਤਲਬ ਆਪਣੇ ਜੇ ਪੰਜਾਬ 'ਚ ਜਾਣਾ ਹੁੰਦਾ ਸੀ ਉਦੋਂ ਲੋਕ, ਜਿਵੇਂ ਤੁਸੀਂ ਗਏ ਹੋ, ਉਦੋਂ ਕੀ ਕਾਰ ਕਿਵੇਂ ਜਾਂਦੇ ਸੀ ਲੋਕ? ਉਦੋਂ ਜਿਹੜੇ ਇਹ ਪੁਆਇੰਟ ਬੇਸ 'ਤੇ ਵੀਜ਼ਾ ਉਦੋਂ ਵੀ ਸੀਗੇ ਜੀ, ਪਰ ਸਟੂਡੈਂਟ ਵੀਜ਼ੇ ਵਾਲਾ ਹੈ ਨਹੀਂ ਸੀ ਉਦੋਂ, ਅਤੇ ਪਰ ਉਦੋਂ ਲੋਕਾਂ ਨੂੰ ਇਹਨਾਂ ਨੂੰ ਪਤਾ ਨਹੀਂ ਸੀ ਇੰਨਾ ਜ਼ਿਆਦਾ ਵੀ ਪੁਆਇੰਟ ਬੇਸ 'ਤੇ ਵੀਜ਼ਾ ਹੁੰਦਾ, ਬਹੁਤ ਘੱਟ ਵੱਡੇ ਸ਼ਹਿਰਾਂ 'ਚੋਂ ਕੋਈ ਲੋਕ ਜਾਂਦੇ ਸੀਗੇ। ਠੀਕ ਹੈ। ਪਰ ਜ਼ਿਆਦਾ ਆਪਣਾ, ਕਿਉਂਕਿ ਸਭ ਤੋਂ ਕੈਨੇਡਾ 'ਚ ਸਭ ਤੋਂ ਪਹਿਲਾਂ ਜ਼ਿਆਦਾ ਰੂਰਲ ਏਰੀਆ ਗਿਆ ਆਪਣਾ ਪੰਜਾਬ ਦਾ, ਜਾਂ ਕਹਿ ਲਓ ਕਿ ਪਿੰਡਾਂ ਦੇ ਲੋਕ ਗਏ ਨੇ, ਸ਼ਹਿਰਾਂ ਦੇ ਲੋਕਾਂ 'ਚ ਰੁਝਾਨ ਤਾਂ ਹੁਣ ਬਹੁਤ ਥੋੜ੍ਹੇ ਚਿਰ ਪਹਿਲਾਂ ਹੀ ਸ਼ੁਰੂ ਹੋਇਆ ਜਾਣ ਦਾ, ਬਾਹਰ ਸ਼ਹਿਰਾਂ ਦੇ ਲੋਕ ਨਹੀਂ ਸੀ ਜਾਂਦੇ। ਉਸ ਟਾਈਮ 'ਤੇ ਜ਼ਿਆਦਾ ਮੈਰਿਜ ਬੇਸ ਹੀ ਹੁੰਦਾ ਸੀ, ਫੈਮਿਲੀ ਬੇਸ ਹੁੰਦਾ ਸੀ, ਅਤੇ ਜਾਂ ਰਿਫਿਊਜੀ, ਇਹ ਤਿੰਨ ਮੇਨ ਹੁੰਦੇ ਸੀਗੇ। ਉਹ ਸਟੂਡੈਂਟ ਵਾਲਾ ਤਾਂ ਹੁੰਦਾ ਨਹੀਂ ਸੀ ਉਦੋਂ, ਇਹੀ ਹੁੰਦੇ ਸੀਗੇ, ਜਾਂ ਜਿਹੜੇ ਏਜੰਟਾਂ ਨੇ ਚੋਲੀ ਜੱਸਾ ਪਹਿਲਾਂ ਜਾਂਦੇ ਸੀਗੇ, ਉਦੋਂ ਇਹ ਤਿੰਨ ਹੀ ਹੁੰਦੇ ਸੀਗੇ। ਤਿੰਨਾਂ ਦੇ ਜੇ ਫੈਮਿਲੀ ਦਾ ਕਿਸੇ ਦਾ ਕੇਸ ਹੁੰਦਾ ਸੀ, ਅਤੇ ਉਸ ਟਾਈਮ 'ਤੇ ਤਾਂ ਬਹੁਤ ਸਾਲ ਵੀਜ਼ਾ ਨਹੀਂ ਸੀ ਆਉਂਦਾ, ਵਿੱਚੋਂ 3 ਸਾਲ ਤੋਂ 5 ਸਾਲ ਕਰਤਾ ਸੀ, 5 ਸਾਲ ਤੋਂ 7 ਸਾਲ ਕਰਤਾ ਸੀ, 7 ਸਾਲ ਫੈਮਿਲੀ ਦਾ ਵੀਜ਼ਾ ਨਹੀਂ ਹੁੰਦਾ ਸੀਗਾ। ਜਿਹੜਾ ਬੰਦਾ ਹੁਣ ਉੱਥੇ ਕੰਮ ਕਰਕੇ ਟੈਕਸ ਭਰ ਰਿਹਾ, ਉਹ ਹੁਣ ਜਿਵੇਂ ਮੇਰੇ ਆਪ ਹੁਣ ਘਰ ਦੇ 6-7 ਜੀ ਜਾਣ ਵਾਲੇ ਸੀ, ਅਤੇ ਮੈਂ ਉੱਥੇ ਇਕੱਲਾ ਸੀ ਕਮਾਉਣ ਵਾਲਾ, ਅਤੇ ਚਾਹੇ ਬੁਖਾਰ ਵੀ ਚੜਿਆ ਹੋਣਾ ਅਤੇ ਤਾਂ ਵੀ ਛੁੱਟੀ ਨਾ ਕਰਨੀ ਵੀ ਯਾਰ ਇਨਕਮ ਨਾ ਘੱਟ ਜੇ, ਅਤੇ ਚੁਆਇਸ ਹੀ ਕੋਈ ਨਹੀਂ ਸੀ, ਜੇ ਇਨਕਮ ਘੱਟ ਗਏ ਪਹਿਲਾਂ ਟੈਕਸ ਭਰਿਆ ਵੀ ਐਵੇਂ ਜਾਊਗਾ, ਵੀਜ਼ਾ ਨਹੀਂ ਮਿਲਣਾ, ਬਹੁਤ ਔਖਾ ਸੀ, ਬਹੁਤ ਔਖਾ ਸੀ। ਹਾਂ ਹਾਂ, ਅਤੇ ਹੁਣ ਪਿੱਛੇ ਵੀ ਪੈਸੇ ਭੇਜਣੇ ਸਭ ਕੁਛ ਹੁੰਦਾ ਸੀ, ਹੁਣ ਅੱਜ ਕੱਲ੍ਹ ਤਾਂ ਮਤਲਬ ਇੱਥੇ ਅਸੀਂ ਸਾਰੇ ਲੋਕ ਇੰਨੇ ਕੁ ਤਾਂ ਜ਼ਰੂਰ ਸਹਿੰਦੇ ਆ ਵੀ ਆਪਦੇ ਬੱਚੇ ਦੇ ਪੈਸੇ ਲਾ ਕੇ ਉਹਨੂੰ ਭੇਜ ਸਕਣ, 25-30-35 ਲੱਖ ਲਾ ਕੇ ਭੇਜਦੇ ਨੇ, ਉਦੋਂ ਤਾਂ ਟਿਕਟ ਮਸਾਂ ਜੁੜਦੀ ਹੁੰਦੀ ਸੀ ਵੀ ਟਿਕਟ ਦੇ ਪੈਸੇ ਵੀ ਪੜ੍ਹ ਕੇ ਜਾਣੇ। ਮੈਨੂੰ ਯਾਦ ਆ ਜਦੋਂ ਮੈਂ ਕੈਨੇਡਾ ਗਿਆ ਉਦੋਂ ਪਿਤਾ ਜੀ ਨੇ ਪੈਸੇ ਇਕੱਠੇ ਕਰਕੇ ਵਿਆਜੂ ਲੈ ਕੇ ਜੋ ਇਕੱਠੇ ਕਰਕੇ ਲੁਧਿਆਣੇ ਜਾ ਕੇ, ਉਦੋਂ 26-28 ਰੁਪਏ ਰੇਟ ਹੁੰਦਾ ਸੀ ਡਾਲਰ ਦਾ। ਠੀਕ ਹੈ। ਅਤੇ ਅਸੀਂ ਬੈਂਕ 'ਚੋਂ ਕਨਵਰਟ ਕਰਵਾਏ ਅਤੇ $58 ਬਣੇ ਸਾਰੇ ਉਹਦੇ, $58 ਹੀ ਬਣੇ, $58 ਬਣੇ। ਅਤੇ ਚਲੋ ਲੈ ਕੇ ਚੜ੍ਹ ਗਏ ਵੈਨਕੂਵਰ, ਜਾ ਉਤਰੇ ਉੱਥੋਂ ਮੁੜ ਕੇ, ਚਲੋ ਸੈੱਟ ਹੋ ਗਏ ਕੈਲਗਰੀ ਜਾ ਕੇ, ਅਤੇ ਪਰ ਉੱਥੇ ਜਾ ਕੇ ਸਭ ਕੁਛ ਬਣਾਇਆ $58 ਤੋਂ, ਜਿਵੇਂ 58 ਲੱਖ ਤਾਂ ਵੀ ਪਹੁੰਚੇ, ਜ਼ਿਆਦਾ ਵੀ ਪਹੁੰਚੇ ਸ਼ਾਇਦ, ਅਤੇ ਪਰ ਉਦੋਂ ਸਰਵਾਈਵ ਕੀਤਾ, ਜਿਹੜੀ ਚੀਕਾਂ ਨਹੀਂ ਮਾਰਦੇ ਸੀਗੇ। ਚੀਕਾਂ ਨਹੀਂ ਮਾਰੀਆਂ? ਨਹੀਂ, ਚੀਕਾਂ ਨਹੀਂ ਮਾਰੀਆਂ, ਕੰਮ ਕੀਤਾ ਡੱਟ ਕੇ। ਜਿਵੇਂ ਤੁਸੀਂ ਕਿਹਾ $58 ਲੈ ਕੇ ਪਹੁੰਚੇ ਜੀ, $58 ਲੈ ਕੇ ਕੈਨੇਡਾ ਦੀ ਧਰਤੀ 'ਤੇ ਪਹੁੰਚ ਗਏ, ਪਰ ਕਿੰਨੀਆਂ ਕੁ ਸਮੱਸਿਆਵਾਂ, ਕਿੰਨਾ ਕੁ ਔਕੜਾਂ ਜਿਹੜੀਆਂ ਉਸ ਸਮੇਂ ਦੌਰਾਨ ਆਈਆਂ, ਫਿਰ ਮਤਲਬ ਇੱਕ ਪੈਰਾਂ 'ਤੇ ਖੜਾ ਹੋਣੇ, ਕਿਉਂਕਿ ਬਗਾਨਾ ਮੁਲਕ, ਹੁਣ ਤਾਂ ਚਲੋ ਸਾਡੇ ਲੋਕ ਵੀ ਬਹੁਤ ਵੱਡੇ ਪੱਧਰ 'ਤੇ ਪਹੁੰਚ ਗਏ ਆ, ਕੋਈ ਚਾਚਾ ਬੈਠਾ ਕਿਸੇ ਦਾ, ਮਾਮਾ ਬੈਠਾ ਕੋਈ, ਉਦੋਂ ਤਾਂ ਉਟਾਵਾਂ ਟੱਲਾ ਹੁੰਦਾ ਸੀ, ਉਹ ਵੀ ਜਾਣਦਾ ਨਹੀਂ ਹੁੰਦਾ ਸੀ। ਸਮੱਸਿਆਵਾਂ ਇਹ ਸੀ ਮਨਿੰਦਰ ਜੀ, ਉਦੋਂ ਸਭ ਤੋਂ ਪਹਿਲਾਂ ਤਾਂ ਹਰ ਬੰਦੇ ਕੋਲ ਕਾਰ ਨਹੀਂ ਹੁੰਦੀ ਸੀ। ਠੀਕ ਹੈ। ਚਾਹੇ ਲਾਇਸੈਂਸ ਵੀ ਹੈਗਾ ਤਾਂ ਵੀ ਕਾਰ ਨਹੀਂ ਹੁੰਦੀ ਸੀਗੀ, ਇੱਕ ਦੂਜੇ ਨਾਲ ਰਾਈਡ ਲੈ ਕੇ ਜਾਂਦੇ ਸੀ ਬੰਦੇ, ਜਾਂ ਬੱਸਾਂ 'ਤੇ ਜਾਂਦੇ ਸੀਗੇ। ਦੂਜਾ ਵੀ ਉੱਥੇ ਹਰ ਜਗ੍ਹਾ ਆਪਣੇ ਪੰਜਾਬੀ ਬੰਦੇ ਕੰਮ ਕਰਨ ਵਾਲੇ ਨਹੀਂ ਮਿਲਦੇ ਸੀ। ਅੱਜ ਤਾਂ ਕੈਨੇਡਾ ਦੇ ਵਿੱਚ ਕੋਈ ਇਹੋ ਜਿਹਾ ਜਗ੍ਹਾ ਨਹੀਂ ਹੈਗੀ ਜਿੱਥੇ ਸਾਨੂੰ ਪੰਜਾਬੀ ਨਹੀਂ ਮਿਲਣਗੇ। ਹੁਣ ਬੈਂਕਾਂ ਦਾ ਮੇਨ ਤੁਹਾਡਾ ਰੌਲਾ ਬੈਂਕਾਂ 'ਚ ਪੈਂਦਾ ਜਾ ਕੇ। ਅੱਜ ਹੁਣ ਕੈਨੇਡਾ ਦੇ ਵਿੱਚ ਜਿੰਨੀਆਂ ਬੈਂਕਾਂ ਨੇ, ਜੇ ਉੱਥੇ 10 ਬੰਦੇ ਕੰਮ ਕਰਦੇ ਨੇ, ਉਹ 'ਚੋਂ 8 ਪੰਜਾਬੀ ਨੇ। 8 ਪੰਜਾਬੀ ਨੇ?
8 ਪੰਜਾਬੀ ਹੈ ਜਾਂ ਹਿੰਦੁਸਤਾਨੀ ਹੋਣੇ, ਹਿੰਦੁਸਤਾਨੀ ਭਾਰਤੀ ਹੈ, ਭਾਰਤੀ ਹੈ, ਹਾਂ ਤੁਹਾਨੂੰ ਕੋਈ ਮੁਸ਼ਕਲ ਨਹੀਂ। ਕਿਸੇ ਵੀ ਤੁਸੀਂ ਬੱਸ 'ਤੇ ਚੱਲ ਜਾਓ, ਸਾਰੇ ਡਰਾਈਵਰ ਆਪਣੇ ਬੰਦੇ ਨੇ, ਟੈਕਸੀਆਂ 'ਤੇ ਆਪਣੇ ਬੰਦੇ ਨੇ, ਏਅਰਪੋਰਟਾਂ 'ਤੇ ਆਪਣੇ ਬੰਦੇ ਨੇ, ਸਿਕਿਉਰਿਟੀ 'ਚ ਆਪਣੇ ਬੰਦੇ ਨੇ, ਈਵਨ ਹੁਣ ਤਾਂ ਜਹਾਜ਼ ਦੇ ਪਾਇਲਟ ਵੀ ਆਪਣੇ ਬੰਦੇ ਨੇ। ਏਅਰਪੋਰਟਾਂ ਦੇ ਮਤਲਬ ਹਰੇਕ ਮੁਲਕ ਦੇ ਤੁਸੀਂ ਏਅਰਪੋਰਟ 'ਤੇ ਚੱਲ ਜਾਓ, ਉੱਥੇ ਜਿਹੜਾ ਸਟਾਫ ਹੈ ਉਹਦੇ ਵਿੱਚੋਂ ਤਕਰੀਬਨ ਬਹੁਤੇ ਤੁਹਾਨੂੰ ਭਾਰਤੀ ਮਿਲਣਗੇ, ਤੁਹਾਨੂੰ ਕੋਈ ਮੁਸ਼ਕਲ ਨਹੀਂ ਟਰੈਵਲ ਕਰਨ ਦੀ, ਕੋਈ ਸਮੱਸਿਆ ਨਹੀਂ ਹੈਗੀ। ਠੀਕ ਹੈ। ਇਹ ਉਦੋਂ ਇੰਨੇ ਗਰੋਸਰੀ ਸਟੋਰ ਵੀ ਨਹੀਂ ਹੁੰਦੇ ਸੀ, ਗਿਣਵੇਂ ਚੁਣਵੇਂ ਗਰੋਸਰੀ ਸਟੋਰ ਹੁੰਦੇ ਸੀਗੇ, ਅਤੇ ਉੱਥੋਂ ਹੀ ਸਮਾਨ ਕਰਨਾ ਲੈਣਾ। ਅਤੇ ਅੱਜ ਕੱਲ੍ਹ ਤਾਂ ਇਹ ਹੈ ਵੀ ਕੈਨੇਡਾ 'ਚ ਜਿਹੜੇ ਵੱਡੇ ਵੱਡੇ ਚੇਨਸ ਹੈਗੇ ਨੇ ਗਰੋਸਰੀ ਸਟੋਰ ਦੇ, ਉਹਨਾਂ ਨੇ ਵੀ ਭਾਰਤੀ ਗਰੋਸਰੀ ਰੱਖੀ ਹੋਈ ਹੈ, ਅਤੇ ਪੰਜਾਬੀ 'ਚ ਵੀ ਲਿਖਿਆ ਹੋਇਆ ਨਾਲ ਵੀ ਕਿ ਇਹ ਕੀ ਸਮਾਨ ਆ, ਕੀ ਰੇਟ ਆ। ਪੰਜਾਬ ਹੀ ਇੰਨਾ ਚਲਿਆ ਗਿਆ, ਪੰਜਾਬ ਹੀ ਇੰਨਾ ਚਲਿਆ ਗਿਆ, ਉਹਨਾਂ ਦੀ ਮਜਬੂਰੀ ਹੋ ਗਈ। ਹਾਂਜੀ, ਇਸੇ ਕਰਕੇ ਕੀ ਕਹਿੰਦੇ ਅੱਜ ਕੱਲ੍ਹ ਸੌਖਾ ਹੈਗਾ। ਔਰ ਦੂਸਰੀ ਗੱਲ, ਮਜ਼ੇ ਦੀ ਗੱਲ ਇਹ ਹੈ ਵੀ ਹੁਣ ਅਸੀਂ ਇੰਡੀਆ ਦੇ ਵਿੱਚ ਸਾਡੀ ਜਿਹੜੀ ਪਾਪੂਲੇਸ਼ਨ ਆ ਜਿਹਨੂੰ ਕਹਿੰਦੇ 2% ਆ ਇੰਡੀਆ ਦੇ ਵਿੱਚ, ਪਰ ਜਿਹੜੀ ਕੈਨੇਡਾ ਦੇ ਵਿੱਚ ਵੀ ਸਾਡੀ ਜਿਹੜੀ ਪਾਪੂਲੇਸ਼ਨ 2% ਆ, ਉੱਥੇ ਵੀ 2% ਆ। ਪਰ ਮਜ਼ੇ ਦੀ ਗੱਲ ਇਹ ਹੈ ਵੀ ਸਾਡੀ ਜਿਹੜੀ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਸਾਡੀ ਜਿਹੜੀ ਗਿਣਤੀ ਹੈ ਉਹ 20% ਆ। ਕਿਆ ਬਾਤ ਹੈ। ਹਾਂਜੀ, ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ, ਮਾਣ ਵਾਲੀ ਗੱਲ। ਹਾਂਜੀ, ਅਤੇ ਜਾਣੀ ਕੈਨੇਡਾ ਦੇ ਵਿੱਚ ਜਿਹੜੀ ਗਿਣਤੀ 2% ਹੋਵੇ ਅਤੇ ਪਾਰਲੀਮੈਂਟ 'ਚ ਸਾਡੀ ਗਿਣਤੀ 20%। ਹਾਂਜੀ, ਇਹ ਸਾਡੇ ਲਈ ਬਹੁਤ ਫਖਰ ਵਾਲੀ ਗੱਲ ਆ। ਅਤੇ ਪਰ ਇਹਦਾ ਸਾਰਾ ਸਿਹਰਾ ਜਿਹੜਾ ਉਹਦਾ ਸਾਡੇ ਪੁਰਖਿਆਂ ਨੂੰ ਜਾਂਦਾ, ਜਿਨ੍ਹਾਂ ਨੇ ਕਿ ਉੱਥੇ ਜਾ ਕੇ ਬਹੁਤ ਮੁਸ਼ੱਕਤ ਕੀਤੀ, ਬੜੇ ਔਖੇ ਸਾਨੂੰ ਕੈਨੇਡਾ ਪਹੁੰਚਦੇ ਕੀਤਾ ਉਹਨਾਂ ਨੇ, ਸਾਡੇ ਲਈ ਲੜਾਈਆਂ ਲੜੀਆਂ, ਸਾਡੇ ਲਈ ਹੱਕ ਦਵਾਉਂਦੀਆਂ ਲੜਾਈਆਂ ਲੜੀਆਂ। ਕੋਈ ਸਮਾਂ ਸੀਗਾ ਵੀ ਉਦੋਂ ਨਾ ਤਾਂ ਸਾਨੂੰ ਵੋਟ ਦਾ ਅਧਿਕਾਰ ਸੀਗਾ, ਨਾ ਪਰਿਵਾਰ ਮੰਗਵਾਉਣ ਦਾ ਅਧਿਕਾਰ ਸੀ ਕੋਈ। ਠੀਕ ਹੈ। ਹਾਂਜੀ, ਉਦੋਂ ਬਾਅਦ 'ਚ ਬਹੁਤ ਲੜਾਈਆਂ ਲੜੀਆਂ ਗਈਆਂ ਬਜ਼ੁਰਗਾਂ ਵੱਲੋਂ, ਆਪਣੇ ਪੈਸੇ ਇਕੱਠੇ ਕਰਕੇ ਫਿਰ ਸਾਨੂੰ ਅਸੀਂ ਕੈਨੇਡਾ ਪਹੁੰਚਦੇ, ਅੱਜ ਸੌਖੇ ਹੋ ਜਾਏ ਨੇ। ਅਤੇ ਇੱਕ ਇਹ ਹੈ ਵੀ ਬਈ ਜਿਵੇਂ ਤੁਸੀਂ ਪਹੁੰਚੇ, ਹੁਣ ਦੌਰ ਚੱਲਿਆ 2011-12 ਤੋਂ ਬਾਅਦ, ਮੈਨੂੰ ਜ਼ਿਆਦਾ ਇੱਕੋਦਮ ਹੀ ਤੇਜ਼ੀ ਫੜੀ ਕੈਨੇਡਾ ਦੇ ਵੀਜ਼ਿਆਂ ਨੇ 2010-11 ਤੋਂ ਬਾਅਦ। ਹਾਂਜੀ, ਅਤੇ ਉਦੋਂ ਦੇ ਹਾਲਾਤ ਅਤੇ ਹੁਣ ਦੇ ਹਾਲਾਤ, ਜੇ ਮਤਲਬ ਆਮਦਨ ਗਿਣਨੀ ਹੋਵੇ, ਵੀ ਉਦੋਂ ਆਮਦਨ ਚਲੋ ਡਾਲਰ ਦਾ ਰੇਟ ਘੱਟ ਸੀ, ਕੁਛ ਨਹੀਂ, ਉਹ ਤਾਂ ਵੱਖਰੀ ਚੀਜ਼ ਹੁੰਦੀ ਹੈ, ਪਰ ਆਮਦਨ ਉਹ ਖਰਚੇ ਵੀ ਘੱਟ ਹੁੰਦੇ, ਜੇ ਡਾਲਰ ਜੇ ਕੀਮਤ ਘੱਟ ਹੁੰਦੀ ਕਿਸੇ ਚੀਜ਼ ਤਾਂ ਉਨੀ ਖਰਚਾ ਵੀ ਸਾਡਾ ਘੱਟ ਹੁੰਦਾ। ਅੱਜ ਦੀ ਲਾਈਫ ਉੱਥੇ ਕਿੰਨੀ ਕੁ ਖਰਚੀਲੀ ਹੈ ਅਤੇ ਕਿੰਨੀ ਕੁ ਔਖੀ ਹੈ, ਅਤੇ ਉਦੋਂ ਕਮਾਈ ਕਿਹੋ ਜਿਹੀ ਸੀ, ਖਰਚਾ ਕਿਹੋ ਜਿਹਾ ਸੀ? ਉਸ ਟਾਈਮ ਕਮਾਈ ਤਾਂ ਬਹੁਤ ਘੱਟ ਸੀ ਜੀ। ਠੀਕ ਹੈ। ਔਰ ਮਹਿੰਗਾਈ ਵੀ ਬਹੁਤ ਘੱਟ ਸੀਗੀ, ਔਰ ਲੋਕ ਖੁਸ਼ ਸੀਗੇ ਬਹੁਤ ਜ਼ਿਆਦਾ। ਜਦੋਂ ਕਿ ਮੈਂ ਗਿਆ ਉਦੋਂ ਜਿਹੜੀ ਘੱਟ ਤੋਂ ਘੱਟ ਪੇ ਹੁੰਦੀ ਸੀਗੀ $3.75 ਹੁੰਦੀ ਸੀਗੀ, ਅਤੇ ਜਿਹੜੀ ਮਿਨੀਮਮ ਹੁੰਦੀ ਸੀ ਉਹ $4.75 ਸੀਗੀ ਸ਼ਾਇਦ, ਅਤੇ ਅੱਜ ਹੁਣ $15 ਹੈ। ਠੀਕ ਹੈ। ਵੀ $15 ਤਾਂ ਸਰਕਾਰ ਵੱਲੋਂ ਮਿੱਥੀ ਹੋਈ ਤਨਖਾਹ, ਅਤੇ ਉਹਦੇ ਉੱਪਰ ਵੀ ਤਾਂ ਗੁਜ਼ਾਰਾ ਨਹੀਂ ਹੁੰਦਾ ਗਾ। ਅਤੇ ਉਸ ਟਾਈਮ 'ਤੇ ਮਤਲਬ ਇੰਨੇ ਪੈਸਿਆਂ 'ਤੇ ਵੀ ਮਤਲਬ ਉਦੋਂ ਖਰਚੇ ਇੱਕ ਤਾਂ ਘੱਟ ਸੀਗੇ, ਘਰ ਮਹਿੰਗੇ ਨਹੀਂ ਸੀਗੇ, ਕਿਰਾਏ ਬਹੁਤ ਸਸਤੇ ਸੀ, ਗੱਡੀਆਂ ਲੈਣ ਦਾ ਕੋਈ ਪਤਾ ਨਹੀਂ ਹੁੰਦਾ ਸੀ ਮੇਰੇ ਕੋਲ ਗੱਡੀ ਚਾਹੀਦੀ ਹੈ, ਜੇ ਇੱਕ ਕਿਸੇ ਬੰਦੇ ਕੋਲ ਗੱਡੀ ਹੈ ਜਾਂ ਰਿਸ਼ਤੇਦਾਰ ਕੋਲ ਆ ਉਸੇ ਨੇ ਹੀ ਨੱਪ ਘੁੱਟ ਕੇ ਸਾਰੀ ਜਾਂਦੇ ਸੀਗੇ। ਅਤੇ ਅੱਜ ਨਹੀਂ, ਅੱਜ ਤਾਂ ਕਹਿੰਦਾ ਵੀ ਨਹੀਂ ਉਹ ਚਲੰਜਰ ਲੈ ਕੇ ਆਇਆ, ਇਹ ਮੁੰਡਾ ਸਟੂਡੈਂਟ ਆਇਆ ਸੀਗਾ, ਇਹ ਫਲਾਣੀ ਲੈ ਕੇ ਆਇਆ ਅਤੇ ਮੈਂ ਕਿਉਂ ਨਾ ਲਿਆਵਾਂ, ਚਾਹੇ ਉਹਦੀ ਅਗਲੇ ਮਹੀਨੇ ਕਿਸ਼ਤੀ ਨਾ ਦਿੱਤੀ ਜਾਵੇ, ਉਹ ਬੈਂਕ ਵਾਲੇ ਫੜ ਕੇ ਲੈ ਜਾਣ। ਇਹ ਵੀ ਹਾਲ ਹੁੰਦੇ ਆ? ਆਮ ਆ ਜੀ। ਅੱਛਾ ਜੀ। ਹਾਂ ਹਾਂ, ਇਹ ਆਮ ਹੈ। ਠੀਕ ਹੈ। ਦੇਖੋ ਕਿਉਂਕਿ ਜਿਹੜਾ ਡੀਲਰ ਉਹਨੇ ਤਾਂ ਸਮਾਨ ਵੇਚਣਾ,
ਅਤੇ ਪਰ ਉਹਨੂੰ ਕਿਸ਼ਤ ਤਾਂ ਜਿਹਨੇ ਬੰਦੇ ਨੇ ਗੱਡੀ ਲਈ ਆ ਉਹਨੇ ਭਰਨੀ ਆ ਨਾ, ਅਤੇ ਦੇਖੋ ਦੇਖ ਲੈ ਲੈਂਦੇ ਨੇ, ਫਿਰ ਕਿਸ਼ਤ ਨਹੀਂ ਦੇ ਹੁੰਦੀ, ਕਈਆਂ ਕੋਲ ਤਾਂ ਤੇਲ ਜੋਗੇ ਵੀ ਪੈਸੇ ਨਹੀਂ ਬਣਦੇ। ਇਹ ਸੱਚਾਈਆਂ ਨੇ, ਮਤਲਬ ਸ਼ਾਇਦ ਇਹ ਕੋਈ ਕਵੇ, ਕਿਉਂਕਿ ਜਿਹੜੇ ਸਟੂਡੈਂਟਸ ਆ ਉਹ ਸੁਣਦੇ ਹੋਣਗੇ, ਉਹ ਵੀ ਇਹ ਕਹਿਣਗੇ ਯਾਰ ਇਹ ਸਟੂਡੈਂਟਸ ਨੂੰ ਦਿੱਤੀ ਜਾਂਦਾ ਬੈਠਾ। ਨਹੀਂ, ਸੱਚਾਈ ਆ ਇਹ, ਇਸ ਚੀਜ਼ ਤੋਂ ਅੱਖਾਂ ਨਹੀਂ ਮਿਚੀਆਂ ਜਾਂਦੀਆਂ, ਕਿਉਂਕਿ ਸਾਡੇ ਵੀ ਬੱਚੇ ਸਾਡੇ ਨਾਲ ਰਹਿੰਦੇ ਨੇ ਘਰਾਂ ਦੇ ਵਿੱਚ, ਰਿਸ਼ਤੇਦਾਰ ਨੇ, ਸਾਰੇ ਦੱਸਦੇ ਨੇ ਆ ਕੇ ਵੀ ਆਹ ਹਾਲਾਤ ਨੇ। ਇਸ ਕਰਕੇ ਜਿਵੇਂ ਤੁਸੀਂ ਕਿਹਾ ਵੀ ਕਿਸ਼ਤ, ਮਤਲਬ ਪਰ ਇੱਕ ਗੱਲ ਇਹ ਹੁੰਦੀ ਹੈ ਵੀ ਮਤਲਬ ਜਦੋਂ ਕੈਨੇਡਾ ਪਹੁੰਚਿਆ ਕੋਈ, ਉਹਨੇ 6-7-8 ਮਹੀਨੇ ਜਾਂ ਸਾਲ ਬਾਅਦ ਜਾਂ ਸਵਾ ਸਾਲ ਬਾਅਦ, ਉਹ ਜਦੋਂ ਇੱਕ ਤਕੜੇ ਜਿਹੇ ਬ੍ਰਾਂਡ ਦੀ ਗੱਡੀ ਨਾਲ ਜਾਂ ਕੋਈ BMW ਦਾ, ਮਰਸਰੀਜ਼ ਨਾਲ, ਜਾਂ ਜਿਵੇਂ ਤੁਸੀਂ ਕਿਹਾ ਆਹ ਡਿਫੈਂਡਰ, ਚੈਲੇਂਜਰ, ਇਹਨਾਂ ਗੱਡੀਆਂ ਨਾਲ ਫੋਟੋ ਪਾਉਂਦਾ, ਤਾਂ ਇੱਥੇ ਬੈਠਿਆਂ ਦੇ ਧੜਕੂ ਵੱਜਦਾ ਯਾਰ ਵੀ ਆਪਾਂ ਤਾਂ ਐਵੇਂ ਇੱਥੇ ਬੈਠਾ ਬੰਦਾ ਹਿੱਲ ਜਾਂਦਾ। ਹਾਂ, ਹਿੱਲ ਜਾਂਦਾ ਇੱਥੇ ਬੈਠਾ ਬੰਦਾ ਵੀ ਯਾਰ ਉਹ ਤਾਂ ਆਹ ਦੇਖੋ ਉਹਦੀ ਫੋਟੋ ਆ ਗਈ। ਹੁਣ ਜਿਹੜਾ ਕੈਨੇਡਾ ਦਾ, ਕਈ ਬੰਦੇ ਕੈਨੇਡਾ ਬਹੁਤ ਸੋਹਣਾ, ਹੁਣ ਕੈਨੇਡਾ ਦਾ ਆਪਣੇ ਆਪ 'ਚ ਠੀਕ ਹੈ ਸੋਹਣਾ, ਉਹਨੂੰ ਸੋਹਣਾ ਰੱਖਿਆ ਗਿਆ ਸਿਸਟਮ ਨਾਲ। ਸਾਡੇ ਮੁਲਕ 'ਚ ਕਿਹੜਾ ਚੀਜ਼ਾਂ ਨਹੀਂ ਹੈਗੀਆਂ, ਪਰ ਅਸੀਂ ਮੇਨਟੇਨ ਨਹੀਂ ਰੱਖਦੇ ਇੱਥੇ, ਠੀਕ ਹੈ, ਅਸੀਂ ਆਪਦਾ ਆਲਾ ਦੁਆਲਾ ਨਹੀਂ ਕਰਦੇ ਅਤੇ ਸਾਫ਼ ਕਰਦੇ, ਅਤੇ ਬਾਕੀ ਬਾਹਰ ਅਸੀਂ ਕੀ ਮੇਨਟੇਨ ਕਰਨਾ। ਉੱਥੇ ਹੁਣ ਜਿਹੜਾ ਮੇਨਟੇਨ ਰੱਖਿਆ ਜਾਂਦਾ ਉਹ ਮਤਲਬ ਡੰਡੇ ਦੇ ਜ਼ੋਰ ਨਾਲ ਰਹਿੰਦਾ ਵਾ ਉਹ ਵੀ। ਪਰ ਤੁਸੀਂ ਜੇ ਕਿਸੇ ਕੈਨੇਡਾ ਜਾਣ ਦਾ ਮੌਕਾ ਮਿਲਿਆ ਜਿੱਥੇ ਕੋਈ ਪੰਜਾਬੀ ਫੰਕਸ਼ਨ ਹੋਵੇ, ਇੱਥੋਂ ਵਾਲੀਆਂ ਆਦਤਾਂ ਉੱਥੇ ਵੇਖਣ ਨੂੰ ਮਿਲ ਜਾਂਦੀਆਂ। ਕਿਵੇਂ ਬਾਈ? ਕਿਵੇਂ? ਉਦਾਹਰਨ ਦੇ ਤੌਰ 'ਤੇ ਵੀ ਨੱਕ ਪੂੰਝਿਆ, ਪੇਪਰ ਦੇ ਨਾਲ ਆਏ ਸਿੱਟਤਾ, ਬੋਤਲ ਖੋਲ੍ਹੀ ਡਾਟੇ ਦਾ ਸਿੱਟਤਾ, ਹੈ ਨਾ, ਪਲੇਟ ਰੈਸਟੋਰੈਂਟ 'ਚ ਖਾਣਾ ਖਾਧਾ, ਟੇਬਲ ਥੱਲੇ ਵੜਤੀ ਜਿਵੇਂ ਇੱਥੇ ਹੁੰਦਾ। ਹਾਂ, ਅਤੇ ਉਹੀ ਜੇ ਤੁਸੀਂ ਕਿਸੇ ਗੋਰੇ ਦੇ ਫੰਕਸ਼ਨ ਜਾਓ ਜੀ, ਉੱਥੇ ਤੁਸੀਂ ਨਾ ਤਾਂ ਉਹ ਕਰਦੇ ਆ ਨਾ ਤੁਸੀਂ ਕਰਦੇ ਆ, ਠੀਕ ਹੈ ਨਾ, ਉਹ ਕਰਦੇ ਨਹੀਂ, ਨਾ ਨਾ ਉਹਨਾਂ ਸੁਭਾਅ 'ਚ ਹੀ ਹੈ ਨਹੀਂ ਉਹਨਾਂ ਨੂੰ, ਉਹਨਾਂ ਦੇ ਲਿਵਿੰਗ ਸਟਾਈਲ ਦੇ ਫਰਕ ਆ ਨਾ। ਠੀਕ ਹੈ, ਉਹਨਾਂ ਨੂੰ ਆਪਣੀਆਂ ਜਿਹੜੀਆਂ ਬੇਸਿਕ ਕਦਰਾਂ ਕੀਮਤਾਂ ਦਾ ਪਤਾ ਵੀ ਕਿਵੇਂ ਰਹਿਣਾ ਕੀ ਕਰਨਾ, ਅਤੇ ਅਸੀਂ ਇੱਥੋਂ ਵਾਲਾ ਸਿਸਟਮ ਉੱਥੇ ਵੀ ਚਲਾਉਂਦੇ ਜਾ ਕੇ। ਹੁਣ ਇਸੇ ਕਰਕੇ ਚੀਕਾਂ ਵੱਜ ਰਹੀਆਂ ਜ਼ਿਆਦਾ। ਹਾਂ, ਇੱਥੇ ਹੁਣ ਜਿਹੜੇ ਪਲਾਜ਼ਿਆਂ ਦੇ ਵਿੱਚ ਲੜਾਈਆਂ ਹੁੰਦੀਆਂ, ਅਤੇ ਪਲਾਜ਼ਿਆਂ ਕਈਆਂ ਸਟੂਡੈਂਟ ਜਾਂ ਉੱਥੋਂ ਦੇ ਬੰਦੇ ਜਿਹੜੇ ਵੀ ਉੱਥੇ ਇਹਨੇ ਮਤਲਬ ਚੀਜ਼ਾਂ ਕਰਦੇ ਨੇ ਗਲਤ, ਉਹ ਬੈਨ ਹੈਗੇ ਨੇ, ਪੁਲਿਸ ਖੜ੍ਹਦੀ ਹੈ ਸਪੈਸ਼ਲ ਉੱਥੇ, ਇਹਨਾਂ ਕਰਕੇ ਖੜ੍ਹਦੀ ਹੈ, ਉਹ ਗਲਤ ਹਰਕਤਾਂ ਕਰਕੇ ਖੜ੍ਹਦੀ ਹੈ। ਬਈ ਜਿਵੇਂ ਆਪਾਂ ਦੇਖਦੇ ਹਾਂ ਉੱਥੇ ਸਟੂਡੈਂਟ ਦੀ ਲਾਈਫ ਨੂੰ, ਜਿਵੇਂ ਤੁਸੀਂ ਵੀ ਕਹਿ ਰਹੇ ਹੋ, ਹਾਂਜੀ, ਹੁਣ ਸਟੂਡੈਂਟ ਦੀ ਲਾਈਫ ਕਿਸ ਤਰੀਕੇ ਦੀ ਹੈ, ਕਿੰਨਾ ਕੁ ਫਾਇਦਾ ਹੈ ਉੱਥੇ ਜਾਣ ਦਾ, ਜਾਂ ਹੁਣ ਅੱਜ ਦੇ ਹਾਲਾਤ ਕੀ ਨੇ ਉੱਥੋਂ ਦੀ ਸਟੂਡੈਂਟ ਦੀ ਜ਼ਿੰਦਗੀ ਦੇ? ਸਭ ਤੋਂ ਪਹਿਲਾਂ ਤਾਂ ਇਹ ਵੀ ਕਿੰਨਾ ਫਾਇਦਾ ਜਾਣ ਦੇ ਵਿੱਚ, ਇੱਕ ਹੋਰ ਚੀਜ਼ ਹੈ ਵੀ ਚਾਹੇ ਤੁਹਾਡਾ ਜਿਹੜੇ ਬੰਦੇ ਇੱਥੇ ਸਹਿੰਦੇ ਨੇ ਉਹਨਾਂ ਲਈ ਤਾਂ ਮੈਂ ਹੱਥ ਜੋੜ ਕੇ ਕਹੂੰਗਾ ਵੀ ਤੁਸੀਂ ਨਾ ਜਾਓ, ਠੀਕ ਹੈ, ਇੱਥੇ ਵੀ ਕੰਮ ਬਥੇਰੇ ਨੇ ਕਰਨ ਵਾਲੇ, ਅਤੇ ਪਰ ਉੱਥੋਂ ਦੇ ਹਾਲਾਤ ਅੱਜ ਕੱਲ੍ਹ ਇਹ ਨੇ ਵੀ ਜਿਹੜਾ ਬੰਦਾ ਸਹਿੰਦਾ ਨਾ ਜਾਵੇ। ਜਿਹੜਾ ਬੰਦਾ ਮਾਤੜ ਕੋਈ ਜਿਹਦਾ ਨਹੀਂ ਇੱਥੇ ਹਾਲਾਤ ਮਾੜੇ ਨੇ ਕਰਦੇ, ਜੇ ਉਹਦਾ ਚਾਂਸ ਬਣਦਾ ਉਹ ਜ਼ਰੂਰ ਜਾਵੇ, ਠੀਕ ਹੈ। ਉਹਦੇ ਲਈ ਯਾਨੀ ਜੇ ਆਪਾਂ ਧਾਰਮਿਕ ਲੈਵਲ 'ਤੇ ਗੱਲ ਕਰੀਏ ਵੀ ਰੱਬ ਉਹਦੀ ਬਾਂਹ ਜ਼ਰੂਰ ਫੜੇ, ਠੀਕ ਹੈ, ਉਹ ਜ਼ਰੂਰ ਜਾਵੇ, ਪਰ ਉਹ ਜਾਵੇ ਕਿੱਥੇ, ਇਸ ਚੀਜ਼ ਦਾ ਉਹਨੂੰ ਵਿਚਾਰ ਕਰਨਾ ਚਾਹੀਦਾ, ਠੀਕ ਹੈ, ਉਹਨੇ ਇੱਥੇ ਰਹਿਣਾ ਕਿਹਦੇ ਕੋਲ ਆ, ਅਤੇ ਉੱਥੇ ਗਾਂ ਕੰਮ ਕਿੱਥੇ ਮਿਲਣਾ। ਹੁਣ ਉੱਥੇ ਕੰਮ ਆਏ ਨਹੀਂ ਹੈਗਾ ਵੀ ਕੰਮ ਹੈ ਨਹੀਂ ਗੇ, ਕੰਮ ਹੈਗੇ ਨੇ, ਪਰ ਹੁੰਦਾ ਕੀ ਹੈ, ਮੰਨ ਲਓ ਵੀ ਮੈਂ ਸਟੂਡੈਂਟ ਗਿਆ, ਮੈਂ ਵੈਨਕੂਵਰ ਯੂਨੀਵਰਸਿਟੀ ਜਾਂ ਕੈਲਗਰੀ ਯੂਨੀਵਰਸਿਟੀ ਜਾਂ ਲੈਥਬ੍ਰਿਜ ਜਾਂ ਬਰੈਂਪਟਨ ਯੂਨੀਵਰਸਿਟੀ 'ਚ ਦਾਖਲਾ ਲੈ ਲਿਆ, ਹੁਣ ਮੈਨੂੰ ਉਹ ਯੂਨੀਵਰਸਿਟੀ ਦੇ ਆਸੇ ਪਾਸੇ ਰਹਿਣਾ ਮੇਰੀ ਮਜਬੂਰੀ ਆ, ਕਿਉਂਕਿ ਜਾਣ ਸਾਰ ਲਾਇਸੈਂਸ ਨਹੀਂ ਬਣਦਾ, ਜੇ ਲਾਇਸੈਂਸ ਨਹੀਂ ਹੈਗਾ ਤੁਸੀਂ ਕਾਰ ਨਹੀਂ ਚਲਾ ਸਕਦੇ, ਜੇ ਕਾਰ ਨਹੀਂ ਹੈਗੀ ਤੁਸੀਂ ਯੂਨੀਵਰਸਿਟੀ ਨਹੀਂ ਜਾ ਸਕਦੇ, ਜੇ ਯੂਨੀਵਰਸਿਟੀ ਨਹੀਂ ਜਾਓਗੇ ਤੁਹਾਡਾ ਉਹ PR ਨਹੀਂ ਹੋਏਗਾ।
ਇਸ ਕਰਕੇ ਯੂਨੀਵਰਸਿਟੀਆਂ ਦੇ ਆਸੇ ਪਾਸੇ ਸਟੂਡੈਂਟਸ ਦਾ ਰਹਿਣਾ, ਉਹਨਾਂ ਦੀ ਭਰਮਾਰ, ਇਹ ਮਤਲਬ ਉਹ ਕਾਰਨ ਹੈ। ਖਾਸ ਕਰਕੇ ਜੋ ਮੁੰਡੇ ਦਾ ਮੰਨ ਲਓ ਗੱਡੀਆਂ ਗੁੱਡੀਆਂ ਫਿਰ ਵੀ ਚਲਾਈ ਫਿਰਦੇ, ਇੱਥੇ ਵੀ ਉੱਥੇ ਵੀ ਲੈ ਲੈਂਦੇ, ਲਾਇਸੈਂਸ ਚਲਾ ਲੈਂਦੇ। ਕੁੜੀਆਂ ਫਿਰ ਵੀ ਹਜੇ ਵਿਚਾਰੀਆਂ ਉਹ ਝਿਜਕਦੇ ਆ ਇਸ ਚੀਜ਼ ਤੋਂ। ਉੱਥੇ ਹੁਣ ਜਿਹੜਾ ਬੰਦਾ ਯੂਨੀਵਰਸਿਟੀ ਦੇ ਦਾਲੇ ਰਹਿੰਦਾ, ਉਹਨੇ ਕੰਮ ਵੀ ਉਹਦੇ ਆਸੇ ਪਾਸੇ ਲੱਭਣਾ, ਅਤੇ ਕੰਮ ਤਾਂ ਉੱਥੇ ਲਿਮਿਟਡ ਨੇ ਨਾ ਉਹ ਹੀ। ਜੇ ਮੰਨ ਲਓ 100 ਬੰਦੇ ਦਾ ਕੰਮ ਹੈ ਅਤੇ ਉੱਥੇ ਕੰਮ ਲੱਭਣ ਵਾਲਾ 1000 ਬੰਦਾ, ਫਿਰ ਕੰਮ ਤਾਂ 100 ਨੂੰ ਮਿਲੇਗਾ ਨਾ। ਸੋ ਇਸ ਕਰਕੇ ਵੀ ਜਿਹੜਾ ਬੰਦਾ ਜਾਂਦਾ ਉਹ ਕੋਸ਼ਿਸ਼ ਕਰੇ ਵੀ ਉਸ ਭੀੜ ਭੜੱਕੇ ਵਾਲੇ ਏਰੀਏ ਤੋਂ ਬਾਹਰ ਦੂਰ ਰਹੇ, ਜੇ ਰਹਿ ਸਕਦਾ ਤਾਂ ਠੀਕ ਹੈ। ਅਤੇ ਉੱਥੇ ਕੰਮ ਹੈਗੇ ਨੇ। ਹੁਣ ਕੰਮ ਨਾ ਹੋਣ ਦੇ ਰੌਲਾ ਇਸ ਕਰਕੇ ਪੈ ਰਿਹਾ ਕਿਉਂਕਿ ਉਹ ਇੱਕ ਲਿਮਿਟਡ ਏਰੀਏ 'ਚ ਲੋਕ ਇਕੱਠੇ ਹੋ ਗਏ। ਠੀਕ ਹੈ। ਬਾਹਰ ਕੰਮ ਤਾਂ ਹੈਗੇ ਨੇ ਕੈਨੇਡਾ ਦੇ ਵਿੱਚ, ਫਿਰ ਉਹਦੇ ਵਿੱਚ ਕਈ ਬਾਉਂਡ ਆ ਜਾਂਦੇ ਨੇ ਵੀ ਜਿਹੜੇ ਕੰਮ ਨੇ ਉਹ ਜਿਹੜੇ ਕੈਨੇਡੀਅਨ PR ਨੂੰ ਹੀ ਮਿਲ ਸਕਦੇ ਨੇ ਜੀ, ਜਾਂ ਤਜਰਬੇ ਵਾਲੇ ਬੰਦੇ ਨੂੰ ਮਿਲ ਸਕਦੇ ਨੇ। ਹੁਣ ਜਿਹੜਾ ਫਰੈਸ਼ ਬੰਦਾ ਜਾਂਦਾ ਉਹਨੇ ਕੋਲ ਤਾਂ ਹਰ ਸਾਲ ਦਾ ਹਰ ਚੀਜ਼ ਦਾ ਤਜਰਬਾ ਨਹੀਂ ਨਾ ਹੁੰਦਾ, ਇਸ ਕਰਕੇ ਕੰਮਾਂ ਦੀ ਘਾਟ ਦਾ ਰੌਲਾ ਪੈ ਰਿਹਾ। ਅਤੇ ਪਰ ਕੈਨੇਡੀਅਨ ਲੈਵਲ 'ਤੇ ਵੈਸੇ ਵੀ ਜਿੰਨੇ ਕੰਮ ਹੈਗੇ ਆ ਅਤੇ ਉਸ ਤੋਂ ਬਹੁਤ ਜ਼ਿਆਦਾ ਹੁਣ ਬੰਦੇ ਹੋ ਗਏ ਨੇ ਕੰਮ ਕਰਨ ਵਾਲੇ, ਇਸ ਕਰਕੇ ਕੰਮਾਂ ਦੀ ਵੀ ਘਾਟ ਹੈਗੀ ਆ। ਜਿਹੜੀ ਗੱਲ ਹੈਗੀ ਆ ਰਹਿਣ ਸਹਿਣ ਦੀ, ਬਹੁਤ ਔਖਾ ਵਿਚਾਰੇ ਸਟੂਡੈਂਟ, ਮਤਲਬ ਜੇ ਉਹਨੂੰ ਆਪਾਂ ਕਹੀਏ ਵੀ ਇੱਕ ਪਿੰਡ ਦੇ ਵਿੱਚੋਂ ਜੇ 10 ਬੰਦੇ ਬੱਚੇ ਜਾਂਦੇ ਆ ਮਹੀਨੇ 'ਚੋਂ, 10 ਦੇ ਵਿੱਚੋਂ ਮੈਨੂੰ ਨਹੀਂ ਲੱਗਦਾ ਕੋਈ, ਕਿਉਂਕਿ ਆਪਾਂ ਸਾਰੇ ਪਿੰਡਾਂ ਦੇ ਰਹਿਣ ਵਾਲੇ ਹਾਂ, ਵੀ ਦੋ ਬੰਦਿਆਂ ਕੋਲ ਮਸਾਂ ਸ਼ਮਤਾ ਹੋਏਗੀ ਜਿਹੜੇ ਉਹਨਾਂ ਨੂੰ ਪੈਸੇ ਕੈਸ਼ ਦੇ ਕੇ ਤੋਰ ਸਕਣ ਘਰੋਂ, ਜਾਂ ਕਿਸੇ ਨੂੰ ਕੁਛ ਵੇਚਣਾ ਪੈਂਦਾ, ਜਾਂ ਘਰ ਜਾਂ ਟਰੈਕਟਰ ਜਾਂ ਪੈਲੀ, ਫਿਰ ਉਹ ਪਿੱਛੇ ਪੈਸੇ ਦਿੰਦੇ ਨੇ ਵੀ ਜੀ। ਉੱਥੇ ਹੁਣ ਜਾ ਕੇ ਜੋ ਬੱਚੇ ਨੂੰ ਕੰਮ ਨਹੀਂ ਮਿਲਿਆ ਅਤੇ ਪਿੱਛੋਂ ਪੈਸੇ ਹੋਰ ਕਿੱਥੇ ਜਾਣੇ ਆ ਜੀ, ਉਹ ਤਾਂ ਜੋ ਕੋਲਜ ਗਏ ਪਹਿਲਾਂ ਲਾਤਾ ਉਹਦੇ ਉੱਪਰ, ਔਰ ਬੱਚਾ ਪੱਕਾ ਹੋਣ ਤੱਕ ਉੱਥੇ ਤਕਰੀਬਨ 50 ਲੱਖ ਰੁਪਇਆ ਲੱਗਦਾ ਕੁੱਲ ਮਿਲਾ ਕੇ, ਰੈਂਟ ਪਾ ਕੇ, ਖਾਣ ਪੀਣ ਪਾ ਕੇ, ਪੜ੍ਹਾਈ ਦਾ ਪਾ ਕੇ, ਉਹਦੀ ਟਿਊਸ਼ਨ ਫੀਸ ਪਾ ਕੇ, ਅਤੇ ਸਾਰਾ ਕੁਛ ਪਾ ਕੇ 50 ਲੱਖ ਦੇ ਨੇੜੇ ਪਹੁੰਚ ਜਾ। ਹੁਣ 50 ਲੱਖ ਜੇ ਇੱਥੇ ਹੋਏ ਕਿਸੇ ਬੰਦੇ ਕੋਲ ਤਾਂ ਬੱਚਾ ਭੇਜੇ ਕਿਉਂ ਜੀ? ਉੱਥੇ ਬਹੁਤ ਔਖਾ ਹੈਗਾ ਬੱਚਿਆਂ ਦਾ, ਖਾਸ ਕਰਕੇ ਕੁੜੀਆਂ ਦਾ। ਕੁੜੀਆਂ ਦਾ ਕਿਵੇਂ? ਕੁੜੀਆਂ ਦਾ ਹੁਣ ਕਈ ਚੀਜ਼ਾਂ ਮੈਂ ਇੱਥੇ ਡਿਸਕਲੋਜ਼ ਨਹੀਂ ਕਰ ਸਕਦਾ ਪਬਲਿਕ ਦੇ ਵਿੱਚ ਜੀ, ਅਤੇ ਪਰ ਕੁੜੀਆਂ ਦਾ ਮਿਸਯੂਜ਼ ਬਹੁਤ ਹੋ ਰਿਹਾ ਉੱਥੇ। ਅੱਛਾ ਜੀ। ਹਾਂਜੀ, ਕਈ ਚੀਜ਼ਾਂ ਕਮਿਊਨਿਟੀ ਲੈਵਲ 'ਤੇ ਬਾਹਰ ਨਹੀਂ ਆਉਂਦੀਆਂ, ਔਰ ਬਹੁਤ ਮੰਦਭਾਗੀਆਂ ਨੇ ਅਤੇ ਉਦਾਸੀ ਵਾਲੀਆਂ ਨੇ। ਮਿਸਯੂਜ਼ ਤਾਂ ਖੈਰ ਪਤਾ ਨਹੀਂ ਇਹ ਕੀ ਹਿਸਾਬ ਤਾਂ ਹੈਗਾ, ਸਾਰੀ ਦੁਨੀਆ 'ਤੇ ਹੀ ਹੁੰਦਾ ਹੈਗਾ, ਪਰ ਅਸੀਂ ਤਾਂ ਆਪਣੇ ਬੱਚਿਆਂ ਦੀ ਗੱਲ ਕਰਾਂਗੇ ਕਿਉਂਕਿ ਅਸੀਂ ਤਾਂ ਜਿਹੜੇ ਖਿੱਤੇ ਨੂੰ ਬਿਲੋਂਗ ਕਰਦੇ ਹਾਂ, ਅਸੀਂ ਉਹਦੀ ਗੱਲ ਹੀ ਕਰਾਂਗੇ। ਹਾਂਜੀ। ਅਤੇ ਫਿਰ ਉਹ ਮਿਸਯੂਜ਼ ਦੇ ਵਿੱਚ ਹੋਰ ਅੱਗੇ ਬਹੁਤ ਸਾਰੀਆਂ ਮੁਸ਼ਕਲਾਂ ਨੇ ਜਿਹੜੀਆਂ ਉੱਥੋਂ ਦਾ ਮੀਡੀਆ ਨੇ ਬਾਹਰ ਆਉਣ ਦਾ ਪ੍ਰੋਪਰ, ਜਾਂ ਕਈ ਚੀਜ਼ਾਂ ਕੰਟਰੋਲ ਨੇ, ਹੈ ਨਾ, ਜਾਂ ਰੌਲਾ ਪੈਣ ਤੋਂ ਡਰਦੇ ਹਾਂ ਅਸੀਂ। ਔਰ ਸਾਡੇ ਆਪਦੇ ਦੇਖਣ ਦੀ ਗੱਲ ਹੈ, ਜਾਣੀ ਬਹੁਤ ਸਾਰੇ ਕੇਸ ਇੱਦਾਂ ਦੇ ਆ ਵੀ ਜਿਹਦੇ ਵਿੱਚ ਕੁੜੀਆਂ ਨੂੰ ਬੱਚੇ ਵੀ ਹੋ ਜਾਂਦੇ ਆ। ਓਕੇ। ਅਤੇ ਜਾਂ ਬੱਚੇ ਅਬੋਰਸ਼ਨ ਕੀਤੇ ਜਾਂਦੇ ਧੱਕੇ ਨਾਲ ਬੇਸਮੈਂਟਾਂ ਦੇ ਵਿੱਚ। ਅੱਛਾ ਜੀ। ਔਰ ਮੈਂ ਤਾਂ ਨਾਂ ਤਾਂ ਨਹੀਂ ਲੈ ਸਕਦਾ, ਪਰ ਉਹ ਹੈ ਸੱਚਾਈ ਆ, ਹਕੀਕਤ ਆ ਮੇਰੇ ਆਪਦੇ ਕੇਲਗਰੀ ਸ਼ਹਿਰ ਦੀ, ਜਿੱਥੇ ਬੱਚੇ ਨੂੰ ਜਨਮ ਦਵਾਇਆ ਗਿਆ, ਉਹ ਬੱਚਾ ਮਾਰ ਕੇ ਨੱਪਿਆ ਗਿਆ। ਉਹ ਸਟੂਡੈਂਟ ਕੁੜੀ ਸੀ, ਨਾ ਬਾਹਰ ਆਉਣ ਤੋਂ 100 ਚੀਜ਼ਾਂ ਕੀਤੇ, ਉਪਰਾਲੇ ਕੀਤੇ ਗਏ। ਅੱਛਾ ਜੀ। ਉਹ ਨਾਮਰ ਬੰਦੇ ਸੀਗੇ ਕੈਲਗਰੀ ਦੇ, ਜਿਨ੍ਹਾਂ ਦਾ ਕੋਈ ਸੀਗਾ ਲਿੰਕ, ਉਹ ਚੀਜ਼ਾਂ ਨੂੰ ਦਬਾਇਆ ਗਿਆ। ਔਰ ਇੱਦਾਂ ਦੇ ਬਹੁਤ ਕੇਸ ਨੇ, ਮਤਲਬ ਹੈਰਾਨੀਜਨਕ ਕੇਸ ਨੇ, ਅਤੇ ਮਤਲਬ ਕਿਰਾਏ ਨਹੀਂ ਦਿੱਤੇ ਜਾਂਦੇ ਬੱਚਿਆਂ ਤੋਂ, ਫਿਰ ਉੱਥੇ ਮਿਸਯੂਜ਼ ਹੋਣਾ ਕੁਦਰਤੀ ਗੱਲ ਆ।
ਕਿਉਂਕਿ ਜਿਹੜਾ ਬੰਦਾ ਸ਼ਿਕਾਰੀ ਹੈ ਉਹਦਾ ਸ਼ਿਕਾਰ ਕਰਨਾ ਹੀ ਹੈ, ਅਤੇ ਜਿਹੜਾ ਬੰਦਾ ਸ਼ਿਕਾਰ ਹੋ ਰਿਹਾ ਉਹਦੀ ਮਜਬੂਰੀ ਹੈ, ਉਹ ਹੁਣ ਕਰੇ ਤਾਂ ਕਰੇ ਵੀ ਕੀ, ਹੱਲ ਹੈ ਨਹੀਂ ਉਹਦੇ ਕੋਲ, ਹੱਲ ਹੈ ਨਹੀਂ, ਫਿਰ ਬਹੁਤ ਬੱਚੇ ਸੁਸਾਈਡ ਕਰਦੇ ਨੇ, ਪਿੱਛੋਂ ਪ੍ਰੈਸ਼ਰ ਹੈ, ਪਿੱਛੋਂ ਪ੍ਰੈਸ਼ਰ ਹੈ ਵੀ ਤੂੰ ਛੇਤੀ ਪੱਕਾ ਹੋ ਅਤੇ ਕਰਜ਼ਾ ਲਾ, ਜਾਂ ਸਾਡੇ ਛੋਟ ਮੁੰਡਾ ਇਹਦੀ ਉਮਰ ਹੋਈ ਜਾਂਦੀ, ਇਹਨੂੰ ਵੀ ਸੱਦ, ਮੰਮੀ ਡੈਡੀ ਨੇ ਵੀ ਗੇੜਾ ਮਾਰਨਾ ਉੱਥੇ। ਖਾਸ ਕਰਕੇ ਮੈਂ ਇੱਥੇ ਨਾ ਇੱਕ ਸਲਾਹ ਦੇਣਾ ਚਾਹੁੰਦਾ, ਜਿਹੜੇ ਬੱਚੇ ਗਏ ਨੇ ਉਹਨਾਂ ਦੇ, ਜਿਹਨਾਂ ਦੇ ਮਾਂ ਪਿਓ ਜਾਣਾ ਚਾਹੁੰਦੇ ਨੇ ਪਿੱਛੇ, ਹੱਥ ਬੰਨ ਕੇ ਬੇਨਤੀ ਵੀ ਉਹ ਨਾ ਜਾਓ। ਕੀ ਗੱਲ ਜੀ? ਉਹ ਕਾਰਨ ਇਹ ਹੈ ਵੀ ਮੰਨ ਲਓ ਕੁੜੀਆਂ ਜੀ, ਜਿੱਥੇ ਹੁਣ ਕੁੜੀਆਂ ਰਹਿੰਦੀਆਂ ਦੋ ਬੈਡਰੂਮ ਦੀ ਬੇਸਮੈਂਟ ਉਹਨਾਂ ਕੋਲ, ਉੱਥੇ ਚਾਰ ਚਾਰ ਪੰਜ ਪੰਜ ਕੁੜੀਆਂ ਰਹਿੰਦੀਆਂ, ਉਹ ਤਾਂ ਹੁਣ ਪਹਿਲਾਂ ਹੀ ਕੁੜੀਆਂ ਜਾਂ ਇਕੱਠੀਆਂ ਪੈਂਦੀਆਂ ਜਾਂ ਦੋ ਰੂਮਾਂ 'ਚ ਪੈਂਦੀਆਂ, ਦੋ ਸੋਫਿਆਂ 'ਤੇ ਪੈਂਦੀਆਂ, ਪਿੱਛੋਂ ਹੁਣ ਮਾਂ ਪਿਓ ਚਲੇ ਗਏ, ਉਹਨਾਂ ਨੂੰ ਕਿੱਥੇ ਪਾਣਗੀਆਂ ਉਹ? ਉਹਨਾਂ ਕੋਲ ਪਹਿਲੀ ਗੱਲ ਤਾਂ ਉਹਨਾਂ ਨੂੰ ਪਾਉਣ ਵਾਸਤੇ ਕੋਈ ਚੀਜ਼ ਨਹੀਂ ਹੈਗੀ, ਦੂਜੀ ਗੱਲ ਜਗ੍ਹਾ ਨਹੀਂ ਹੈਗੀ, ਹੁਣ ਬੇਸਮੈਂਟਾਂ ਉੱਥੇ ਆਪਣੇ ਵਾਂਗੂ ਘਰ ਤਾਂ ਵੱਡੇ ਵੱਡੇ ਹੈ ਨਹੀਂ ਗੇ, ਉੱਥੇ ਲਿਮਿਟਡ ਏਰੀਆ, ਕਈ ਜਿਹੜੇ ਵੱਡੇ ਘਰ ਆ ਉਹਨਾਂ ਨੇ ਦੋ ਦੋ ਬੇਸਮੈਂਟਾਂ ਹੀ ਬਣਾਈਆਂ ਹੋਈਆਂ, ਇੱਕ ਦੇ ਵਿੱਚ ਬਹੁਤ ਟਾਈਟ ਜਗ੍ਹਾ ਹੈਗੀ ਹੈ, ਜਿੱਥੇ ਜਾਣੀ ਚਾਰ ਪੰਜ ਬੱਚੇ ਮਸਾਂ ਹੀ ਉਹ ਜ਼ਿਆਦਾ ਸਰਵਾਈਵ ਕਰ ਸਕਦੇ ਆ, ਜਿੱਥੇ ਹੁਣ ਮਾਂ ਪਿਓ ਚਲੇ ਗਏ ਹੁਣ, ਜਾਂ ਜਿਵੇਂ ਕੁੜੀਆਂ ਜਾਂ ਮੁੰਡੇ ਵੀ ਹੈ ਉਹਨਾਂ ਦੀ ਆਪਦੀ ਪ੍ਰਾਈਵੇਸੀ ਹੈ ਉਹ ਏਜ ਦੇ ਹਿਸਾਬ ਨਾਲ, ਉੱਥੇ ਹੁਣ ਮਾਂ ਪਿਓ ਚਲੇ, ਜਾਂ ਡੈਡੀ ਚਲੇ ਗਿਆ ਮੁੰਡੇ ਕੋਲ, ਜਾਂ ਕੁੜੀ ਕੋਲ ਮਾਂ ਚਲੀ ਗਈ, ਉਹਨਾਂ ਦੀ ਵੀ ਆਪਦਾ ਪ੍ਰਾਈਵੇਸੀ ਲੈਵਲ ਇੱਕ ਜੀ, ਅਤੇ ਉਹ ਮੇਰੀ ਹੱਥ ਬਣ ਕੇ ਬੇਨਤੀ ਵੀ ਉਹ ਨਾ ਜਾਓ, ਜੇ ਤੁਹਾਡੇ ਬੱਚੇ ਕੋਲ ਰਹਿਣ ਨੂੰ ਆਪਦਾ ਖੁਦ ਦਾ ਘਰ ਹੈ, ਬੇਸਮੈਂਟ ਹੈ, ਇਕੱਲੀ ਰਹਿ ਸਕਦੀ ਹੈ, ਨਾਲ ਤੁਸੀਂ ਉਹਦੀ ਹੈਲਪ ਕਰ ਸਕਦੇ, ਜ਼ਰੂਰ ਜਾਓ, ਕੋਈ ਚੱਕਰ ਨਹੀਂ, ਪਰ ਜਿਹਨੇ ਬੱਚਿਆਂ ਕੋਲ ਜਾ ਕੇ ਰਹਿਣਾ ਉਹ ਨਾ ਜਾਓ। ਜਦੋਂ ਸਟਰਗਲ ਦੇ ਵਿੱਚ ਹੈ ਉਦੋਂ ਉੱਥੇ ਨਹੀਂ ਜਾਣਾ ਚਾਹੀਦਾ? ਨਹੀਂ, ਜਦੋਂ ਬੱਚਾ, ਹੁਣ ਇੱਥੇ ਬਹੁਤ ਕੇਸ ਦੇਖਿਆ ਵੀ ਕੁੜੀ ਗਈ ਤਿੰਨਾਂ ਮਹੀਨਿਆਂ ਬਾਅਦ ਮਾਂ ਪਿਓ ਚੜ੍ਹ ਗਏ ਪਿੱਛੇ, ਹੁਣ ਗੌਰਮੈਂਟ ਦਾ ਵੀਜ਼ਾ ਦੇ ਤਾ, ਇਹਦਾ ਮਤਲਬ ਇਹ ਥੋੜ੍ਹੀ ਵੀ ਤੁਸੀਂ ਵੀ ਨਾਲ ਚੜ੍ਹ ਜਾਓ ਜਾ ਕੇ, ਪਹਿਲਾਂ ਤਾਂ ਉਹਦੇ ਆਪਦੇ ਪੈਰ ਨਹੀਂ ਲੱਗੇ ਜੇ। ਉੱਥੇ ਹੁਣ ਕੋਈ ਵੀ ਬੱਚਾ ਜਿਹੜਾ ਉਹ ਸਾਲ ਤਾਂ ਇੱਧਰ ਉੱਧਰ ਆਈ ਤੁਰਿਆ ਫਿਰਦਾ, ਅੱਜ ਇਸ ਬੇਸਮੈਂਟ 'ਚ, ਕੱਲ੍ਹ ਨੂੰ ਹੋਰ ਬੇਸਮੈਂਟ 'ਚ, ਕਿਉਂਕਿ ਪਹਿਲਾਂ ਪੈਸੇ ਨਹੀਂ ਹੁੰਦੇ ਕੋਲ, ਕੋਈ ਕਹਿੰਦਾ ਚੱਲ ਤੂੰ ਬਿਨਾਂ ਮਹੀਨਾ ਰਹਿਲਾ, ਵੀਹ ਦਿਨ ਰਹਿਲਾ, ਉਹ ਮੁੜ ਕੇ ਕਹਿੰਦਾ ਭਾਈ ਹੁਣ ਲਿਆ ਪੈਸੇ, ਖਾਣੇ ਦੇ ਲਿਆ, ਰਹਿਣ ਦੇ ਲਿਆ ਨਾਲ, ਫਿਰ ਜੋ ਨਹੀਂ ਹੁੰਦੇ ਅਗਲਾ ਕਹਿੰਦਾ ਭਾਈ ਜਾ, ਫਿਰ ਹੋਰ ਕਿਤੇ ਚਲਿਆ ਜਾਂਦਾ, ਜਦ ਨੂੰ ਮਾਂ ਪਿਓ ਜਾ ਵੜਦੇ ਆ, ਫਿਰ ਉਹ ਜਿਹੜੇ ਮਾਂ ਪਿਓ ਉਹਨਾਂ ਨੂੰ ਉੱਥੇ ਜਾ ਕੇ ਪਤਾ ਲੱਗਦਾ ਯਾਰ ਅਸੀਂ ਇਹ ਕੀ ਕਰ ਬੈਠੇ, ਅਸੀਂ ਕੀ ਕਰ ਬੈਠੇ। ਸੋ ਇਸ ਕਰਕੇ ਹੱਥ ਬੰਨ ਕੇ ਬੇਨਤੀ ਆ ਵੀ ਮਾਂ ਪਿਓ ਪਿੱਛੋਂ ਨਾ ਜਾਓ, ਜਿੰਨਾ ਚਿਰ ਤੁਹਾਡਾ ਬੱਚਾ ਉੱਥੇ ਸੈਟਲ ਨਹੀਂ ਹੁੰਦਾ। ਹਾਂਜੀ, ਨਸ਼ੇ ਦੀ ਕੀ ਹਾਲਤ ਆ ਬਈ? ਨਸ਼ੇ ਦੀਆਂ ਬੜੀਆਂ ਖ਼ਬਰਾਂ ਆਉਂਦੀਆਂ, ਇਸ ਤੱਕ ਵੀ ਕਹਿੰਦੇ ਕਿ ਉਹਨਾਂ ਨੇ ਇੱਥੇ ਲੀਗਲ ਕਰ ਦਿੱਤਾ, ਨਸ਼ੇ ਦੇ ਕੀ ਹਾਲਾਤ ਨੇ ਉੱਥੇ? ਲੀਗਲ ਕਰਨ ਪਿੱਛੇ ਵੀ ਕਾਰਨ ਨੇ, ਕਿਉਂਕਿ ਪਹਿਲਾਂ ਮੈਰੂਆਨਾ ਉਹਨਾਂ ਨੇ ਲੀਗਲ ਕੀਤਾ, ਜਿਹੜਾ ਸੁੱਖਾ ਕਹਿ ਦਿੰਦੇ, ਭੰਗ ਕਹਿ ਦਿੰਦੇ, ਹਾਂ, ਉਹਦੇ ਪਿੱਛੇ ਕਾਰਨ ਇਹ ਸੀਗਾ ਵੀ ਉਹਨੂੰ ਉਹ ਕੰਟਰੋਲ ਨਹੀਂ ਕਰ ਸਕੇ। ਠੀਕ ਹੈ, ਫਿਰ ਉਹਨਾਂ ਨੇ ਸੋਚਿਆ ਵੀ ਚਲੋ ਕਿਉਂ ਨਾ ਅਸੀਂ ਇਹਨੂੰ ਲੀਗਲੀ ਕਰ ਦਿਉ। ਲੀਗਲ ਦੇ ਨਾਲ ਫਿਰ ਉਹਨਾਂ ਨੇ ਆਪਣੀਆਂ ਦੁਕਾਨਾਂ ਖੋਲ੍ਹਤੀਆਂ ਸੁੱਖੇ ਵਾਲੀਆਂ, ਵੀ ਜਿਹੜੀ ਬਲੈਕ ਮਾਰਕੀਟ 'ਚੋਂ ਇਹਨੂੰ ਆਊਟ ਕਰ ਦਿਓ ਅਤੇ ਆਪਾਂ ਆਪਦੀ ਕਮਾਈ ਦਾ ਸਾਧਨ ਬਣਾਓ, ਔਰ ਬਹੁਤ ਵੱਡਾ ਕਮਾਈ ਦਾ ਸਾਧਨ ਬਣਿਆ ਗੌਰਮੈਂਟ ਦਾ। ਠੀਕ ਹੈ ਜੀ, ਹੁਣ ਉੱਥੇ ਜਿਹੜਾ ਸੁੱਖਾ ਹੈ ਉਹ ਅਲੱਗ ਅਲੱਗ ਤਰ੍ਹਾਂ ਮਿਲਦਾ, ਵੀ ਤੁਸੀਂ ਹੱਸਣ ਵਾਸਤੇ ਕੁਛ ਚੀਜ਼ ਲੈਣਾ, ਉਹ ਪੜ੍ਹਨ ਵਾਸਤੇ ਲੈਣਾ, ਅੱਛਾ, ਭਗਤੀ ਕਰਨ ਵਾਸਤੇ ਲੈਣਾ ਜਿਹਨੂੰ ਮੈਡੀਟੇਸ਼ਨ ਕਹਿ ਦਿੰਦੇ ਹਾਂ, ਜਾਂ ਤੁਸੀਂ ਪਾਰਟੀ ਲਈ ਲੈਣਾ ਹੈ ਨਾ, ਫੰਕਸ਼ਨ ਲਈ ਲੈਣਾ, ਉੱਦਾਂ ਅਲੱਗ ਅਲੱਗ ਚੀਜ਼ਾਂ ਨੇ, ਉਹ ਟੋਫੀਆਂ ਦੇ ਰੂਪ 'ਚ ਵੀ ਅਵੇਲੇਬਲ ਆ, ਉਹ ਬਿਸਕੁਟਾਂ ਦੇ ਰੂਪ 'ਚ ਵੀ ਅਵੇਲੇਬਲ ਆ, ਉਹ ਸਿਗਰਟ ਦੇ ਰੂਪ 'ਚ ਵੀ ਅਵੇਲੇਬਲ ਆ, ਉਹ ਤੇਲ ਦੇ ਰੂਪ 'ਚ ਵੀ ਅਵੇਲੇਬਲ ਆ, ਅਤੇ ਉਹ ਕਈ ਉਹਦੇ 'ਚ ਕਈ ਪ੍ਰਕਾਰ ਦੇ ਮਤਲਬ ਪਦਾਰਥ ਬਣਾ ਤੇ ਉਹਨਾਂ ਨੇ, ਉਹ ਕਮਾਈ ਦਾ ਸਾਧਨ ਬਣ ਗਿਆ ਉਹਨਾਂ ਦਾ, ਨਾਲ ਲੋਕਾਂ ਦਾ ਰੁਜ਼ਗਾਰ ਵੀ ਬਣ ਗਿਆ। ਜਿਵੇਂ ਆਪਣੀਆਂ ਡਿਸਪੈਂਸਰੀਆਂ ਖੁੱਲ੍ਹੀਆਂ, ਇੱਦਾਂ ਉੱਥੇ ਸੁੱਖੇ ਵਾਲੀਆਂ ਡਿਸਪੈਂਸਰੀਆਂ ਖੁੱਲ੍ਹੀਆਂ ਹੈਗੀਆਂ। ਠੀਕ ਹੈ, ਉਹ ਹੈਗੇ ਸੁੱਖੇ ਦੀਆਂ,
ਬਾਅਦ ਚ ਫਿਰ ਉਹ ਚਲੋ ਹੋਇਆ ਰੌਲਾ ਪੈਂਦਾ ਰਿਹਾ ਆਹ ਕੋਕੇਨ ਦਾ ਜਾਂ ਹੋਰ ਹੈਰੋਇਨ ਦਾ, ਹੈਰੋਇਨ ਤੇ ਉਦੋਂ ਗਾਂ ਹੋਰ ਜ਼ਿਆਦਾ ਡਰੱਗ ਵੱਡੀਆਂ ਨੇ ਉਦੋਂ ਤਾਂ, ਹੈਰੋਇਨ ਤੋਂ ਵੀ ਉੱਪਰ ਡਰੱਗ ਨੇ ਹੈਗੀਆਂ ਉੱਥੇ ਜਿਹਨੂੰ ਮੈਥਾ ਸਮਥਿੰਗ ਕੁਛ ਹੈਗਾ, ਅਤੇ ਉਹ ਵੀ ਫਿਰ ਉਹਨਾਂ ਨੇ ਦੇਖਿਆ ਵੀ ਨਹੀਂ ਲੋਟ ਆਉਂਦਾ, ਫਿਰ ਉਹਨਾਂ ਨੇ ਉਹ ਕੁਛ ਗ੍ਰਾਮ ਉਹ ਵੀ ਲੀਗਲਾਈਜ਼ ਕਰਤਾ ਉਹਨਾਂ ਨੇ। ਔਰ ਦੂਜੀ ਗੱਲ ਹੈ ਵੀ ਹਾਲਾਤ ਕੀ ਨੇ, ਹਾਲਾਤ ਮਾੜੇ ਨੇ, ਬਹੁਤ ਜ਼ਿਆਦਾ ਮਾੜੇ ਨੇ। ਇੱਥੇ ਸਾਡੇ ਇੰਡੀਆ 'ਚ ਹੈਗਾ ਨਸ਼ਾ ਪਰ ਉਹਨਾਂ ਨਹੀਂ ਹੈਗਾ, ਉਹਦੇ ਨੇੜੇ ਤੇੜੇ ਵੀ ਨਹੀਂ ਹੈਗਾ। ਕੈਨੇਡਾ ਦੇ ਨਹੀਂ, ਉਹਦੇ ਨੇੜੇ ਤੇੜੇ ਵੀ ਨਹੀਂ ਹੈਗਾ। ਉੱਥੇ ਤੁਸੀਂ ਉੱਥੇ ਤਾਂ ਮਤਲਬ ਫੋਨਾਂ 'ਤੇ ਤੁਸੀਂ ਆਰਡਰ ਹੋ ਜਾਂਦਾ, ਐਪ ਬਣੇ ਨੇ ਬਲੈਕ ਮਾਰਕੀਟ ਦੇ, ਅਤੇ ਐਪ 'ਤੇ ਮਤਲਬ ਪਾਓ ਪਾਉਂਦੇ ਨੇ ਮੁੰਡੇ ਕੁੜੀਆਂ ਮੈਸੇਜ ਇਹਨਾਂ ਨੂੰ ਜਿਹੜੇ ਨਸ਼ਾ ਕਰਦੇ ਨੇ। 2 ਮਿੰਟ 'ਚ ਤੁਹਾਡੇ ਘਰ ਬੰਦਾ ਆ ਜਾਂਦਾ, ਤੁਹਾਡੇ ਬਾਹਰ 'ਚ ਮੈਸੇਜ ਆ ਜਾਂਦਾ ਮੈਂ ਬਾਹਰ ਖੜ੍ਹਾਂ, ਲਿਆ ਵੀ ਫੜਿਆ ਅਤੇ ਪੈਸੇ ਪੈਸੇ ਤਾਂ ਪਹਿਲਾਂ ਹੀ ਦਿੱਤੇ ਹੁੰਦੇ ਆ। ਐਪ 'ਤੇ ਆ ਜਾਂਦਾ? ਬਿਲਕੁਲ ਜੀ, ਜਿਵੇਂ ਆਪਾਂ ਔਨਲਾਈਨ ਆਰਡਰ ਵਾਲੀਆਂ ਐਪ ਆ ਗਈਆਂ ਉਵੇਂ ਆ ਜਾਂਦਾ ਹੈ। ਹਾਂਜੀ, ਉਹ ਬਲੈਕ ਮਾਰਕੀਟ ਦੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਕਿ ਉਹ ਸਾਨੂੰ ਆਮ ਪਬਲਿਕ 'ਚੋਂ ਲੱਭਣ ਨੂੰ ਨਹੀਂ ਮਿਲਦੀਆਂ ਜਾਂ ਫੋਨਾਂ 'ਤੇ ਇੰਟਰਨੈਟ 'ਤੇ ਨਹੀਂ ਮਿਲਦੀਆਂ। ਠੀਕ ਹੈ, ਉਹ ਬਲੈਕ ਮਾਰਕੀਟ ਦਾ ਜਾਂ ਕਹਿ ਲਓ ਕਿ ਉਸ ਮਾਰਕੀਟ ਦੇ ਆਪਣੇ ਸਿਸਟਮ ਬਣਾਇਆ ਹੋਇਆ। ਠੀਕ ਹੈ, ਹਾਂਜੀ, ਜਿਹੜਾ ਕਿ ਹਜੇ ਬਾਹਲੇ ਲੋਕਾਂ ਨੂੰ ਨਹੀਂ ਪਤਾ ਉਹ, ਅਤੇ ਪਰ ਜਿਹੜੇ ਉੱਥੋਂ ਦੇ ਬੱਚੇ ਨੇ ਜਿਨ੍ਹਾਂ ਨਾਲ ਗੱਲਬਾਤ ਹੁੰਦੀ ਹੈ, ਕਿਉਂਕਿ ਮੈਂ ਵੀ ਉੱਥੇ ਬੱਸ ਚਲਾਉਂਦਾ ਹੈਗਾ ਐਡਮਿੰਟਨ ਟੂ ਕੈਲਗਰੀ, ਮੇਰੇ ਨਾਲ ਬਹੁਤ ਸਟੂਡੈਂਟ ਟਰੈਵਲ ਕਰਦੇ ਨੇ, ਗੱਲਬਾਤ ਦਾ ਮੌਕਾ ਮਿਲਦਾ, ਜਾਂ ਉੱਥੋਂ ਦੇ ਲੋਕਲ ਬੱਚੇ ਫੋਰਨ ਨੇ ਉਹਨਾਂ ਨਾਲ ਵੀ ਫਰੈਂਡਲੀ ਰਹੀਦਾ ਹੈਗਾ, ਉਹਨਾਂ ਤੋਂ ਮਤਲਬ ਚੀਜ਼ਾਂ ਕਈ ਕੱਢਣ ਦੀ ਕੋਸ਼ਿਸ਼ ਕਰੀਦੀ, ਫਿਰ ਪਤਾ ਚੱਲਦਾ ਵੀ ਇੱਥੇ ਅਸਲ ਜ਼ਿੰਦਗੀ ਕੀ ਹੈ। ਮਤਲਬ ਐਪ ਦੇ ਰਾਹੀਂ ਨਸ਼ਾ ਤੁਹਾਡੇ ਘਰ ਆ ਜਾਂਦਾ, ਤੁਸੀਂ ਆਰਡਰ ਕਰਨਾ, ਪੇਮੈਂਟ ਕਰਨੀ ਹੈ? ਪੇਮੈਂਟ ਹੋ ਜਾਣੀ ਨਾਲ ਦੀ, ਉਹ ਪਹਿਲਾਂ ਹੀ ਹੋ ਜਾਣੀ ਹੈ, ਉਹਨਾਂ ਨੇ ਤੁਹਾਨੂੰ ਨਸ਼ਾ ਆ ਕੇ ਮਤਲਬ ਹੋਮ ਡਿਲੀਵਰੀ, ਹੋਮ ਡਿਲੀਵਰੀ 2 ਮਿੰਟ ਦੇ ਵਿੱਚ, ਐਂਬੂਲੈਂਸ ਬਾਅਦ 'ਚ ਆਉਂਦੀ ਹੈ, ਐਂਬੂਲੈਂਸ ਆਉਣ ਨੂੰ 2.5 ਤੋਂ 3 ਜਾਂ 5 ਮਿੰਟ ਲੱਗਦੇ ਨੇ। ਠੀਕ ਹੈ, ਨਸ਼ਾ ਆਉਣ ਨੂੰ 2 ਮਿੰਟ ਲੱਗਦੇ ਨੇ, ਉਹਨਾਂ ਦੇ ਆਪਣੇ ਆਪਣੇ ਏਰੀਏ ਦੇ ਡੀਲਰ ਸੈੱਟ ਕੀਤੇ ਨੇ, ਨੈਟਵਰਕ ਹੈ, ਨੈਟਵਰਕ ਆ, ਉਹ ਡੀਲਰ ਸ਼ਾਪ ਕੀਤੇ, ਉਹ ਮੈਸੇਜ ਉਹਨੇ ਚਲਾ ਜਾਣਾ ਆਹ ਚੀਜ਼ ਚਾਹੀਦੀ ਆ ਚੱਕੋ ਜੀ, ਅਤੇ ਫਿਰ ਫਿਰ ਇੱਥੋਂ ਨਾਲ ਤਾਂ ਜ਼ਿਆਦਾ ਅਵੇਲੇਬਲ ਆ ਨਾ, ਸੁੱਖ ਆ, ਔਰ ਬਹੁਤ ਲਾਰਜ ਲੈਵਲ 'ਤੇ ਉੱਥੇ ਦਾ ਨਸ਼ਾ ਵੀ ਇੰਨੀ ਪ੍ਰਕਾਰ ਦਾ ਕਿ ਪਤਾ ਹੀ ਨਹੀਂ ਕੀ ਹੈਗਾ ਉੱਥੇ ਕੀ ਆ। ਹਾਂਜੀ, ਜ਼ਿੰਦਗੀ ਬਈ, ਜ਼ਿੰਦਗੀ ਕੰਪੇਅਰ ਕਰਨੀ ਹੋਵੇ ਇੱਥੋਂ ਦੀ ਜ਼ਿੰਦਗੀ ਅਤੇ ਉੱਥੋਂ ਦੀ ਜ਼ਿੰਦਗੀ ਦੇ ਵਿੱਚ ਕੀ ਫਰਕ ਹੈ? ਇੱਥੋਂ ਅਤੇ ਉੱਥੋਂ ਦੀ ਜ਼ਿੰਦਗੀ ਵਿੱਚ 2 ਚੀਜ਼ਾਂ ਨੇ ਵੀ ਅਸੀਂ ਹੁਣ ਜ਼ਿੰਦਗੀ ਜਿਹੜੀ ਕੰਪੈਰੀਜ਼ਨ ਹੈਗਾ ਉਹ ਕਿਹਦੇ ਲਈ ਕਰ ਰਹੇ ਹਾਂ ਜੀ? ਇੱਥੋਂ ਗਿਆ ਲੋਕਾਂ ਦਾ ਹੀ ਕੰਪੈਰੀਜ਼ਨ ਕਰਦੇ ਹਾਂ ਕਿ ਉੱਥੋਂ ਜੰਮੇ ਬੱਚਿਆਂ ਦਾ ਕੰਪੈਰੀਜ਼ਨ ਕਰਦੇ ਹਾਂ? ਜਿਹੜੇ ਉੱਥੋਂ ਜੰਮੇ ਬੱਚੇ ਹੈ ਉਹਨਾਂ ਨੂੰ, ਉਹਨਾਂ ਲਈ ਤਾਂ ਜਿਹੜਾ ਇੰਡੀਆ ਉਹ ਇੱਕ ਘਿਰਨਾ ਵਾਂਗੂ ਸ਼ਬਦ ਹੈ। ਠੀਕ ਹੈ, ਹਾਂਜੀ, ਕਿਉਂਕਿ ਸਾਡੇ ਵਿੱਚ ਬਹੁਤ ਸਾਰੀਆਂ ਅਲਾਮਤਾਂ ਨੇ। ਜੇ ਹੁਣ ਕਈ ਬੰਦੇ ਕਹਿੰਦੇ ਵੀ ਉੱਥੇ ਜਿਹੜੇ ਜਵਾਕ ਆ ਉਹ ਗੁਰਦੁਆਰਿਆਂ ਨਾਲ ਨਹੀਂ ਜੁੜਦੇ ਪੂਰੇ ਜੀ, ਜਾਂ ਮਤਲਬ ਗੁਰਦੁਆਰੇ ਜਾਂਦੇ ਨੀ ਗੇ, ਪਰ ਉਹਦੇ ਪਿੱਛੇ ਵੀ ਟੁੱਟਦੇ ਜਾਂਦੇ, ਉਹਦੇ ਪਿੱਛੇ ਬਹੁਤ ਵੱਡੀ ਬਹਿਸ ਹੈ। ਅੱਛਾ ਜੀ, ਹਾਂ, ਜੇ ਬਹਿਸ ਕਰੀਏ ਤਾਂ ਬਹੁਤ ਲੰਮੀ ਹੈ। ਪਰ ਮੋਟਾ 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 ਇਹ ਹੈ ਵੀ ਪਹਿਲੀ ਗੱਲ ਤਾਂ ਸਾਡੇ ਜਿਹੜਾ ਧਰਮ ਦਾ ਵਿਸਥਾਰ ਇਸੇ ਕਰਕੇ ਨਹੀਂ ਹੋਇਆ ਕਿ ਇਹ 'ਚ ਕੱਟੜਪਣਾ ਬਹੁਤ ਆ ਫਲਾਤਾ। ਠੀਕ ਹੈ, ਵੀ ਤੂੰ ਹੁਣ ਵਰਸ਼ਾ ਲੈ ਕੇ ਬੰਦਾ ਖੜਾ, ਤੂੰ ਐਂ ਨਹੀਂ ਐਂ ਕਰਨਾ, ਤੁਸੀਂ ਉਹਨੂੰ ਪਿਆਰ ਨਾਲ ਚੀਜ਼ ਨੂੰ ਸਮਝਾਇਆ ਜਾ ਸਕਦਾ। ਇਵੇਂ ਉਹ ਜਿਹੜੇ ਬੱਚੇ ਉਹ ਇਰੀਟੇਟ ਹੁੰਦੇ ਆ ਵੀ ਸਾਡੇ ਤੁਸੀਂ ਧੱਕੇ ਨਾਲ ਨਾ ਥੋਪੋ ਚੀਜ਼ ਨੂੰ, ਥੋਪੋ ਨਾ ਥੋਪੋ ਨਾ ਵੀ ਸਾਨੂੰ ਉੱਦਾਂ ਸਮਝਾ ਦਿਓ। ਪਰ ਉੱਥੇ ਗੁਰਦੁਆਰਿਆਂ 'ਚ ਵੀ ਸਾਡੇ ਜਿਹੜੇ ਪ੍ਰਧਾਨ ਨੇ ਜਾਂ ਕੋਈ ਵੀ ਬੰਦੇ ਨੇ ਇੰਚਾਰਜ ਨੇ ਉਹ ਹੈ ਤਾਂ ਸਾਡੇ ਇੱਥੇ ਇੰਡੀਆ ਤੋਂ ਪੰਜਾਬ ਤੋਂ ਗਏ ਨੇ, ਉੱਥੋਂ ਦਾ ਜਿਹੜੇ ਬੋਰਨ ਬੱਚੇ ਤਾਂ ਬਹੁਤ ਘੱਟ ਨੇ ਕਿਸੇ ਖਾਸ ਗੁਰਦੁਆਰਿਆਂ 'ਚ ਹੋਣਗੇ, ਔਰ ਬਹੁਤ ਜਿਵੇਂ ਕੋਲੋਂ ਵੀ 90-95% ਇੱਥੋਂ ਵਾਲੇ ਬੰਦੇ ਨੇ।
ਆਦਤਾਂ ਇੱਥੋਂ ਵਾਲੀਆਂ ਨੇ ਉਹਨਾਂ ਨੇ, ਉਹੀ ਰੋਹਬ ਉਹੀ ਸਭ ਕੁਝ, ਉਹੀ ਰੋਹਬ ਵਾਲਾ ਮਤਲਬ ਉਹੀ ਕੱਟੜਤਾ ਵਾਲਾ। ਉਹ ਹੁਣ ਮੇਰਾ ਖੁਦ ਦਾ ਬੇਟਾ ਹੈ, ਭਾਣਜੇ ਭਾਣਜੀਆਂ ਨੇ ਸਾਰੇ ਨੇ, ਉਹ ਗੁਰਦੁਆਰੇ ਨਾਲ ਜੁੜੇ ਨੇ ਪਰ ਉਹ ਆਪਣੇ ਵੱਖਰੇ ਤਰੀਕੇ ਨਾਲ ਜੁੜੇ ਨੇ। ਜਦੋਂ ਉਹਨਾਂ ਦਾ ਜੀ ਕੀਤਾ ਉਹਨਾਂ ਨੇ ਜਾਣਾ, ਅਤੇ ਗੁਰਦੁਆਰਿਆਂ 'ਚ ਜਦੋਂ ਕੱਟੜਤਾ ਹੁੰਦੀ ਹੈ, ਜਿੱਥੇ ਵੀ ਕੱਟੜਤਾ ਹੁੰਦੀ ਹੈ ਉਹ ਜਾਣੋ ਹਟ ਜਾਂਦੇ। ਇਸ ਕਰਕੇ ਉੱਥੋਂ ਦੇ ਬੱਚੇ ਗੁਰਦੁਆਰਿਆਂ ਨਾਲ ਛੇਤੀ ਨਹੀਂ ਜੁੜਦੇ ਗੇ। ਮਤਲਬ ਉੱਥੇ ਦਾ ਮਾਹੌਲ ਲਿਬਰਲ ਜਾਂ ਹੋਊਗਾ, ਜਾਂ ਜਿਵੇਂ ਆਪਣੇ ਵੀ ਹੈ ਵੀ ਕੱਟੜਤਾ ਨੂੰ ਵੱਧ ਲੋਕ ਲਿਬਰਲ ਰਹਿ ਕੇ ਵੱਧ ਪਸੰਦ ਆ, ਵੀ ਆਜ਼ਾਦ ਜਾਂ ਰਹਿਣਾ ਸੌਖਾ ਜਾਂ। ਇਹ ਤਾਂ ਕੁਦਰਤੀ ਗੱਲ ਹੈ ਮਨਿੰਦਰ ਜੀ, ਤੁਸੀਂ ਆਪਣੇ ਘਰ ਦੀ ਗੱਲ ਲੈ ਲਓ, ਤੁਸੀਂ ਆਪਣੇ ਬੱਚਿਆਂ 'ਤੇ ਲੈ ਲਓ। ਹੁਣ ਬੱਚਾ ਮਾਂ ਦੇ ਨਾਲ ਕਿਉਂ ਜ਼ਿਆਦਾ ਜੁੜਦਾ? ਕਿਉਂ ਮਾਂ ਬੱਚੇ ਲਈ ਲਿਬਰਲ ਹੁੰਦੀ ਹੈ, ਪਿਤਾ ਥੋੜ੍ਹਾ ਜਿਹਾ ਸਖਤ ਹੁੰਦਾ, ਪਿਤਾ ਨਾਲ ਉਹਦੀ ਇੰਨੀ ਮਤਲਬ ਜਾਂ ਬਾਪ ਨਾਲ ਉੰਨੀ ਅਟੈਚਮੈਂਟ ਨਹੀਂ ਹੁੰਦੀ, ਕਿਉਂਕਿ ਮਾਂ ਬੱਚੇ ਲਈ ਮਾਂ ਹੀ ਰਹਿੰਦੀ ਹੈ, ਜਾਂ ਲਿਬਰਲ ਕਹਿ ਲਓ ਜਾਂ ਸੌਫਟ ਕਾਰਨਰ ਕਹਿ ਲਓ, ਸੌਫਟ ਕਾਰਨਰ ਕਹਿ ਲਓ। ਇਸੇ ਤਰ੍ਹਾਂ ਹੀ ਮਤਲਬ ਧਾਰਮਿਕ ਲੈਵਲ 'ਤੇ ਚੀਜ਼ਾਂ ਹੈਗੀਆਂ, ਜਾਂ ਹੁਣ ਪੰਜਾਬ ਲੈਵਲ 'ਤੇ ਵਰਲਡਵਾਈਡ ਲੈ ਲਓ, ਸਾਡਾ ਧਰਮ ਵਧਣ ਵਿਸਤਾਰ ਕਿਉਂ ਨਹੀਂ ਹੋ ਰਿਹਾ? ਕਿਉਂਕਿ ਇਹ ਇੱਕ ਵੱਖਰਾ ਜਿਹਾ ਜਾਣੀ ਕਿ ਜੀ ਕਹਿੰਦੇ ਪੂਛ 'ਤੇ ਪੈਰ ਰੱਖਣ ਵਾਲੀ ਗੱਲ ਹੈ। ਤਾਂ ਬਹੁਤ ਸਾਰੀਆਂ ਹੈ ਨੇ ਚੀਜ਼ਾਂ ਜਿਹੜੀਆਂ ਮਤਲਬ ਸਾਨੂੰ ਸੁਧਾਰ ਦੀ ਲੋੜ ਆ, ਸਮੇਂ ਦੇ ਹਿਸਾਬ ਨਾਲ ਅਪਡੇਟ ਹੋਣ ਦੀ ਲੋੜ, ਅਪਡੇਟ ਹੋਣ ਦੀ ਲੋੜ ਆ। ਜਿਵੇਂ ਜੇ ਅਸੀਂ ਆਪਣੇ ਆਪ ਨੂੰ ਅਪਡੇਟ ਕਰ ਰਹੇ ਹਾਂ, ਅਤੇ ਜੇ ਸਾਡੇ ਗੁਰੂ ਸਾਹਿਬਾਨ ਅੱਜ ਹੋਣ ਤਾਂ ਉਹ ਵੀ ਮਤਲਬ ਪੁਰਾਣੇ ਰੂਪ 'ਚ ਥੋੜ੍ਹੀ ਆਉਣਗੇ, ਉਹ ਵੀ ਤਾਂ ਅੱਜ ਨਵੀਂ ਅਪਡੇਟ ਸਮੇਂ ਦੇ ਨਾਲ ਅਪਡੇਟ ਚੀਜ਼ਾਂ 'ਚ ਆਉਣਗੇ, ਅਤੇ ਸਾਨੂੰ ਵੀ ਉਸ ਲੈਵਲ 'ਤੇ ਵੀ ਆਉਣਾ। ਬੱਚੇ ਇਸ ਚੀਜ਼ ਤੋਂ ਖਫਾ ਹੁੰਦੇ ਨੇ ਵੀ ਯਾਰ ਇਹ ਪੁਰਾਣੀਆਂ ਚੀਜ਼ਾਂ ਨੂੰ ਚੇਂਜ ਕਿਉਂ ਨਹੀਂ ਕਰਦੇ। ਇਹ ਫੈਕਟ ਹੈਗਾ ਕਿਤੇ ਨਾ ਕਿਤੇ, ਇਫੈਕਟ ਇਫੈਕਟ ਆ। ਇਹ ਇੱਕ ਇੱਕ ਗੱਲ ਹੋਰ ਆ, ਜਿਵੇਂ ਮਤਲਬ ਗੁਰਦੁਆਰਾ ਸਾਹਿਬ ਦੀ ਗੱਲ ਚੱਲੀ, ਜਿਵੇਂ ਉੱਥੇ ਜਿਹੜੇ ਗੁਰੂ ਘਰ ਨੇ, ਹਾਂਜੀ, ਉਹਨਾਂ ਦਾ ਕੀ ਕਿਸ ਤਰੀਕੇ ਦਾ ਰੋਲ ਰਿਹਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਜ਼ਿੰਦਗੀ? ਦੇਖੋ ਗੁਰੂ ਘਰ ਦਾ ਇੱਕ ਧਾਰਮਿਕ ਪੱਖ ਤਾਂ ਹੈਗਾ ਹੀ, ਅਸੀਂ ਉੱਥੇ ਆਸਥਾਨਾਂ ਤਾਂ ਜਾਂਦੇ ਹਾਂ, ਵੈਸੇ ਸਟੂਡੈਂਟ ਦੀ ਲਾਈਫ 'ਚ, ਉੱਥੋਂ ਦੇ ਰਹਿਣ ਵਾਲਿਆਂ ਦੀ ਲਾਈਫ 'ਚ, ਉਹ ਗੁਰਦੁਆਰਿਆਂ ਦਾ ਕਿਹੋ ਜਿਹਾ ਪ੍ਰਭਾਵ ਹੈ? ਮੇਰਾ ਮਕਸਦ ਤੁਸੀਂ ਸਮਝ ਹੀ ਰਹੇ ਹੋਵੋਗੇ ਕਿ ਜੀਵਨ ਦੇ ਨਾਲ ਉਹ ਗੁਰਦੁਆਰਾ ਜਾਂ ਗੁਰੂ ਘਰ ਕਿਸ ਤਰੀਕੇ ਨਾਲ ਜੁੜੇ ਆ, ਬਣੇ ਕਿਵੇਂ, ਮਤਲਬ ਕਿਸ ਕਿਸ ਪਰਪਜ਼ ਲਈ ਬਣਾਏ ਗਏ? ਜਿਵੇਂ ਸਮੇਂ ਸਮੇਂ 'ਤੇ ਚੀਜ਼ਾਂ 'ਤੇ ਬਦਲਾਅ ਤਾਂ ਆਉਂਦੇ ਆ, ਪਰ ਜਦੋਂ ਸ਼ੁਰੂਆਤ ਹੋਈ ਸੀ ਉਦੋਂ ਕੀ ਮਕਸਦ ਲੈ ਕੇ ਉੱਥੇ ਇਹ ਚੀਜ਼ਾਂ ਬਣੀਆਂ? ਵੈਸੇ ਤਾਂ ਜਿੱਥੇ ਸਿੱਖ ਜਾਂਦੇ ਆ ਕਹਿੰਦੇ ਉੱਥੇ ਗੁਰੂ ਘਰ ਤਬਾਨਾ ਲੰਗਰ, ਇਹ ਚੀਜ਼ ਤਾਂ ਜ਼ਰੂਰੀ ਹੈ, ਪਰ ਬੈਕਗ੍ਰਾਉਂਡ ਹੋਰ ਮੈਂ ਡੂੰਘਾਈ ਜਾਣਨਾ ਚਾਹੂੰਗਾ। ਇਹ ਤੁਸੀਂ ਨਾ ਬਹੁਤ ਵਧੀਆ ਸਵਾਲ ਪੁੱਛਿਆ। ਹੁਣ ਸਭ ਤੋਂ ਪਹਿਲਾਂ ਵੀ ਗੁਰੂ ਘਰ ਬਣੇ ਕਦੋਂ? ਹੁਣ 1900 ਦੇ ਆਸ ਪਾਸ ਜਦੋਂ ਸਾਡੇ ਬੰਦੇ ਪਹੁੰਚਦੇ ਨੇ ਅਮੈਰੀਕਾ ਦੇ ਵਿੱਚ, ਅਮੈਰੀਕਾ ਤੋਂ ਕੈਨੇਡਾ ਪਹੁੰਚਦੇ ਨੇ, ਅਤੇ ਉਦੋਂ ਫਿਰ ਉਹਨਾਂ ਨੇ ਸਭ ਤੋਂ ਪਹਿਲਾਂ ਅਮੈਰੀਕਾ ਦੇ ਵਿੱਚ ਤਾਂ ਜਿਹੜਾ ਗੁਰਦੁਆਰਾ ਬਣਿਆ ਸੀਗਾ 1800 ਕੁਛ ਦੇ ਆਸ ਪਾਸ ਸਟੋਕਟਨ ਦੇ ਵਿੱਚ, ਅਤੇ ਕੈਨੇਡਾ ਦੇ ਵਿੱਚ ਸਭ ਤੋਂ ਪਹਿਲਾਂ ਗੁਰਦੁਆਰਾ ਬਣਿਆ ਸੀ 1800 ਸ਼ਾਇਦ 82 ਕਿ 87 ਦੇ ਵਿੱਚ ਗੋਲਡਨ ਸ਼ਹਿਰ ਦੇ ਵਿੱਚ, ਅਤੇ ਉਸ ਤੋਂ ਬਾਅਦ ਨਾਲ ਫਿਰ ਵੈਨਕੂਵਰ ਵੀ ਉਦੋਂ ਗੁਰਦੁਆਰਾ ਬਣਿਆ, ਖਾਲਸਾ ਹਾਲ ਦਿਵਾਨ ਸੁਸਾਇਟੀ, ਅਤੇ ਬਹੁਤ ਔਖੇ ਬਣੇ ਗੁਰਦੁਆਰੇ ਉਹ। ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਲ ਹੈ ਵੀ ਬਣੇ ਕਿਵੇਂ ਜਾਂ ਕਿੱਦਾਂ, ਕੀ ਮੁਸ਼ਕਤ ਹੋਈ? ਉਦੋਂ ਵਿਚਾਰੇ ਜਿਹੜੇ ਸਾਡੇ ਪੁਰਖੇ ਗਏ ਸੀਗੇ, ਜਿਨ੍ਹਾਂ ਨੂੰ ਸਿੱਜਦਾ ਅੱਜ ਵੀ, ਜਿਨ੍ਹਾਂ ਨੇ ਆਪਣੀ ਇੰਨੀ ਸਖਤ ਮਿਹਨਤ ਨਾਲ ਗੁਰਦੁਆਰੇ ਬਣਾਏ, ਉਦੋਂ ਡਾਲਰ 75 ਪੈਸੇ ਦੇ ਆਸ ਪਾਸ ਤਨਖਾਹ ਹੁੰਦੀ ਸੀ ਮੇਰੇ ਹਿਸਾਬ ਨਾਲ, ਸ਼ਾਇਦ ਇਸ ਤੋਂ ਵੀ ਘੱਟ ਹੋਵੇ। ਉਹਦੇ 'ਚੋਂ ਆਪਦੇ ਪਰਿਵਾਰ ਵੀ ਪਾਲਦੇ ਸੀ, ਘਰ ਵੀ ਤੋਲਦੇ ਸੀ, ਗੁਰਦੁਆਰੇ ਬਣਾਉਣ ਵਾਸਤੇ ਪੈਸੇ ਇਕੱਠੇ ਕਰਦੇ ਸੀ। ਉਹਦੇ ਨਾਲ ਨਾਲ ਅਦਾਲਤਾਂ ਵਿੱਚ ਇੰਨੇ ਵਕੀਲਾਂ ਦੀਆਂ ਫੀਸਾਂ ਦਿੱਤੀਆਂ ਜਾਂਦੀਆਂ ਸੀ, ਜਿਹੜੇ ਮਤਲਬ ਕੇਸ ਲੜੇ ਜਾਂਦੇ ਸੀਗੇ, ਸਾਨੂੰ ਵੋਟ ਪਾਉਣ ਦਾ ਹੱਕ ਮਿਲੇ, ਸਾਨੂੰ ਪਰਿਵਾਰ ਮੰਗਾਉਣ ਦਾ ਹੱਕ ਮਿਲੇ, ਉਹ ਕੇਸ ਲੜੇ ਜਾ ਰਹੇ ਸੀ। ਉਦੋਂ ਗਿਣਤੀ ਕਿੰਨੀ ਕੁ ਹੁੰਦੀ ਸੀ? ਲੱਖਾਂ 'ਚ ਤਾਂ ਹੁੰਦੀ ਨਹੀਂ ਸੀ, ਸੌਆਂ ਦੇ ਵਿੱਚ ਹੁੰਦੀ ਸੀਗੀ। ਜਦੋਂ ਮੇਵਾ ਸਿੰਘ ਲੋਪੋਕ ਨੂੰ ਫਾਂਸੀ ਹੋਈ ਆ, ਉਦੋਂ 400 ਬੰਦਾ ਇਕੱਠ ਹੋਇਆ ਸੀ ਉੱਥੇ। ਕਿਵੇਂ, ਕੀ ਉਹ ਫਾਂਸੀ ਦੀ ਕੀ ਵਜ੍ਹਾ? ਮੈਂ
ਮਾਫ ਕਰਨਾ, ਮੇਵਾ ਸਿੰਘ ਲੋਪੋ ਕੇ ਜੇ ਮੈਂ ਆਪਾਂ ਥੋੜ੍ਹਾ ਜਿਹਾ ਵਿੱਛੇ ਤੋਂ ਹਟ ਗਏ ਹਾਂ, ਪਰ ਆਪਾਂ ਚਲੋ ਜ਼ਿਕਰ ਕਰ ਲੈਂਦੇ ਉਹਦਾ। ਮੇਵਾ ਸਿੰਘ ਲੋਪੋ ਕੇ ਇੱਕ ਇਹੋ ਜਿਹੀ ਸ਼ਖਸੀਅਤ ਸੀ, ਅਸੀਂ ਸ਼ਹੀਦ ਊਧਮ ਸਿੰਘ ਬਾਰੇ ਸਾਰੇ ਪੜ੍ਹਦੇ ਹੈਗੇ, ਸਾਡਾ ਸ਼ਹੀਦ ਹੋਇਆ, ਉਹਨੇ ਜਲ੍ਹਿਆਂਵਾਲਾ ਬਾਗ ਦਾ ਬਦਲਾ ਲਿਆ, ਪਰ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਵੀ ਇੱਕ ਹੋਰ ਊਧਮ ਸਿੰਘ ਹੋਇਆ ਜਿਹੜਾ ਸੀ ਮੇਵਾ ਸਿੰਘ ਲੋਪੋ ਕੇ। ਊਧਮ ਸਿੰਘ ਤੋਂ ਪਹਿਲਾਂ 1915 ਦੇ ਵਿੱਚ ਫਾਂਸੀ ਹੋ ਜਾਂਦੀ ਹੈ, 1914 ਦੇ ਵਿੱਚ ਉਹ WC ਕੀ ਨਾਂ ਸੀ ਉਹਦਾ, ਹੌਪਕਿਨਸਨ ਜਿਹੜਾ ਗੋਰਾ ਸੀ ਉਹਦਾ ਕਤਲ ਕਰ ਦਿੰਦਾ ਉਹ। ਕਿਹੜੀ ਗੱਲ? ਉਹ ਇਸ ਤਰ੍ਹਾਂ ਸੀ, ਜਿਹੜਾ ਹੌਪਕਿਨਸਨ ਸੀ ਉਹ ਇੱਕ ਬ੍ਰਿਟਿਸ਼ ਗੌਰਮੈਂਟ ਦਾ ਸੋਈਆ ਸੀ। ਜਦੋਂ ਕਾਮਾਗਾਟਾ ਮਾਰੂ ਜਹਾਜ਼ ਚੱਲਦਾ ਹੈਗਾ ਜਪਾਨ ਤੋਂ ਅਤੇ ਵੈਨਕੂਵਰ ਬੰਦਰਗਾਹ 'ਤੇ ਪਹੁੰਚਦਾ, ਬਜ ਤੱਕ ਲਗੱਤੇ ਸੀ, ਵੈਨਕੂਵਰ ਪੋਰਟ 'ਤੇ ਪਹੁੰਚਦਾ, ਅਤੇ ਉਦੋਂ ਉਹ ਵੀ ਨਾਲ ਜਾਣੀ ਸੂਈਆ ਉਹ ਪਹੁੰਚਦਾ ਉੱਥੇ ਕੈਨੇਡਾ, ਜਾਣੀ ਜਿੰਨੇ ਗਦਰੀ ਸੀਗੇ, ਕਿਉਂਕਿ ਉਸ ਟਾਈਮ 'ਤੇ ਗਦਰ ਮੂਵਮੈਂਟ ਉਹ ਬਹੁਤ ਜ਼ੋਰਾਂ 'ਤੇ ਸੀਗੀ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ, ਅਤੇ ਉਹਨਾਂ ਦੇ ਪਿੱਛੇ ਪਿੱਛੇ ਉਹ ਵੀ ਪਹੁੰਚਦਾ, ਅਤੇ ਉਹ ਉਸ ਟਾਈਮ 'ਤੇ ਗੁਰਦੁਆਰਾ ਖਾਲਸਾ ਦਵਾਨ ਸੁਸਾਇਟੀ ਵੈਨਕੂਵਰ ਬਣਿਆ ਸੀਗਾ, ਸ਼ੁਰੂਆਤੀ ਦਿਨਾਂ ਦੇ ਵਿੱਚ ਸੀਗਾ। ਉੱਥੇ ਜਿਹੜੇ ਮੇਵਾ ਸਿੰਘ ਲੋਪੋ ਕੇ ਸੀ ਇਹ ਗਦਰ ਪਾਰਟੀ ਦੇ ਵੈਨਕੂਵਰ ਏਰੀਏ ਦੇ ਮੋਢੀ ਵੀ ਸੀਗੇ, ਅਤੇ ਗੁਰੂ ਘਰ ਨੂੰ ਚਲਾਉਣ ਦੇ ਵਿੱਚ ਵੀ ਬਹੁਤ ਵੱਡਾ ਸਹਿਯੋਗ ਸੀ, ਅਤੇ ਉੱਥੇ ਕੀਰਤਨ ਵੀ ਕਰਦੇ ਸੀਗੇ ਜੀ। ਉਹ ਕੋਈ ਗੱਲ ਹੋਈ ਉਸ ਤਰ੍ਹਾਂ, ਲੰਬੀ ਬਹਿਸ ਹੈ ਪਰ ਮੈਂ ਸ਼ੋਰਟ ਦੇ ਵਿੱਚ ਦੱਸਾਂਗਾ ਵੀ ਹੌਪਕਿਨਸਨ ਨੇ ਉੱਥੇ ਗੁਰਦੁਆਰੇ ਉਸ ਦਿਨ ਕੋਈ ਸਪੈਸ਼ਲ ਪ੍ਰੋਗਰਾਮ ਸੀਗਾ ਧਾਰਮਿਕ, ਉੱਥੇ ਕੀਰਤਨ ਹੋ ਰਿਹਾ ਸੀ, ਸੰਗਤ ਬੈਠੀ ਸੀ, ਇਹਨਾਂ ਨੇ ਫਿਰ ਜਾ ਕੇ ਗੋਲੀਆਂ ਚਲਾਈਆਂ ਉੱਥੇ, ਉਹਦੇ ਵਿੱਚ ਬਹੁਤ ਉੱਥੇ ਮਤਲਬ ਹਫੜਾ ਦਫੜੀ ਦੇ ਵਿੱਚ ਬੰਦੇ ਮਾਰੇ ਗਏ, ਅਤੇ ਪਰ ਧੱਕੇ ਦੇ ਨਾਲ ਜਾਣੀ ਇਹਨਾਂ ਦੇ ਬੰਦੇ ਉਹ 'ਚ ਨਾਮਜ਼ਦ ਕਰਾਏ ਗਏ ਵੀ ਇਹਨਾਂ ਨੇ ਹੁੱਲੜਬਾਜ਼ੀ ਕੀਤੀ ਆ ਅਤੇ ਤਾਂ ਇੱਥੇ ਬੰਦੇ ਮਾਰੇ ਗਏ। ਉਹਦੇ ਵਿੱਚ ਮੇਵਾ ਸਿੰਘ ਲੋਪੋ ਕੇ ਨਾਮਜ਼ਦ ਹੋਇਆ, 3 ਬੰਦੇ ਹੋਰ ਨਾਲ ਨਾਮਜ਼ਦ ਹੋਏ, ਅਤੇ ਪਰ ਮੇਵਾ ਸਿੰਘ ਲੋਪੋ ਜਦੋਂ ਗੋਲੀਆਂ ਚੱਲਦੀਆਂ ਤਾਂ ਬਚ ਗਿਆ, ਕੀਰਤਨ ਕਰ ਰਹੇ ਸੀ ਪਰ ਉਹ ਜੋ ਤਰੀਕਾਂ ਪੈਂਦੀਆਂ ਸੀਗੀਆਂ ਇਹਨਾਂ ਨੂੰ ਪਤਾ ਲੱਗਿਆ ਵੀ ਮੇਵਾ ਸਿੰਘ ਨੂੰ ਵੀ ਸੋਚਿਆ ਵੀ ਯਾਰ ਇਹ ਧੱਕਾ ਕਰ ਰਹੇ ਆ। ਫਿਰ ਉਹ ਜਦੋਂ ਅਦਾਲਤ ਵਿੱਚ ਤਰੀਕ ਸੀ, ਹੌਪਕਿਨਸਨ ਵੀ ਤਰੀਕ 'ਤੇ ਗਿਆ, ਫਿਰ ਉਹ ਅਦਾਲਤ ਵਿੱਚ ਜਾ ਕੇ ਇਹਨੇ ਫਿਰ ਉਹਨੂੰ ਗੋਲੀ ਮਾਰ ਕੇ ਮਾਰਤਾ ਸੀ ਅਦਾਲਤ ਵਿੱਚ। ਠੀਕ ਹੈ, ਇਹ ਸਾਡੇ ਬਹੁਤ ਘੱਟ ਲੋਕਾਂ ਨੂੰ ਪਤਾ, ਕੈਨੇਡਾ ਵਿੱਚ ਰਹਿੰਦੇ ਵੀ ਬਹੁਤ ਲੋਕਾਂ ਨੂੰ ਪਤਾ, ਪਰ ਇੰਨੇ ਜ਼ਿਆਦਾ ਲੋਕਾਂ ਨੂੰ ਨਹੀਂ ਪਤਾ ਕਿ ਊਧਮ ਸਿੰਘ ਤੋਂ ਪਹਿਲਾਂ ਵੀ ਇਸ ਤਰ੍ਹਾਂ ਦਾ ਕੋਈ ਸੂਰਮਾ ਹੋਇਆ ਜਿਹੜਾ ਕਿ ਮੇਵਾ ਸਿੰਘ ਲੁੱਪ ਕੇ ਹੋਇਆ, ਜਿਹਨੇ ਕਿ ਉਸ ਚੀਜ਼ ਦਾ ਬਦਲਾ ਲਿਆ ਕਿ ਵੀ ਨਹੀਂ ਇੱਦਾਂ ਨਹੀਂ ਗੱਡੀ ਚੱਲਣੀ। ਸੋ ਇਹੋ ਜਿਹੇ ਹਾਲਾਤਾਂ ਦੇ ਵਿੱਚੋਂ ਸਾਡੇ ਮਤਲਬ ਗੁਰਦੁਆਰੇ ਵੀ ਸਾਡੇ ਪੈਦਾ ਹੋਏ। ਜਦੋਂ ਗੁਰਦੁਆਰਾ ਬਣਾਉਂਦੇ ਸੀਗੇ ਦਿਨੇ ਵਿਚਾਰੇ ਕੰਮ ਕਰਦੇ ਸੀਗੇ, ਅਤੇ ਫਿਰ ਗੁਰਦੁਆਰਾ ਵੀ ਬਣਾਉਂਦੇ ਸੀ, ਰਾਤ ਨੂੰ ਗੋਰੇ ਢਾ ਜਾਂਦੇ ਸੀਗੇ। ਅੱਛਾ, ਢਾ ਵੀ ਜਾਂਦੇ ਸੀ? ਹਾਂ, ਜਿੰਨਾ ਕੰਮ ਕਰਦੇ ਸੀ, ਕਿਉਂਕਿ ਉਹ ਚਾਹੁੰਦੇ ਨਹੀਂ ਸੀ ਵੀ ਇਹ ਇੱਥੇ ਕਮਿਊਨਿਟੀ ਆਵੇ ਜਾਂ ਇਹ ਕੰਮ ਪੈਰ ਲੱਗਣ ਇਹਨਾਂ ਦੇ, ਜਾਂ ਇਹਨਾਂ ਦੇ ਪੈਰ ਲੱਗਣ ਜਾਂ ਆਪਦੇ ਚਰਚ ਜਾਂ ਗੁਰਦੁਆਰੇ ਬਣਾਉਣ। ਅਤੇ ਫਿਰ ਇਵੇਂ ਮੇਰੇ ਸ਼ਹਿਰ ਦੀ ਵੀ ਗੱਲ ਹੈਗੀ ਹੈ, ਜਦੋਂ ਇੱਥੇ ਜਿਹਨੂੰ ਭੁੱਲਰ ਵਾਲਾ ਗੁਰਦੁਆਰਾ ਵੀ ਕਹਿ ਦਿੰਦਾ, ਮਾਰਟਨਡੇਲ ਏਰੀਆ ਉਹਦੇ ਵਿੱਚ, ਕਿਉਂਕਿ ਭੁੱਲਰ ਫੈਮਿਲੀ ਦਾ ਬਹੁਤ ਵੱਡਾ ਯੋਗਦਾਨ ਉਹਦੇ ਲਈ, ਅਤੇ ਜਦੋਂ ਗੁਰਦੁਆਰਾ ਬਣ ਜਾਂਦਾ ਰਾਤ ਨੂੰ ਗੋਰੇ ਢਾ ਜਾਂਦੇ ਸੀ, ਫਿਰ ਪਹਿਰੇ ਲੱਗਣੇ ਸ਼ੁਰੂ ਹੋਏ ਉੱਥੇ, ਦਿਨੇ ਕੰਮ ਕਰਦੇ ਲੋਕ ਰਾਤ ਨੂੰ ਪਹਿਰਾ ਵੀ ਲਾਉਂਦੇ ਸੀ ਉੱਥੇ, ਜਿਹੜੇ ਪੁਰਾਣੇ ਸਾਡੇ ਬਜ਼ੁਰਗ ਨੇ, ਕਈ ਤਾਂ ਹੈਗੇ ਨੇ, ਕਈ ਵਿਚਾਰੇ ਚੱਲ ਗਏ ਨੇ, ਉਹਨਾਂ ਨੇ ਪਹਿਰੇ ਲਾ ਲਾ ਕੇ ਗੁਰਦੁਆਰੇ ਸਿਰੇ ਚੜ੍ਹੇ, ਆਪਦੇ ਮਤਲਬ ਡਾਲਰ ਦੇ ਵਿੱਚੋਂ ਵੀ ਪੈਸੇ ਦੇ ਕੇ ਜਾਣੀ ਇਕੱਠੇ ਕੀਤੇ, ਇੱਥੋਂ ਤੱਕ ਕਿ ਕਈਆਂ ਬੰਦਿਆਂ ਨੇ ਮੌਰਗੇਜ ਆਪਦੇ ਨਾ ਕਰਵਾਈ, ਆਏ ਨਹੀਂ ਸੀਗਾ ਵੀ ਗੁਰਦੁਆਰਾ ਬਣ ਗਿਆ,
ਉਹਨਾਂ ਨੇ ਆਪਦੇ ਨਾਂ 'ਤੇ ਲੋਨ ਚੱਕਿਆ ਗੌਰਮੈਂਟ ਤੋਂ, ਪਰਸਨਲ ਨਾਂ ਦੇ ਉੱਪਰ। ਫਿਰ ਉਹ ਗੁਰਦੁਆਰਾ ਬਣਿਆ, ਉਹ ਪੈਸੇ ਲਿਆ ਕੇ ਗੌਰਮੈਂਟ ਤੋਂ, ਬੈਂਕਾਂ ਤੋਂ। ਫਿਰ ਹੌਲੀ ਹੌਲੀ ਸੰਗਤ ਨੇ ਪੈਸੇ ਉਹਨਾਂ ਦੇ ਮੋੜੇ ਹੋਣਗੇ ਜਾਂ ਜਿਵੇਂ ਵੀ, ਅਤੇ ਪਰ ਅੱਜ ਉਹੀ ਗੁਰਦੁਆਰੇ ਜਿਹੜੇ ਸਟੂਡੈਂਟ ਦਾ ਬਹੁਤ ਵੱਡਾ ਖਾਣ ਪੀਣ ਦਾ ਜਾਂ ਉਹਨਾਂ ਨੂੰ ਸ਼ਰਨ ਦੇਣ ਦਾ ਜਾਂ ਕਿਸੇ ਵੀ ਲੈਵਲ 'ਤੇ ਉਹਨਾਂ ਦੀ ਹੈਲਪ ਕਰਨ ਦਾ ਬਹੁਤ ਵੱਡਾ ਸਾਧਨ ਹੈ, ਸਥਾਨ ਹੈ, ਇੱਕ ਜ਼ਰੀਆ ਬਣਿਆ ਹੋਇਆ। ਬਹੁਤ ਸਾਰੇ ਲੋਕ ਉੱਥੋਂ ਮਦਦ ਲੈਂਦੇ ਵੀ ਨੇ, ਕਮਿਊਨਿਟੀ ਲੈਵਲ 'ਤੇ ਮਦਦ ਕੀਤੀ ਜਾਂਦੀ ਹੈ। ਪਰ ਨਾਲ ਉਹਦੇ ਇੱਕ ਮਜੂਸੀ ਵਾਲਾ ਕੋਰਨਰ ਵੀ ਹੈ। ਓਕੇ, ਉਹ ਇਹ ਹੈ ਵੀ ਜੇ ਕਿਸੇ ਸਟੂਡੈਂਟ ਨੂੰ ਕਿਸੇ ਸੇਵਾਦਾਰ ਨੇ ਉੱਚੇ ਨੀਵਾਂ ਬੋਲਤਾ, ਤੁਸੀਂ ਦੇਖਿਆ ਹੀ ਆ ਵੀਡੀਓ, ਹਾਂ, ਰੋਟੀ ਵਾਲੀ, ਰੋਟੀ ਵਾਲੀ ਹੈ ਨਾ, ਅਤੇ ਉੱਥੋਂ ਦਾ ਹਿਸਾਬ ਤਾਂ ਥੋੜ੍ਹਾ ਜਿਹਾ ਹੈਲਥ ਕੇਅਰ ਲੈਵਲ 'ਤੇ ਅਲੱਗ ਹੈ। ਇੱਥੋਂ ਵਾਲਾ ਹਿਸਾਬ ਨਹੀਂ ਹੈਗਾ ਵੀ ਭਰ ਦਿਉ ਡੋਲਣਾ, ਭਰ ਦਿਉ ਬਾਲਟੀ, ਉੱਥੋਂ ਵਾਲਾ ਅਲੱਗ ਹੈ। ਉੱਥੇ ਚੀਜ਼ਾਂ ਮਤਲਬ ਉਹਨੂੰ ਹੋਰ ਤਰੀਕੇ ਨਾਲ ਦੇਖਿਆ ਜਾਂਦਾ, ਹੈਲਥ ਲੈਵਲ 'ਤੇ ਦੇਖਿਆ ਜਾਂਦਾ ਵੀ ਜੇ ਬੰਦਾ ਫੂਡ ਬਾਹਰ ਲੈ ਗਿਆ, ਕੁਛ ਹੋਰ ਆਪਣੇ ਆਪ ਹੀ ਵਿੱਚ ਰਲਾ ਕੇ, ਕੁਛ ਬਾਅਦ 'ਚ ਕੱਲ੍ਹ ਨੂੰ ਇਹ ਨਾ ਕਹਿ ਦੇ ਵੀ ਕਿਚਨ 'ਚੋਂ ਮਿਲਦਾ ਮਿਲਿਆ ਮੈਨੂੰ ਸਮਾਨ, ਉਸ ਤਰ੍ਹਾਂ ਦੀਆਂ ਕਈ ਪਰੇਸ਼ਾਨੀਆਂ ਨੇ ਅਤੇ ਲੋਕ ਉਹਨੂੰ ਗਲਤ ਲੈ ਜਾਂਦੇ ਨੇ, ਅਤੇ ਪਰ ਉਹ ਐਪਰੀਸ਼ੀਏਟ ਨਹੀਂ ਕਰਦੇ ਵੀ ਇਹ ਗੁਰਦੁਆਰੇ ਬਣੇ ਕਿਵੇਂ ਆ, ਇਹ ਜਿਹੜੇ ਸਾਡੇ ਪੁਰਖਿਆਂ ਨੇ ਬਣਾਏ ਆ ਉਹਨਾਂ ਨੇ ਮੁਸ਼ਕਤ ਕੀ ਕੀਤੀ ਹੈ, ਅੱਜ ਉਹੀ ਸਾਡੇ ਗੁਰਦੁਆਰੇ ਕੰਮ ਰਹੇ ਨੇ। ਬਜਾਏ ਕਿ ਐਪਰੀਸ਼ੀਏਟ ਕਰਨ, ਉਹ ਸਾਨੂੰ ਉਹ ਜਿਹੜੇ ਪਹਿਲਾਂ ਗਏ ਬੰਦਿਆਂ ਨੂੰ ਉਹਨਾਂ ਨੂੰ ਚੰਗਾ ਬੰਦਾ ਬੋਲਦੇ ਆ, ਮੰਦੀ ਭਾਸ਼ਾ ਹੀ ਵਰਤਦੇ ਆ। ਜੇ ਹੁਣ ਕਿਸੇ ਸਟੂਡੈਂਟ ਨੂੰ ਗੱਲ ਕੋਈ ਕਹਿ ਦਿਉ, ਉਹ ਤੁਹਾਨੂੰ ਅੱਗੋਂ ਇਹ ਗਲਤ ਸੁਣਨ ਗੱਲਾਂ ਕਹਿੰਦੇ ਆ ਵੀ ਤੁਸੀਂ ਭੈਣਾਂ ਨਾਲ ਵਿਆਹ ਕਰਾ ਕੇ ਗਏ ਆ। ਹਾਂ, ਇਹ ਸ਼ਬਦ ਬਹੁਤ ਵਰਤੇ ਹਨ, ਹਾਂ, ਪੁਰਾਣੇ ਬੰਦਿਆਂ ਲਈ ਇਹ ਸ਼ਬਦ ਹੈ ਵੀ, ਹਾਂ, ਪਰ ਉਹ ਇਹ ਨਹੀਂ, ਸਾਨੂੰ ਮਤਾਂ ਦਿਓਗੇ, ਸਾਨੂੰ ਨਾ ਵਿਆਹ ਕਰਾ ਕੇ ਤੁਸੀਂ, ਹਾਂ ਹਾਂ, ਪਰ ਉਹਨਾਂ ਨੂੰ ਇਹ ਨਹੀਂ ਪਤਾ ਗਾ ਵੀ ਜਿਹੜੇ ਸਟੂਡੈਂਟ ਇੱਥੋਂ ਜਾਂਦੇ ਨੇ, ਜਿਹੜੇ ਉਦੋਂ ਪਹਿਲਾਂ ਜਿਹੜੇ ਬਾਹਰ ਬੈਠੇ ਨੇ, ਉਹ ਕਿਸੇ ਨਾ ਕਿਸੇ ਦੇ ਤੁਹਾਡੇ ਹੀ ਰਿਸ਼ਤੇਦਾਰ ਨੇ, ਤੁਹਾਡੇ ਭੈਣ ਭਰਾ ਨੇ, ਤੁਸੀਂ ਉਹਨਾਂ ਨੂੰ ਹੀ ਕਹਿ ਰਹੇ ਹੋ ਤੁਸੀਂ ਭੈਣਾਂ ਨਾਲ ਵਿਆਹ ਕਰਾ ਕੇ ਗਏ ਹੋ। ਕੋਈ ਕੇਸ ਹੋ ਸਕਦਾ ਇੱਦਾਂ ਦਾ, ਮਤਲਬ ਆਪਾਂ ਮੁਨਕਰ ਨਹੀਂ ਹੁੰਦੇ ਗੇ, ਜਾਣੀ ਸਾਡੀ ਨਿਗਾਹ ਤਾਂ ਹੈ ਨਹੀਂ ਗਾ ਕੋਈ ਬੰਦਾ ਭੈਣ ਨਾਲ ਵਿਆਹ ਕਰਾ ਕੇ ਗਿਆ ਹੋਵੇ ਜਾਂ ਕੁਛ ਵੀ, ਅਤੇ ਪਰ ਜੇ ਹੋਏ ਹੋਣਗੇ ਤਾਂ, ਪਰ ਉਦੋਂ ਸਮੇਂ ਦੀ ਉਹ ਇੱਕ ਮਤਲਬ ਇੱਕ ਲੋੜ ਸੀ, ਹਜ਼ਾਰਾਂ 'ਚੋਂ ਇੱਕ ਦੋ ਬੰਦੇ ਗਲਤ ਹਰੇਕ ਜਗ੍ਹਾ ਗਲਤੀਆਂ ਕਰਦੇ, ਕਿਉਂਕਿ ਉਦੋਂ ਹੋਰ ਸੋਰਸ ਨਹੀਂ ਸੀ ਜਾਣਦਾ। ਹਾਂ, ਬਾਕੀ ਹਜ਼ਾਰਾਂ 'ਚ ਚਲੋ, ਇਹ ਅਸੀਂ ਨਹੀਂ ਕਹਿੰਦੇ ਕਿ ਇਹ ਚੀਜ਼ ਹੋਣੀ ਚਾਹੀਦੀ ਹੈ, ਚਲੋ ਸਾਡਾ ਪੰਜਾਬ ਹੈ, ਸਾਡੇ ਭੈਣ ਅਤੇ ਭਰਾ ਦਾ ਰਿਸ਼ਤਾ ਜਾਂ ਸਾਡੇ ਭਾਰਤ 'ਚ ਵੀ ਭੈਣ ਅਤੇ ਭਰਾ ਦਾ ਰਿਸ਼ਤਾ ਬੜਾ ਪਵਿੱਤਰ ਹੈ, ਪਰ ਇਹ ਤਾਂ ਨਹੀਂ ਕਿ ਸਾਰੇ ਹੀ ਇਸ ਤਰੀਕੇ ਨਾਲ ਚਲੇ ਗਏ। ਨਹੀਂ, ਅੱਜ ਤਾਂ ਹੁਣ 10-12 ਮਤਲਬ ਵੀਜ਼ੇ ਨੇ ਜਾਣ ਦੇ ਜੀ, ਅਲੱਗ ਅਲੱਗ ਤਰ੍ਹਾਂ ਦੇ, ਕੋਈ ਕਿਸੇ ਵੀਜ਼ੇ ਨਾਲ ਤੁਰਿਆ ਜਾਂਦਾ, ਕੋਈ ਕਿਸੇ ਨਾਲ। ਉਦੋਂ ਤਾਂ ਸਾਰੇ ਵੀਜ਼ੇ ਹੁੰਦੇ ਜਾਂ ਸਪਾਊਸ ਵੀਜ਼ਾ ਹੁੰਦਾ ਸੀ ਜਾਂ ਫੈਮਿਲੀ ਕੇਸ ਹੁੰਦਾ ਸੀ ਜਾਂ ਰਿਫਿਊਜੀ ਕੇਸ ਹੁੰਦਾ ਸੀ, ਇਸ ਤੋਂ ਇਲਾਵਾ ਕੋਈ ਕੇਸ ਨਹੀਂ ਹੁੰਦਾ ਸੀ, ਮਤਲਬ ਕੋਈ ਜ਼ਰੀਆ ਨਹੀਂ ਸੀਗਾ ਜਾਣ ਦਾ। ਅਤੇ ਫਿਰ ਉਹ ਲੋਕਾਂ ਨੇ ਜੇ ਉਹ ਉਸ ਤਰੀਕੇ ਨਾਲ ਜੇ ਕੋਈ ਗਿਆ ਵੀ ਹੈ ਤਾਂ ਉਹਦੇ 'ਚ ਉਂਗਲ ਚੱਕਣ ਵਾਲੀ ਕਿੱਡੀ ਗੱਲ ਹੈਗੀ। ਰਹਿਣ ਸਹਿਣ ਦਾ ਜਿਹੜਾ ਮੈਂ ਪੁੱਛ ਰਿਹਾ ਸੀ ਉਹ ਇਹ ਸੀ ਕਿ ਮਤਲਬ ਵਾਤਾਵਰਨ ਪੱਖੋਂ, ਪੌਣ ਪਾਣੀ ਪੱਖੋਂ, ਧਰਤੀ ਪੱਖੋਂ, ਇਹ ਸਾਰਿਆਂ ਪੱਖੋਂ ਇੱਧਰ ਅਤੇ ਉੱਧਰ ਦਾ ਕਿੰਨਾ ਕੁ ਫਰਕ ਹੈ? ਵਾਤਾਵਰਨ ਪੱਖੋਂ ਤਾਂ ਇਹ ਹੈ ਵੀ ਠੰਡਾ ਇਲਾਕਾ ਕੈਨੇਡਾ, ਚਲੋ ਜਿਹੜਾ ਵੈਨਕੂਵਰ ਏਰੀਆ ਛੱਡ ਕੇ ਬਾਕੀ ਸਾਰਾ ਠੰਡਾ ਵਾ, ਗਰਮੀ ਵੀ ਪੈਂਦੀ ਹੈ, ਸਨੋਅ ਜ਼ਿਆਦਾ ਪੈਂਦੀ ਹੈ, ਤੁਹਾਨੂੰ ਕਾਰ ਬਹੁਤ ਜ਼ਰੂਰੀ ਹੈ। ਅਤੇ ਹੁਣ ਤਾਂ ਹਜੇ ਉਹ ਹਾਲਾਤ ਨਹੀਂ, ਪਹਿਲਾਂ ਤਾਂ ਜਦੋਂ ਕੰਪਨੀਆਂ ਹਾਇਰ ਕਰਦੀਆਂ ਸੀ ਉਹ ਫਾਰਮ ਦੇ ਵਿੱਚ 2 ਕੋਲਮ ਪੱਕੇ ਹੁੰਦੇ ਸੀ, ਤੇਰੇ ਕੋਲ ਕਾਰ ਹੈਗੀ ਹੈ, ਤੇਰੇ ਘਰ ਟੈਲੀਫੋਨ ਲੱਗਿਆ, ਜੇ ਨਹੀਂ ਤਾਂ ਤੈਨੂੰ ਨਹੀਂ ਰੱਖਦੇ ਸੀ ਉਹ। ਅਤੇ ਹੁਣ ਉਹ ਹਾਲਾਤ ਚੇਂਜ ਹੋ ਗਏ ਨੇ, ਪਰ ਜੇ ਦੇਖ ਜਿਹੜਾ ਤੁਹਾਡਾ ਸਵਾਲ ਹੈ ਕਿ ਫਰਕ ਕੀ ਹੈਗਾ, ਇੱਥੋਂ ਵਾਲੀ ਧਰਤੀ ਨਾਲ ਤਾਂ ਸਵਰਗ ਬਈ ਹੈ ਨਹੀਂ ਕਿਤੇ। ਕੈਨੇਡਾ ਠੀਕ ਹੈ, ਕਮਾਈ ਪੱਖੋਂ ਵਧੀਆ, ਵਧੀਆ ਸਟਰਕਚਰ ਹੈ ਕੈਨੇਡਾ ਦਾ, ਨਵੇਂ ਤਰੀਕੇ ਨਾਲ ਬਣੇ ਆ ਦੇਸ਼ ਹੈ, ਅਤੇ ਪਰ ਜੇ ਸਟ੍ਰੈਸ ਲੈਵਲ ਦੀ ਗੱਲ ਕਰੀਏ, ਸਟ੍ਰੈਸ ਬਹੁਤ ਆ ਉੱਥੇ, ਪੈਸੇ ਵਾਲੇ ਵੀ ਬੰਦੇ ਨੂੰ ਸਟ੍ਰੈਸ ਆ, ਅਤੇ ਜਿਹੜੇ ਬੰਦੇ ਕੋਲ ਨਹੀਂ ਪੈਸਾ ਹੋਣਾ ਤਾਂ ਹੋਣੀ ਹੋਣੀ ਆ।
ਉਹ ਇੱਕ ਫਲੋ ਬਣਿਆ ਵਾ, ਸਿਸਟਮ ਬਣਿਆ ਵਾ ਗੌਰਮੈਂਟ ਦਾ, ਉਹਦੇ ਵਿੱਚ ਸਭ ਬੰਦਾ ਭੱਜਦਾ। ਮਸ਼ੀਨ ਜਿਵੇਂ ਕਹਿੰਦੇ ਮਸ਼ੀਨ ਬਣ ਜਾਂਦਾ, ਮਸ਼ੀਨ ਹੀ ਬਣ ਜਾਂਦਾ ਮਤਲਬ। ਹਾਂਜੀ, ਉਹ ਦਰਿਆ ਵਗ ਰਿਹਾ ਬਸ, ਪੈਸੇ ਕਮਾਉਣ ਵਾਲਾ, ਉਹਦੇ 'ਚ ਤੁਹਾਨੂੰ ਮਤਲਬ ਡੁੱਬਣਾ ਹੀ ਪੈਣਾ। ਜੇ ਖੜ ਜਾਓਗੇ ਤਾਂ ਡੁੱਬ ਜਾਓਗੇ, ਜੇ ਹੱਥ ਪੈਰ ਮਾਰੋਗੇ ਤਰਦੇ ਰਹੋਗੇ ਵਿੱਚ। ਹੱਥ ਪੱਲੇ ਕੁਛ ਨਹੀਂ ਹੁੰਦਾ, ਖਾਸ ਕਰਕੇ ਅੱਜ ਦੇ ਦਿਨਾਂ ਦੇ ਵਿੱਚ ਹੱਥ ਪੱਲੇ ਮਹਿੰਗਾਈ ਇੰਨੀ ਜ਼ਿਆਦਾ ਹੈ, ਜਾਣੀ ਜਿਹਦਾ ਅੰਤ ਕੋਈ ਨਹੀਂ ਗਾ, ਉਨੀ ਕਮਾਈ ਨਹੀਂ ਹੈਗੀ ਜਿੰਨੀ ਮਹਿੰਗਾਈ ਹੈ। ਇਸ ਕਰਕੇ ਇੱਥੇ ਜਿਹੜਾ ਸਾਡਾ ਦੇਸ਼ ਹੈਗਾ, ਇੱਥੇ ਜੇ ਕਮਾਈ ਘੱਟ ਹੈ ਅਤੇ ਖਰਚਾ ਵੀ ਘੱਟ ਹੈ, ਜਿਹੜਾ ਬੰਦਾ ਇੱਥੇ ਸਹਿੰਦਾ ਅਤੇ ਉਹਨੂੰ ਮੇਰੇ ਹਿਸਾਬ ਨਾਲ ਨਹੀਂ ਜਾਣਾ ਚਾਹੀਦਾ। ਘੁੰਮਣ ਫਿਰਨ ਜਾਓ ਆਪਦਾ, ਠੀਕ ਹੈ। ਮਤਲਬ ਤੁਸੀਂ ਕਮਾਈ ਘੱਟ ਤੋਂ ਕਿੰਨੇ ਮੰਨਦੇ, ਜਿਵੇਂ ਇੱਕ ਜ਼ਮੀਨ 'ਤੇ ਪੈਰਾਮੀਟਰ ਆਪਾਂ ਲਾਉਣਾ ਹੋਵੇ, ਕਿਉਂਕਿ ਸਾਡੇ ਪੇਂਡੂ ਕਿਸਾਨੀ ਆ, ਜ਼ਮੀਨ ਨਾਲ ਹੀ ਰਿਲੇਟਡ ਹੈ, ਵੀ ਕਿੰਨੇ ਏਕੜ ਵਾਲੇ ਬੰਦੇ ਨੂੰ ਇੱਥੋਂ ਨਹੀਂ ਜਾਣਾ ਚਾਹੀਦਾ, ਉਦੋਂ ਘੱਟ ਵਾਲੇ ਨੂੰ ਜਾਣਾ ਚਾਹੀਦਾ? ਜਿਹੜੇ ਬੰਦੇ ਨੇ ਕਮਾਈ ਕਰਨੀ ਆ, ਇੱਥੇ 3-4 ਕਿੱਲੇ ਜੇ ਵਧੀਆ ਕਰੀ ਜਾਂਦਾ, ਠੀਕ ਹੈ। ਡਿਪੈਂਡ ਆ ਵੀ ਤੁਸੀਂ ਵੀ ਕੰਮ ਕਿਸ ਤਰ੍ਹਾਂ, ਤੁਸੀਂ ਜਦੋਂ ਤੁਸੀਂ ਖੇਤੀਬਾੜੀ ਕਰ ਰਹੇ ਆ, ਫਿਰ ਤਾਂ ਚਾਹੇ ਤੁਸੀਂ 10 ਕਿੱਲੇ ਵਾਲਾ 20 ਕਿੱਲੇ ਵਾਲਾ ਖੇਤੀਬਾੜੀ ਕਰਦਾ, ਉਹਦਾ ਵੀ ਸਰਦਾ ਹੀ ਹੈ, ਪੂਰਾ ਹੀ ਪੂਰਾ ਹੁੰਦਾ ਇੱਥੇ। ਜੇ ਤੁਸੀਂ ਖੇਤੀਬਾੜੀ ਨੂੰ ਜੋਬ ਸਮਝ ਕੇ ਕਰਦੇ ਆ, ਇਕੱਲਾ ਇਕੱਲਾ ਪੈਸਾ ਲਿਖਦੇ ਆ, ਖਰਚਾ ਕਮਾਈ ਕਿੰਨੀ ਹੈ, ਉਹਨੂੰ ਇੱਕ ਜੋਬ ਵੱਲੋਂ ਅਪਣਾਉਂਦੇ ਆ, ਫਿਰ ਉਹ 10 ਕਿੱਲਿਆਂ 'ਚ ਵੀ ਫਾਇਦਾ ਹੋਏਗਾ। ਜੇ ਖੇਤੀਬਾੜੀ ਨੂੰ ਖੇਤੀਬਾੜੀ ਸਮਝ ਕੇ ਛੱਡਤਾ, ਫਿਰ ਨਹੀਂ ਹੋਏਗਾ। ਇਵੇਂ ਹੀ ਬਾਹਰ ਹੈਗਾ, ਹੁਣ ਬਾਹਰ ਵੀ ਕਿਹੜਾ ਦਰਖਤਾਂ ਨੂੰ ਲੱਗਦੇ ਆ, ਹਰੇਕ ਬੰਦਾ ਸਵੇਰੇ ਉੱਠ ਕੇ ਗੱਡੀ ਲੈ ਕੇ ਭੱਜਦਾ, ਸ਼ਾਮ ਨੂੰ ਕੋਈ ਇਕੱਠਾ ਹੁੰਦੇ, ਕਈ ਵਾਰ ਨਹੀਂ ਹੁੰਦੇ, ਹਫ਼ਤਾ ਹਫ਼ਤਾ ਨਹੀਂ ਇਕੱਠੇ ਹੁੰਦੇ, ਅਤੇ ਉੱਥੇ ਵੀ ਟਫ ਆ ਲਾਈਫ। ਜਿਵੇਂ ਤੁਸੀਂ $52 ਕਿਹਾ ਸੀ ਉਹ ਤੁਸੀਂ ਗਏ ਹੋ? ਹਾਂਜੀ, ਹੈ ਨਾ, $52। ਅਤੇ ਜਦੋਂ ਮੁੜੇ ਹੋ, ਹਾਂਜੀ, ਉਦੋਂ ਫਿਰ ਕਿੰਨੀ ਗੇਮ ਬਦਲੀ? ਗੇਮ ਤਾਂ ਇਸ ਤਰ੍ਹਾਂ ਕਿ ਜੇ ਮੈਂ ਅੱਜ ਵੀ ਹੁਣ ਮੈਂ ਕੰਮ ਨਾ ਕਰਾਂ, ਮੇਰੇ ਖਾਣ ਜੋਗੇ ਪੈਸੇ ਹੈਗੇ ਆ, ਠੀਕ ਹੈ। ਹਾਂਜੀ, ਔਰ ਮੇਰੇ ਬੇਟੇ ਨੇ ਇਹਦਾ ਕਹਿ ਵੀ ਦਿੱਤਾ ਵੀ ਡੈਡੀ ਵੀ ਆਦਾ, ਤੂੰ ਆਦਾ ਟੇਕ ਇਟ ਈਜ਼ੀ, ਵੀ ਮੇਰੇ ਕੋਲ ਮੈਂ ਆਪੇ ਕਰ ਲੈਣਾ ਕੁਛ, ਤੁਸੀਂ ਇੱਥੇ ਆ ਕੇ ਕੁਛ ਕਰ ਲਿਆ ਤੇ ਅਸੀਂ ਇੱਥੋਂ ਦੇ ਜੰਮੇ 'ਚ ਤਾਂ ਕਰ ਹੀ ਲੈਣਾ, ਵੀ ਤੂੰ ਬਾਹਲਾ ਭੱਜਣ ਦੀ ਤੈਨੂੰ ਲੋੜ ਨਹੀਂ, ਆਦਾ ਆਰਾਮ ਨਾਲ ਜ਼ਿੰਦਗੀ ਲੰਘਾ ਆਪਦੀ। ਅਤੇ ਇਸ ਕਰਕੇ ਹੁਣ ਇੱਥੇ ਵਾਪਸ ਆ ਗਏ ਹਾਂ, ਇੱਥੇ ਬਿਜ਼ਨਸ ਸ਼ੁਰੂ ਕੀਤਾ, ਅਤੇ ਇੱਥੇ ਖੁਸ਼ ਹਾਂ ਆਪਦੇ ਘਰ। ਇੱਥੇ ਬਿਜ਼ਨਸ ਸ਼ੁਰੂ ਕੀਤਾ, ਕਮਾਈ ਹੈਗੀ ਉਹਦੇ 'ਚ? ਬਿਲਕੁਲ ਹੈਗੀ ਹੈ, ਵਧੀਆ ਆਉਂਦਾ, ਆਨੰਦ ਆਉਂਦਾ, ਵੀ ਠੀਕ ਹੈ ਯਾਰ ਆ ਕੇ ਪੈਸੇ ਲਾਏ ਜਾ ਤਾਂ। ਹਾਂ ਹਾਂ, ਇੱਥੇ ਸਭ ਤੋਂ ਪਹਿਲਾਂ ਤਾਂ ਇਹ ਹੁੰਦਾ ਵੀ ਸਾਡੇ ਇੱਥੇ ਘਰਾਂ ਦੀ ਕੋਈ ਪੇਮੈਂਟ ਨਹੀਂ ਗੀ, ਸਾਡੀ ਕੋਈ ਜ਼ਮੀਨ ਦੀ ਪੇਮੈਂਟ ਨਹੀਂ ਗੀ, ਸਾਡਾ ਇੱਥੇ ਖਾਣ ਪੀਣ ਦਾ ਖਰਚਾ ਹੈ, ਅਤੇ ਬਿਜਲੀ ਦਾ ਵੀ ਤਾਂ ਹੁਣ ਤਾਂ ਕਿੰਨੀ ਤਾਂ ਬਿਜਲੀ ਫ੍ਰੀ ਹੈ, ਪਾਣੀ ਫ੍ਰੀ ਹੈ, ਕਿਸੇ ਦੇ ਵਾਟਰ ਵਰਕਸ ਦਾ ਬਿੱਲ ਨਹੀਂ ਆਉਂਦਾ, ਕਿਸੇ ਦੀ ਬਿਜਲੀ ਦਾ ਬਿੱਲ ਨਹੀਂ, ਜਿਹੜਾ ਜ਼ਿਆਦਾ ਵਰਤਦਾ ਉਹਦਾ ਹੀ ਆਉਂਦਾ, ਠੀਕ ਹੈ ਨਾ। ਤੁਹਾਡੇ ਮੋਬਾਈਲ ਦਾ ਖਰਚਾ ਹੈ, ਜੇ ਗੱਡੀ ਦਾ ਅਤੇ ਖਾਣ ਪੀਣ ਦਾ, ਉਹ ਜਿੰਨਾ ਮਰਜ਼ੀ ਕਰ ਲਓ, ਜਿੰਨਾ ਮਰਜ਼ੀ ਉਹ ਤੁਹਾਡੇ ਆਪਣੇ ਮਤਲਬ ਤੁਸੀਂ ਕਿੰਨਾ ਗੱਡੀਆਂ ਚੱਕ ਕੇ ਪਾ ਲੈਂਦੇ ਆ, ਉਹ 'ਤੇ ਡਿਪੈਂਡ ਆ। ਇਹ ਤਾਂ ਖਰਚੇ ਉੱਥੇ ਵੀ ਨੇ, ਰਹਿਣ ਖਾਣ ਪੀਣ ਕੱਪੜਾ ਦਵਾਈ ਬੂਟੀ ਸਭ ਕੁਛ ਉੱਥੇ ਵੀ ਹੈਗਾ, ਪਰ ਉੱਥੇ ਆਏ ਹਾਂ ਵੀ ਉੱਥੇ ਹੁਣ $7,000 ਹਰ ਮਹੀਨੇ ਚਾਹੀਦਾ ਘਰ ਚਲਾਉਣ ਲਈ, $7,000 ਅੱਖਾਂ ਵਿੱਚ ਕੇ। ਅੱਖਾਂ ਵਿੱਚ, ਹਾਂਜੀ। ਇੱਕ ਤਾਂ ਜੇ ਬੰਦਾ ਮਹੀਨਾ ਕੰਮ 'ਤੇ ਵੀ ਨਾ, ਮਤਲਬ ਚਲੋ ਛੁੱਟ ਜੇ ਕੋਈ ਕੰਮ ਨਾ ਵੀ ਕੰਮ ਹੋਵੇ ਤਾਂ ਸਰ ਜਾਂਦਾ ਵੀ ਕੋਈ ਚੱਕਰ ਨਹੀਂ ਯਾਰ। ਇੱਥੇ ਤਾਂ ਹੁਣ ਜੇ ਕਹਿੰਦਾ ਵੀ ਜੇ ਕਿਤੋਂ ਨਾ ਮਿਲੂ ਗੁਰਦੁਆਰਾ ਤਾਂ ਹੈਗਾ ਹੀ ਆ, ਜੇ ਦੂਜੀ ਵੀ ਨਾ ਗੱਲ ਹੋਊ, ਗੁਆਂਢੀ ਹੈਗੇ ਆ, ਪਿੰਡ ਵਾਲੇ ਹੈਗੇ ਆ, ਰਿਸ਼ਤੇਦਾਰ ਹੈਗੇ ਆ, ਸਾਰੇ ਸਾਰੀ ਸਾਰੀ ਪੱਬਾਂ ਫੜ ਲੈਂਦੇ। ਉੱਥੇ ਤਾਂ ਮਤਲਬ ਨਾ ਕੋਈ ਭੈਣਾ ਤਾਂ ਨਾ ਭਰਾ ਭਾਈ। ਇੱਕ ਹੋਰ ਆ, ਮਤਲਬ ਜਿਵੇਂ ਇੱਥੋਂ ਚਲੇ ਜਾਂਦੇ ਆ ਸਟੂਡੈਂਟ ਵੀ ਉੱਥੇ, ਚਲੋ ਗਿਆਨ ਹੋ ਕੇ ਨਾ ਕੋਈ ਰਿਸ਼ਤੇਦਾਰ ਰੱਖੋ, ਰਿਸ਼ਤੇਦਾਰ ਕਿੰਨੇ ਕਿੰਨਾ ਰੱਖ ਸਕਦਾ ਬੰਦੇ ਨੂੰ? ਹੁਣ ਰਿਸ਼ਤੇਦਾਰ ਵਾਲੇ ਮਾਮਲੇ 'ਚ ਨਾ ਕਾਫੀ ਰੌਲਾ ਪੈ ਰਿਹਾ ਵੀ ਰਿਸ਼ਤੇਦਾਰ ਇੱਦਾਂ ਕਰਦੇ ਇੱਦਾਂ ਕਰਦੇ ਆ, ਮੈਂ ਉਹ ਚੀਜ਼ ਨਾਲ ਸਹਿਮਤ ਨਹੀਂ ਹੈਗਾ, ਠੀਕ ਹੈ। ਕਿਉਂਕਿ ਜਦੋਂ ਹੁਣ ਸਟੂਡੈਂਟ ਜਾਂਦਾ, ਨਾ ਤਾਂ ਕੋਲ ਕਾਰ ਹੁੰਦੀ ਨਾ ਲਾਇਸੈਂਸ ਹੁੰਦਾ,
ਉਹਨੂੰ ਬੱਚੇ ਨੂੰ ਜਿਹੜਾ ਰਿਸ਼ਤੇਦਾਰ ਹੈ ਉਹਨੂੰ ਕੰਮ 'ਤੇ ਵੀ ਛੱਡ ਕੇ ਆਉਂਦਾ ਪਹਿਲਾਂ ਸਵੇਰੇ, ਕਿਉਂਕਿ ਕੰਮ ਤਾਂ ਸਾਰਿਆਂ ਦੇ ਸਵੇਰੇ ਸ਼ੁਰੂ ਹੁੰਦੇ। ਸਹੀ ਹੈ ਜੀ। ਉਹਨੂੰ ਵੀ ਛੱਡ ਕੇ ਆਉਂਦਾ, ਉਹਨੇ ਆਪ ਵੀ ਕੰਮ 'ਤੇ ਜਾਣਾ। ਹੁਣ ਐਂ ਤਾਂ ਹੈ ਨਹੀਂ ਗਾ ਵੀ ਮਤਲਬ ਪਿੰਡ ਦੀ ਫਿਰਨੀ ਹੈ ਵੀ ਉੱਥੇ ਕੰਮ 'ਤੇ ਛੱਡਤਾ। ਹੁਣ ਸਾਡੇ ਸ਼ਹਿਰ ਦਾ ਜਿਹੜਾ ਜਿਹੜਾ ਸਾਈਜ਼ ਆ, ਇੱਕ ਪਾਸੇ ਨੂੰ 50 ਕਿਲੋਮੀਟਰ ਹੈ, ਦੂਜੇ ਪਾਸੇ ਨੂੰ 42 ਕਿਲੋਮੀਟਰ। ਠੀਕ ਹੈ। ਕਿਸੇ ਦਾ ਕੰਮ 20 ਕਿਲੋਮੀਟਰ 'ਤੇ, ਕਿਸੇ ਦਾ 30 ਕਿਲੋਮੀਟਰ 'ਤੇ ਹੈ। ਹੁਣ ਅਗਲਾ ਕੋਸ਼ਿਸ਼ ਕਰਦਾ ਵੀ ਵੱਧ ਤੋਂ ਵੱਧ ਜਿੰਨਾ ਮੈਂ ਇਹਦਾ ਕਰ ਸਕਾਂ ਕਰਾਂ। ਉਹਨੂੰ ਲੋਕ ਭੁੱਲ ਜਾਂਦੇ ਆ। ਹਾਂ। ਫਿਰ ਉਹਨੂੰ ਕੰਮ ਤੋਂ ਚੱਕ ਕੇ ਵੀ ਲਿਆਉਣਾ, ਉਹਨੂੰ ਕੰਮ 'ਤੇ ਛੱਡ ਕੇ ਵੀ ਆਉਣਾ, ਉਹਨੂੰ ਬੈਂਕ ਵੀ ਲਿਜਾਣਾ, ਡਾਕਟਰ ਦੇ ਵੀ ਲਿਜਾਣਾ, ਉਹਨੂੰ ਅਪਲਾਈ ਕਰਾਉਣ ਵੀ ਜਾਣਾ ਜਗ੍ਹਾ ਜਗ੍ਹਾ 'ਤੇ। ਉਦੋਂ ਤਾਂ ਰਿਸ਼ਤੇਦਾਰ ਤੇਲ ਵੀ ਨਹੀਂ ਮੰਗਦਾ, ਉਹਨੂੰ ਖਾਣ ਪੀਣ ਵੀ ਨਹੀਂ ਮੰਗਦਾ। ਜਦੋਂ ਫਿਰ ਰਿਸ਼ਤੇਦਾਰ ਨੂੰ ਹੁੰਦਾ ਵੀ ਚੱਲ ਹੁਣ ਇਹਨੂੰ ਟਾਈਮ ਹੋ ਗਿਆ ਵੀ ਹੁਣ ਭਾਈ ਤੂੰ ਸਾਡਾ ਕੁਛ ਵੀ ਸੋਚ ਜੀ, ਵੀ ਅਸੀਂ ਵੀ ਹੁਣ ਕੋਲੋਂ ਕਿੰਨਾ ਕਰੀ ਜਾਈਏ। ਉਦੋਂ ਫਿਰ ਕਹਿ ਦਿੰਦੇ ਵੀ ਸਾਨੂੰ ਤਾਂ ਯਾਰ ਰਿਸ਼ਤੇਦਾਰਾਂ ਨੇ ਠੱਗ ਲਿਆ। ਪਰ ਉਹ ਜਿਹੜਾ ਪਹਿਲਾਂ ਚੰਗਾ ਕੀਤਾ ਹੁੰਦਾ ਉਦੋਂ ਅੱਖਾਂ ਮੀਚ ਜਾਂਦੇ ਆ, ਉਹ ਬੱਚੇ ਦੇ ਮਾਂ ਪਿਓ ਵੀ ਅੱਖਾਂ ਮੀਚ ਜਾਂਦੇ, ਉਹ ਰਿਸ਼ਤੇ ਵੀ ਉੱਥੇ ਟੁੱਟ ਜਾਂਦੇ ਆ। ਇਹ ਤਰਾਸਦੀ ਹੈ ਔਰ ਇਹ ਮਤਲਬ ਸੱਚਾਈ ਹੈ, ਕੌੜਾ ਸੱਚ ਹੈ। ਠੀਕ ਹੈ, ਕਿਸੇ ਕੇਸ ਦੇ ਵਿੱਚ ਕੋਈ ਹੋਏਗਾ ਜਿੱਥੇ ਕੋਈ ਰਿਸ਼ਤੇਦਾਰ ਕਰਦਾ ਹੋਏਗਾ ਉਨੀ ਇੱਕੀ, ਪਰ ਸਾਰੇ ਤਾਂ ਇੱਕੋ ਜਿਹੇ ਨਹੀਂ ਹੁੰਦੇ ਗੇ। ਪਰ ਇਹ ਬਹੁਤ ਵੱਡੀ ਮਤਲਬ ਮਜੂਸੀ ਹੈ ਲੋਕ ਜਿਹਨਾਂ ਨੇ ਮੈਂ ਵੀ ਜਿਹਨਾਂ ਦਾ ਕੀਤਾ, ਅਤੇ ਖੀਰ ਨੂੰ ਜੁੱਤੀਆਂ ਪੱਲੇ ਪਈਆਂ, ਜੁੱਤੀਆਂ ਪੱਲੇ ਪਈਆਂ, ਰੱਜ ਕੇ ਪਈਆਂ। ਅਗਲਾ ਕਹਿ ਜਾਂਦਾ ਹੈ ਨਾ, ਹਾਂ ਰੱਜ ਕੇ ਪਈਆਂ। ਇੱਥੋਂ ਤੱਕ ਕਿ ਸਾਡੇ ਪਿੰਡ ਦੇ ਸੀਗੇ, ਉਹ ਬਜ਼ੁਰਗ ਸੀਗਾ, ਉਹ ਕਹਿੰਦਾ ਤੂੰ ਮੇਰਾ ਤੀਜਾ ਪੁੱਤ ਹੈ, ਅਤੇ ਜਦੋਂ ਉਹਨਾਂ ਦਾ ਮੁੰਡਾ ਚਲਿਆ ਗਿਆ ਉੱਥੇ ਕਿਸੇ ਕਾਰਨ, ਅਤੇ ਮੁੜ ਕੇ ਕਹਿੰਦੇ ਵੀ ਤੂੰ ਤਾਂ ਇਹਦਾ ਇਹਦੇ ਕਰਮਾ ਹੀ ਸੀਗਾ, ਤੂੰ ਕੌਣ ਆ, ਤੂੰ ਸਾਲਾ ਲੱਗਦਾ। ਸਕੇ ਭਰਾਵਾਂ ਦਾ ਜਾਣੀ ਇਹ, ਸਕੇ ਭੈਣ ਭਰਾਵਾਂ ਦਾ ਵੀ ਇਹੀ ਹਾਲ ਆ ਉੱਥੇ ਬਹੁਤਿਆਂ ਦਾ। ਜਿਹੜੇ ਹੁਣ ਸਟੂਡੈਂਟ ਜਾਣਗੇ ਜਾਂ ਹੁਣ ਜਾ ਰਹੇ ਆ, ਹਾਂਜੀ, ਕੀ ਲੱਗਦਾ ਮਤਲਬ ਉੱਥੇ ਕਹਿੰਦੇ ਘਰ ਬਣਾਉਣਾ ਸਭ ਤੋਂ ਵੱਡੀ ਚੁਣੌਤੀ ਹੈ, ਕਾਰ ਇਹ ਸਾਰੀਆਂ ਚੀਜ਼ਾਂ ਅਫੋਰਡ ਕਰ ਪਾਉਣਗੇ? ਉਹਦੇ 'ਚ ਇਉਂ ਆ ਵੀ ਜਿਹੜੇ ਬੱਚੇ ਅੱਜ ਕੱਲ੍ਹ ਜਾ ਰਹੇ ਆ, ਇਹਦੇ ਵਾਸਤੇ ਮੈਂ ਡੈਡ ਸ਼ੋਰ ਕਹਿ ਸਕਦਾ ਵੀ ਉਹ ਇਹ ਮਤ ਸੋਚਣ ਵੀ ਉਹ ਘਰ ਲੈ ਜਾਣਗੇ ਉੱਥੇ। ਠੀਕ ਹੈ। ਅਨਲੈਸ ਕਿ ਇੱਥੇ ਕਿਸੇ ਦਾ ਕੋਈ ਬੰਦਾ ਪੈਸੇ ਪਿੱਛੋਂ ਭੇਜ ਰਿਹਾ ਘਰ ਲੈਣ ਜੋਗੇ, ਉਹ ਇੱਕ ਅਲੱਗ ਵਿਸ਼ਾ, ਉਹ ਅਲੱਗ ਅਪਰੋਚ ਮਰਜ਼ੀ ਭੇਜ ਦਿਓ, ਅਲੱਗ ਅਪਰੋਚ ਆ। ਪਰ ਜੇ ਉੱਥੋਂ ਕਮਾ ਕੇ ਤੁਸੀਂ ਘਰ ਲੈਣਾ, ਉਹ ਪੋਸੀਬਲ ਨਹੀਂ ਹੈਗਾ। ਠੀਕ ਹੈ, ਹੈ ਹੀ ਨਹੀਂ ਪੋਸੀਬਲ, ਪੋਸੀਬਲ ਹੀ ਨਹੀਂ, ਕਿਉਂਕਿ ਪਹਿਲੀ ਗੱਲ ਤਾਂ ਕੰਮਾਂ ਦੀ ਮੁਸ਼ਕਲ ਹੈਗੀ ਹੈ, ਦੂਜੀ ਗੱਲ ਘਰ ਮਹਿੰਗੇ ਇੰਨੇ ਆ, ਤੀਜੀ ਗੱਲ ਹੈ ਉਹਦੇ ਇੰਟਰਸਟ ਰੇਟ ਇੰਨੇ ਜ਼ਿਆਦਾ ਹੈ। ਜੇ ਤੁਸੀਂ ਮੋਰਗੇਜ ਅਪਰੂਵ ਕਰਾ ਵੀ ਲਓਗੇ ਕਿਵੇਂ ਕਿਸੇ ਤਰੀਕੇ ਨਾਲ, ਹੁਣ ਅੱਜ ਕੱਲ੍ਹ ਜੇ ਤੁਸੀਂ ਘਰ ਲੈਣਾ, ਤੁਸੀਂ ਮੀਆਂ ਬੀਵੀ ਹੈ, ਤੁਹਾਡੇ ਦੋ ਬੱਚੇ ਹੈ, ਅਤੇ ਤੁਸੀਂ ਘਰ ਚਲਾਉਣਾ, $8,000 ਚਾਹੀਦਾ ਮਹੀਨੇ ਦਾ ਮਿਨੀਮਮ। 8,000 ਤਾਂ ਘੱਟ ਤੋਂ ਘੱਟ ਕਹਿ ਰਿਹਾ, ਮਿਨੀਮਮ ਮਿਨੀਮਮ ਇਹ ਚਾਹੀਦਾ ਚਾਹੀਦਾ, ਚਾਹੇ ਤੁਸੀਂ ਇੰਡੀਆ ਬੈਠੇ ਰਹੋ ਚਾਹੇ ਉੱਥੇ ਬੈਠੇ ਰਹੋ, ਉਹ ਖਰਚਾ ਜਾਣਾ ਹੀ ਜਾਣਾ। $8,000 ਤੁਸੀਂ ਕਮਾਉਂਦੇ ਕੀ ਆ, ਜਿਹੜਾ ਐਵਰੇਜ ਉੱਥੇ ਬੰਦਾ ਕਮਾਉਂਦਾ ਉਹ 3,200-3,500 ਕਮਾਉਂਦਾ ਇੱਕ ਬੰਦਾ। ਅਤੇ ਪਰ ਜੇ ਖਰਚਾ 8,000 ਹੈ, ਤੁਹਾਡਾ ਪੂਰਾ ਕਿੱਥੋਂ ਆਏਗਾ? ਔਰ ਇਹ ਚੀਜ਼ਾਂ ਸਾਰੀਆਂ ਉਦੋਂ ਨਿਕਲਦੀਆਂ ਜੋ ਤੁਸੀਂ ਲਿਖਦੇ ਆ ਪੈਨਾਂ ਨਾਲ, ਪੈਨ ਨਾਲ। ਹਾਂ, ਉੱਦਾਂ ਮੋਟਾ ਮੋਟਾ ਤਾਂ ਕਹਿ ਦਿੰਦੇ ਮੇਰੀ ਐਡੀ ਚੈੱਕ ਆ ਗਈ, ਉਹ ਚੈੱਕ ਨਹੀਂ ਹੁੰਦਾ, ਦੇਖਿਆ ਜਾਂਦਾ ਵੀ ਤੇਰਾ ਖਰਚਾ ਕਿੰਨਾ। ਖਰਚਾ ਬੈਂਕ ਵੀ ਲੋਨ ਉਦੋਂ ਦਿੰਦਾ, ਸਭ ਤੋਂ ਪਹਿਲਾਂ ਇਹ ਪੈਸਾ ਤੇਰਾ ਖਰਚਾ ਕਿੰਨਾ, ਤੇਰੀ ਕਮਾਈ ਕਿੰਨੀ ਆ, ਫਿਰ ਦੇਖਦਾ ਇਹਨੂੰ ਕਰਜ਼ਾ ਤਾਂ ਦੇਣਾ ਕਿ ਨਹੀਂ ਦੇਣਾ। ਹਾਂਜੀ। ਤੁਸੀਂ ਹੁਣ ਇੱਥੇ ਆ ਕੇ ਕਿਹੜੇ ਕਿਹੜੇ ਕੰਮ ਸ਼ੁਰੂ ਕੀਤੇ ਅਤੇ ਅੱਗੇ ਕਿਹੜਿਆਂ ਦਾ ਮਤਲਬ ਤਿਆਰੀ ਹੈ? ਇੱਥੇ ਆ ਕੇ ਅਸੀਂ ਮੇਨਲੀ ਫੂਡ ਪ੍ਰੋਸੈਸਿੰਗ ਦਾ ਸ਼ੁਰੂ ਕੀਤਾ ਜੀ। ਠੀਕ ਹੈ। ਫੂਡ ਵਿੱਚ ਕੀ? ਫੂਡ ਪ੍ਰੋਸੈਸਿੰਗ
ਕਿਸਾਨ ਦੇ ਖੇਤ 'ਚੋਂ ਮਤਲਬ ਕੱਚਾ ਮਟੀਰੀਅਲ ਚੱਕਣਾ, ਟਮਾਟਰ, ਮਿਰਚ, ਹਰੀ ਮਿਰਚ, ਲਾਲ ਮਿਰਚ, ਲਸਣ ਜੋ ਵੀ ਹੈ, ਉਹਨੂੰ ਫੈਕਟਰੀ ਦੇ ਵਿੱਚ ਉਹਦਾ ਸਮਾਨ ਬਣਾਉਣਾ, ਜਿਵੇਂ ਟਮਾਟੋ ਕੈਚਅਪ ਹੈ, ਟੋਮੈਟੋ ਸੌਸ ਹੈ, ਗ੍ਰੀਨ ਚਿੱਲੀ ਸੌਸ, ਰੈੱਡ ਚਿੱਲੀ ਸੌਸ, ਵਿਨੇਗਰ, ਗਾਰਲਿਕ ਪਾਊਡਰ, ਗਾਰਲਿਕ ਪੇਸਟ, ਜਿਹੜਾ ਆਮ ਮਤਲਬ ਬਾਹਰਲੇ ਮੁਲਕਾਂ 'ਚ ਤਾਂ ਆਮ ਉਹਦੇ ਟ੍ਰੈਂਡ ਹੈਗਾ ਵੀ ਚੀਜ਼ ਬਣੀ ਬਣਾਈ ਲਿਆਓ, ਹੈ ਨਾ, ਉਹ ਚੀਜ਼ਾਂ ਜਿਹੜੀ ਅਸੀਂ ਇੱਥੇ ਤਿਆਰ ਕਰਦੇ ਹਾਂ। ਠੀਕ ਹੈ। ਹਾਂਜੀ, ਅਤੇ ਉਹਨੂੰ ਮੈਂ ਲੋਕਾਂ ਦੇ ਜਿਹੜੇ ਮੁੰਡੇ ਕੁੜੀਆਂ ਇਸ ਦੌੜ ਦੇ ਵਿੱਚ ਨੇ ਵੀ ਅਸੀਂ ਬਾਹਰ ਜਾਣਾ ਬਾਹਰ ਜਾਣਾ, ਉਹਨਾਂ ਨੂੰ ਵੀ ਮੇਰੀ ਹੱਥ ਬੰਨ ਕੇ ਬੇਨਤੀ ਹੈ ਵੀ ਇੱਥੇ ਵੀ ਕਰਨ ਨੂੰ ਬਹੁਤ ਕੁਛ ਹੈ, ਉਹ ਥੋੜ੍ਹੇ ਪੈਸੇ ਨਾਲ ਹੈਗਾ। ਔਰ ਅਸੀਂ ਹੁਣ ਮਤਲਬ ਧੱਕੇ ਖਾ ਕੇ ਦੇਖਿਆ ਵੀ ਜਿਹੜੇ ਇੱਥੇ ਡਿਪਾਰਟਮੈਂਟ ਨੇ ਜਾਂ ਖਾਦੀ ਬੋਰਡ ਹੈ ਜਾਂ ਹੋਰ ਨੇ, ਉਹ ਕਹਿੰਦੇ ਸਾਡੇ ਕੋਲੋਂ ਹਰ ਸਾਲ ਜਿਹੜੀਆਂ ਸਬਸਿਡੀਆਂ ਨੇ, ਕਹਿ ਲਓ ਜਿਹੜੇ ਲੋਨ ਨੇ, ਉਹ ਵਾਪਸ ਚਲੇ ਜਾਂਦੇ ਨੇ ਸੈਂਟਰ ਗੌਰਮੈਂਟ ਨੂੰ। ਜਿਹੜੀਆਂ ਸਕੀਮਾਂ ਆਉਂਦੀਆਂ ਉਹ ਪੂਰੀਆਂ ਦਿੱਤੀਆਂ ਨਹੀਂ ਜਾ ਰਹੀਆਂ। ਉਹ ਕਹਿੰਦੇ ਲੈਣ ਵਾਲਾ ਹੈ ਨਹੀਂ, ਲੈਣ ਵਾਲਾ ਹੈ ਨਹੀਂ ਕੋਈ। ਹਾਂ, ਵੀ ਇਹਨੂੰ ਕਿਹਨੂੰ ਧੱਕੇ ਨਾਲ ਦੇ ਦਈਏ ਅਸੀਂ, ਕਰੋੜਾਂ ਰੁਪਈਆ ਜਾਣੀ ਵਾਪਸ ਜਾਂਦਾ। ਸੋ ਅਸੀਂ ਉਹਦੇ ਬਾਰੇ ਪੜ੍ਹਿਆ, ਵੇਖਿਆ, ਅਸੀਂ ਕੋਰਸ ਲਏ, ਅਸੀਂ ਪੈਸੇ ਦੇ ਗੌਰਮੈਂਟ ਦੇ ਪੈਸੇ ਨਾਲ ਕੰਮ ਸ਼ੁਰੂ ਕੀਤੇ ਨੇ ਅਸੀਂ। ਔਰ ਇੱਕ ਮਜ਼ੇ ਦੀ ਹੋਰ ਗੱਲ ਦੱਸਦਾ ਸਾਰੇ ਭੈਣ ਭਰਾਵਾਂ ਨੂੰ ਜਿਨ੍ਹਾਂ ਨੇ ਗੌਰਮੈਂਟ ਦੇ ਲੋਨ ਨਾਲ ਕੰਮ ਸ਼ੁਰੂ ਕਰਨਾ। ਬਹੁਤ ਸਾਰੀਆਂ ਸਕੀਮਾਂ ਨੇ ਜਿਨ੍ਹਾਂ ਦੇ ਉੱਪਰ ਕੋਈ ਗਰੰਟੀ ਨਹੀਂ, ਨਾ ਸਾਨੂੰ ਘਰ ਗਹਿਣੇ ਰੱਖਣਾ ਪੈਂਦਾ, ਨਾ ਸਾਨੂੰ ਜ਼ਮੀਨ ਗਹਿਣੇ ਰੱਖਣੀ ਪੈਂਦੀ ਹੈ। ਉਹਦੇ ਉੱਪਰ 35% ਸਬਸਿਡੀ ਵੀ ਹੈ, 10 ਲੱਖ ਤੱਕ ਲੋਨ ਹੈਗਾ, 20 ਲੱਖ ਤਾਂ ਵੀ ਹੈ, ਔਰ ਕੋਈ ਗਰੰਟੀ ਨਹੀਂ ਦੇਣੀ ਪੈਂਦੀ। ਅਤੇ ਤੁਸੀਂ ਆਪਦਾ ਕੰਮ ਉਹਨਾਂ ਨੂੰ ਚੀਜ਼ ਨਾਲ ਸ਼ੁਰੂ ਕਰ ਸਕਦੇ ਹਾਂ। ਜੇ ਕਿਸੇ ਬੰਦੇ ਨੇ ਸ਼ੁਰੂ ਕਰਨਾ, ਨਹੀਂ ਗਾਈਡਨੈਸ ਹੈਗੀ, ਸਾਡੇ ਨਾਲ ਸੰਪਰਕ ਕਰ ਸਕਦੇ, ਅਸੀਂ ਵੀ ਹੈਲਪ ਕਰ ਸਕਦੇ ਵਿੱਚ, ਕਿਉਂਕਿ ਅਸੀਂ ਤਾਂ ਹੁਣ ਸਾਰੀਆਂ ਜੁੱਤੀਆਂ ਘਸਾਈਆਂ, ਸਾਨੂੰ ਇਕੱਲੀ ਇਕੱਲੀ ਚੀਜ਼ ਦਾ ਪਤਾ। ਸਾਡੇ ਨਾਲ ਸੰਪਰਕ ਕਰੋ, ਅਸੀਂ ਵੀ ਤੁਹਾਨੂੰ ਗਾਈਡ ਕਰ ਸਕਦੇ ਹਾਂ। ਜ਼ਰੂਰੀ ਨਹੀਂ ਵੀ ਕੈਨੇਡਾ ਹੀ ਰੋਟੀ ਦਊਗਾ ਸਾਨੂੰ, ਇੱਥੇ ਵੀ ਖਾਣ ਨੂੰ ਕਰਨ ਨੂੰ ਬਹੁਤ ਕੁਛ ਹੈ। ਜਿਵੇਂ ਹੁਣ ਤੁਸੀਂ ਇੱਥੇ ਬਹਿ ਕੇ ਗੱਲਾਂ ਕਰ ਰਹੇ ਹੋ, ਕਈ ਲੋਕਾਂ ਨੇ ਥੱਲੇ ਕਮੈਂਟ ਕਰਨਾ, ਆਪ ਲਾਇਆ 25-26 ਸਾਲ ਮੁੰਡਾ ਸੈੱਟ ਕਰਿਆ ਆ, ਹੁਣ ਇੱਥੇ ਬੈਠ ਕੇ ਗਿਆਨ ਘੋਟਦਾ। ਨਹੀਂ, ਉਹਦੇ 'ਚ ਆਪਾਂ ਪਹਿਲਾਂ ਹੀ ਕਲੀਅਰ ਕਰਤਾ। ਹਾਂ, ਵੀ ਜਿਹੜਾ ਬੰਦਾ ਲੋੜਵੰਦ ਹੈ ਉਹ ਜ਼ਰੂਰ ਜਾਓ। ਠੀਕ ਹੈ, ਆਪਾਂ ਪਹਿਲਾਂ ਗੱਲ ਕਹੀਏ ਵੀ ਜਿਹੜਾ ਬੰਦਾ ਲੋੜਵੰਦ ਹੈ ਜ਼ਰੂਰ ਜਾਓ, ਜਿਹੜੇ ਬੰਦੇ ਦਾ ਸਰਦਾ ਹੈ ਉਹ ਉੱਥੇ ਜਾ ਕੇ ਦੁਖੀ ਨਾ ਹੋਵੋ। ਠੀਕ ਹੈ। ਹਾਂ, ਆਪਦੇ ਪੈਸੇ ਕਮਾ ਕੇ ਜਿਹੜਾ ਮਤਲਬ ਜੇ ਮੁੜਨਾ ਚਾਹੁੰਦਾ ਜਾਂ ਮੁੜ ਸਕਦਾ ਤਾਂ ਬਹੁਤ ਵਧੀਆ ਗੱਲ ਹੈ। ਜਦੋਂ ਇੱਥੇ ਆ ਕੇ ਮੁੜੋਗੇ, ਇੱਥੇ ਰੁਜ਼ਗਾਰ ਮਿਲੂਗਾ ਤੁਹਾਡੇ ਆਂਢ ਗੁਆਂਢ ਨੂੰ, ਤੁਹਾਡੇ ਸਕਿਆਂ ਨੂੰ, ਕਿੰਨੀਆਂ ਰੁਜ਼ਗਾਰ ਦੇ ਵੀ ਦਿਓਗੇ। ਹਾਂਜੀ ਹਾਂਜੀ, ਮੰਨ ਲਓ ਤੁਸੀਂ ਰੈਸਟੋਰੈਂਟ ਕੀਤਾ, ਇਹ 'ਚ ਕਿੰਨੇ ਬੰਦੇ ਐਡਜਸਟ ਹੋਏ ਆ ਤੁਹਾਡੇ ਨਾਲ? ਸਾਡਾ ਇੱਥੇ ਹੁਣ ਰੈਸਟੋਰੈਂਟ ਵੀ ਹੈ, ਇਹਦੇ 'ਚ ਹੁਣ ਮਤਲਬ 20-50 ਬੰਦੇ ਇਹਦੇ ਨਾਲ ਜੁੜੇ ਹੋਏ ਨੇ। ਸਾਡਾ ਫੀਡ ਫੈਕਟਰੀ ਹੈ, ਉਹ 'ਚ 150 ਬੰਦਾ ਕੰਮ ਕਰਦਾ, 150 ਬੰਦੇ ਨਾਲ 150 ਪਰਿਵਾਰ ਕੰਮ ਕਰਦਾ, ਇਕੱਲੋ ਵੀ ਉਹਦਾ ਪੜ੍ਹ ਰਿਹਾ ਬੰਦੇ ਦਾ। ਇਵੇਂ ਸਾਡਾ ਫੂਡ ਪ੍ਰੋਸੈਸਿੰਗ ਪਲਾਂਟ ਹੈ, ਉਹ 'ਚ ਸਿਰਫ ਅਸੀਂ ਬੁੜੀਆਂ ਨੂੰ ਕੰਮ ਦਿੰਦੇ ਹਾਂ। ਅੱਛਾ, ਉਹ 'ਚ ਬੁੜੀਆਂ ਨੂੰ ਕੰਮ? ਹਾਂ, ਉਹਦੇ 'ਚ ਸਾਡੀ ਮਤਲਬ ਛਾਣ ਨਾਲ ਆਇਆ ਹੈਗਾ ਵੀ ਜਿਹੜੀਆਂ ਬੁੜੀਆਂ ਆਉਂਦੀਆਂ ਵੀ ਉਹਨਾਂ 'ਚੋਂ ਦੇਖੇ ਜਾਂਦੇ ਵੀ ਲੋੜਵੰਦ ਕਿਹੜੀ ਹੈ, ਕਿਹਦੇ ਘਰ ਵਾਲਾ ਮਰਿਆ, ਕਿਹਦੇ ਘਰ ਵਾਲਾ ਨਸ਼ਾ ਕਰਦਾ, ਤੇ ਸਭ ਤੋਂ ਪ੍ਰਾਇਓਰਟੀ ਉਹਨਾਂ ਨੂੰ ਹੁੰਦੀ ਸਾਡੀ। ਹਾਂਜੀ, ਕਿਉਂਕਿ ਬੰਦੇ ਤਾਂ ਬਾਹਰ ਦਿਹਾੜੀ ਜਾ ਵੜਦੇ ਆ। ਸਹੀ ਹੈ। ਬੁੜੀਆਂ ਨੂੰ ਅਸੀਂ ਕੰਮ ਦਿੰਦੇ ਹਾਂ ਜ਼ਿਆਦਾ, ਉਸ ਲੈਵਲ 'ਤੇ ਹੈਲਪ ਹੋ ਜਾਂਦੀ ਹੈ ਭਾਈ। ਇੱਕ ਮੈਂ ਚਲੋ ਹੁਣ ਇਹ ਵਿਸ਼ੇ ਥੋੜ੍ਹਾ ਹਟ ਕੇ ਇੱਧਰ ਆਉਂਦੇ ਹਾਂ ਜੀ, ਮੈਨੂੰ ਇਹ ਵੀ ਪਤਾ ਲੱਗਿਆ ਵੀ ਤੁਸੀਂ ਲਿਖਣ ਦੇ ਵੀ ਸ਼ੌਕੀਨ ਹੋ। ਲਿਖਣ ਦਾ? ਹਾਂਜੀ, ਲਿਖਣ ਦਾ ਤਾਂ ਬਹੁਤ ਟਾਈਮ ਦਾ ਹੈਗਾ ਸ਼ੌਕ ਹੈਗਾ, ਅਤੇ ਲਿਖੀ ਦਾ ਕਾਫੀ ਗਾਣੇ, ਗਜ਼ਲਾਂ। ਗਾਣੇ, ਗਜ਼ਲਾਂ, ਕੋਈ ਇੱਕ ਗਜ਼ਲ ਜਾਂ ਮਤਲਬ ਇੱਕ ਸ਼ੇਅਰ ਜਾਂ ਕੋਈ ਗਾਣਾ ਇੱਥੇ ਸੁਣਾਈਏ? ਇੱਥੇ ਸੁਣਾ ਦੇ, ਥੋੜ੍ਹਾ ਜਿਹਾ ਮੈਨੂੰ ਦੇਖਣਾ ਪੈਣਾ। ਕੋਈ ਗੱਲ ਨਹੀਂ, ਦੇਖ ਲਓ। ਅਤੇ ਫਿਰ ਮਤਲਬ ਬੱਚਾ ਉੱਧਰ ਘਰਦੇ ਵੀ ਉੱਧਰ ਹੀ ਹੋਣਗੇ ਕਿ ਉਹ ਵੀ ਹੈ? ਹਾਂਜੀ, ਬੱਚਾ ਮੇਰਾ 21 ਸਾਲ ਦਾ ਬੇਟਾ, ਠੀਕ ਹੈ, ਪੜ੍ਹ ਰਿਹਾ, ਅਤੇ ਵਾਈਫ ਮੇਰੀ, ਅਸੀਂ ਔਨ ਆਫ ਕਰਦੇ ਹਾਂ ਉਹਦੇ ਕੋਲ। ਠੀਕ ਹੈ। ਮੈਂ ਪਰ ਜ਼ਿਆਦਾ ਟਾਈਮ ਇੱਥੇ ਹੀ ਹੁੰਦਾ ਹੈਗਾ। ਠੀਕ ਹੈ, ਤੁਸੀਂ ਯਾਦ ਰੱਖਿਓ।
ਉੱਥੇ ਫਿਰ ਘਰ ਘੁਰ ਆਪਦਾ ਬਣਿਆ ਵਾ? ਹਾਂਜੀ ਘਰ ਬਣਿਆ ਵਾ ਉੱਥੇ ਆਪਦਾ। ਠੀਕ ਹੈ, ਤੁਸੀਂ ਤੁਹਾਡੇ ਕੋਲ ਕਿੰਨੇ, ਜਿਵੇਂ ਤੁਸੀਂ ਗੱਲ ਕਰਦੇ ਸੀ ਕਿੰਨੇ ਕੁ ਬੰਦੇ ਉੱਥੇ ਜਾਂਦੇ ਸੀ ਵੀ ਯਾਰ ਆਉਣਾ ਆਪਣਾ ਬੰਦਾ ਇਹਨੂੰ ਬਾਂਹ ਫੜ ਲਈ ਇਹਦੀ ਯਾਰ? ਸਾਡੇ ਕੋਲ ਜਿਵੇਂ ਮੈਂ ਹੁਣ ਵਡਿਆਈ ਨਹੀਂ ਕਰਦਾ, ਸਾਡੇ ਬੂਹੇ ਪਹਿਲੇ ਦਿਨੇ ਖੁੱਲ੍ਹੇ ਨੇ, ਜਿੰਨੇ ਬੱਚੇ ਸਾਡੇ ਕੋਲ ਅੱਜ ਵੀ ਰਹਿੰਦੇ ਨੇ, ਮੇਰਾ ਭਤੀਜਾ, ਮੇਰੇ ਮੇਰੇ ਫਰੈਂਡ ਦਾ ਦੋਸਤ ਰਹਿੰਦਾ ਜਾਂ ਹੋਰ ਬੱਚੇ ਰਹਿੰਦੇ ਨੇ, ਅੱਜ ਤੱਕ ਅਸੀਂ ਕਿਸੇ ਤੋਂ ਪੰਜੀ ਨਹੀਂ ਲਈ, ਨਾ ਮਤਲਬ ਖਾਣ ਪੀਣ ਦਾ ਖਰਚਾ, ਨਾ ਉਹਨਾਂ ਦਾ ਰਹਿਣ ਦਾ ਖਰਚਾ। ਜਿੰਨਾ ਮਹੀਨਾ ਦੋ ਮਹੀਨੇ ਪਹਿਲਾਂ ਹੈਲਪ ਜਿੰਨੀ ਕਰ ਸਕਦੇ ਕਰੀਏ, ਉਹਨਾਂ ਨੂੰ ਕਿਹਾ ਵੀ ਤੁਸੀਂ ਆਉਣ ਜਾਣ ਦਾ ਆਪੇ ਕਰੋ, ਬਾਕੀ ਤੁਸੀਂ ਇੱਥੇ ਆਰਾਮ ਨਾਲ ਰਹੋ। ਅੱਜ ਵੀ ਰਹਿੰਦੇ ਨੇ ਸਾਡੇ ਕੋਲ ਬੱਚੇ, ਗਾਂਹ ਦੀ ਗਾਂਹ ਦੋ ਚਾਰ ਹਫ਼ਤੇ ਲਈ ਬੱਚੇ ਵੀ ਆਉਂਦੇ ਨੇ ਸਾਡੇ ਕੋਲ, ਅਸੀਂ ਕਦੇ ਉਹਨਾਂ ਤੋਂ ਕੋਈ ਪੈਸਾ ਨਹੀਂ ਲਿਆ, ਕਦੇ ਪੈਸਾ ਨਹੀਂ, ਕਿਉਂਕਿ ਉਹ ਸ਼ੁਰੂਆਤੀ ਲੈਵਲ 'ਚ ਨਾ ਦੇਣ ਜੋਗੇ ਵਿਚਾਰੇ, ਨਾ ਉਹ ਦੇਣਗੇ ਕਿੱਥੋਂ, ਕਿਉਂਕਿ ਜੋ ਗੱਲ ਆ ਉੱਥੇ ਰਹਿ ਕੇ ਵੇਖ ਕੇ ਹੈਲਪ ਕਰਨ। ਹਾਂਜੀ, ਫਿਰ ਉਹ ਜਦੋਂ ਆਪਣੇ ਮਤਲਬ ਸਰਕਲ 'ਚ ਹੋ ਜਾਂਦੇ ਆ, ਉਹਨੇ ਫਰੈਂਡ ਬਣ ਜਾਂਦੇ ਨੇ, ਉਹਨਾਂ ਕੋਲ ਚਲੇ ਜਾਂਦੇ ਨੇ, ਫਿਰ ਉਹ ਆਪਣੇ ਜੋਗੇ ਹੋ ਜਾਂਦੇ ਨੇ, ਉਹਨਾਂ ਚਿਰ ਸਾਡੀ ਬੈਕਅਪ ਰਹਿੰਦੀ ਹੈ। ਇੱਥੇ ਆ ਗਿਆ। ਹਾਂਜੀ, ਇੱਕ ਮੈਂ ਲਿਖਿਆ ਸੀ ਤ੍ਰਾਸਦੀ, ਮਤਲਬ ਪੰਜਾਬ ਦੀ ਤ੍ਰਾਸਦੀ 'ਤੇ ਕੁਛ ਲਿਖਿਆ ਸੀਗਾ। ਜੀ ਜੀ ਜੀ। ਕੀ ਹੋ ਗਿਆ ਦੇਸ਼ ਪੰਜਾਬ ਨੂੰ ਅੱਗ ਲੱਗੀ ਚੰਗਾ ਜੀ, ਇੱਥੇ ਰੋਜ਼ ਹੀ ਅਬਲਾ ਲੁੱਟ ਹੁੰਦੀ ਅਤੇ ਟੁੱਟਣ ਵਾਂਗਾ। ਵਾਹ ਵਾਹ। ਕੀ ਹੋ ਗਿਆ ਦੇਸ਼ ਪੰਜਾਬ ਨੂੰ ਅੱਗ ਲੱਗੀ ਚੰਗਾ, ਇੱਥੇ ਰੋਜ਼ ਹੀ ਅਬਲਾ ਲੁੱਟ ਹੁੰਦੀ ਅਤੇ ਟੁੱਟਣ ਵਾਂਗਾ, ਨਸ਼ੇ ਨਾਲ ਰੋਜ਼ ਜਵਾਨੀ ਗਰਕਦੀ ਨਾ ਸ਼ਰਮਾ ਸੰਗਾ, ਦੁਖੀ ਹੋ ਬੁੱਢੜੇ ਮਾਪੇ ਵਿਲਕਦੇ ਮੱਥੇ ਪਟਕਣ ਕੰਧਾਂ, ਇੱਥੇ ਵਾਲੀ ਵਾਰਸ ਕੋਈ ਨਹੀਂ ਦੇਸ਼ ਹੱਥ ਮਲੰਗਾ, ਦੋਨੀ ਹੱਥੀ ਦੇਸ਼ ਨੂੰ ਲੁੱਟਦੇ ਅਤੇ ਲਾਉਂਦੇ ਡੰਜਾਂ, ਤਾਰ ਬਰਾੜਾ ਜਵਾਨੀ ਰੋਕ ਲੈ ਨਹੀਂ ਤੇ ਉੱਡ ਗਈ ਵਾਂਗ ਪਤੰਗਾ, ਨਹੀਂ ਤੇ ਉੱਡ ਗਈ ਵਾਂਗ ਪਤੰਗਾ। ਸਹੀ ਗੱਲ ਹੈ। ਸੋ ਬਸ ਇਸ ਤਰ੍ਹਾਂ ਸ਼ੌਂਕ ਪੂਰਾ ਕਰ ਲਈਦਾ ਜੀ। ਸੋ ਗਾਣੇ ਗੁਣੇ ਵੀ ਲਿਖ ਲਈਦੇ ਆ। ਗਾਣੇ ਵੀ? ਹਾਂਜੀ। ਕੋਈ ਕੋਈ ਗਾਣਾ ਮਤਲਬ, ਚਲੋ ਇੱਕ ਐਂ ਹੁੰਦਾ ਵੀ ਤਾਂ ਤੁਸੀਂ ਕੋਈ ਇੱਕ ਤਾਂ ਯਾਦ ਹੁੰਦਾ ਜਾਂ ਜਿਹੜਾ ਆਪਦੇ ਮਨ ਨੂੰ ਲੱਗਿਆ ਹੁੰਦਾ, ਕੋਈ ਅਜਿਹੀਆਂ ਕੋਈ ਦੋ ਲੈਣਾ। ਇੱਕ ਮੈਂ ਜੁਗਣੀ ਲਿਖ ਰਿਹਾ ਜੀ ਕਿਸੇ ਕਲਾਕਾਰ ਵਾਸਤੇ। ਠੀਕ ਹੈ, ਕਲਾਕਾਰ ਵਾਸਤੇ? ਹਾਂਜੀ ਠੀਕ ਹੈ। ਨਾਂ ਨਹੀਂ ਲਵਾਂਗਾ, ਨਾ ਮੈਂ ਹੁਣ ਪੂਰਾ ਡਿਸਕਲੋਜ਼ ਕਰਾਂਗਾ। ਠੀਕ ਹੈ, ਉਹਦਾ ਮੈਂ ਥੋੜ੍ਹਾ ਜਿਹਾ ਤੁਹਾਨੂੰ ਵੰਨਗੀ ਸੁਣਾ ਦਿੰਦਾ ਉਹਦੀ। ਜੀ 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 ਜੀ। ਵੀਰ ਮੇਰਿਆ ਜੁਗਣੀ ਰੋਂਦੀ ਆ, ਬੈਠੀ ਵਹਿਣ ਜ਼ੁਲਮ ਦੇ ਪਾਉਂਦੀ ਆ। ਜੁਗਣੀ ਆਮ ਤੌਰ 'ਤੇ ਗਾਏ ਵੀਰ ਮੇਰਿਆ ਜੁਗਣੀ, ਹਾਸੇ ਠੱਠੇ ਖੁਸ਼ੀਆਂ ਵਾਲੇ ਗਾਲੇ, ਇਹ ਉਹਦੇ ਆਪੋਜ਼ਿਟ ਹੈ। ਵੀਰ ਮੇਰਿਆ ਜੁਗਣੀ ਰੋਂਦੀ ਆ, ਬੈਠੀ ਵਹਿਣ ਜ਼ੁਲਮ ਦੇ ਪਾਉਂਦੀ ਆ। ਕੀ ਕਰਾਂ ਮੈਂ ਉਹਨਾਂ ਫਸਲਾਂ ਨੂੰ ਜੋ ਖਾ ਗਈਆਂ ਸਾਡੀਆਂ ਨਸਲਾਂ ਨੂੰ, ਕੀ ਕਰਾਂ ਮੈਂ ਉਹਨਾਂ ਫਸਲਾਂ ਨੂੰ ਜੋ ਖਾ ਗਈਆਂ ਸਾਡੀਆਂ ਨਸਲਾਂ ਨੂੰ, ਪਰਦੇਸੀ ਤੜਫੇ ਕਿਤੇ ਵਤਨਾਂ ਨੂੰ, ਕਿਤੇ ਬੋਰ ਨਹੀਂ ਪੈਂਦਾ ਯਤਨਾਂ ਨੂੰ, ਚਿੱਟਾ ਪੀ ਪੀ ਗੱਭਰੂ ਮਰ ਰਹੇ ਨੇ, ਬੈਠੀ ਮਾਂ ਕੀਰ ਨੇ ਪਾਉਂਦੀ ਹੈ, ਵੀਰ ਮੇਰਿਆ ਜੁਗਣੀ ਰੋਂਦੀ ਹੈ, ਬੈਠੀ ਵੈਣ ਜ਼ੁਲਮ ਦੇ ਪਾਉਂਦੀ ਹੈ, ਜਿੱਥੇ ਲੀਡਰ ਚਿੱਟਾ ਵੇਚਣ ਬਈ ਸਾਡੀਆਂ ਲਾਸ਼ਾਂ ਅੱਗ 'ਤੇ ਸੇਕਣ ਬਈ, ਜਿੱਥੇ ਲੀਡਰ ਚਿੱਟਾ ਵੇਚਣ ਬਈ ਸਾਡੀਆਂ ਲਾਸ਼ਾਂ ਸਾਡੀਆਂ ਅੱਗ 'ਤੇ ਸੇਕਣ ਬਈ, ਸਾਡੀਆਂ ਵੋਟਾਂ ਦੀ ਉਹ ਲਾ ਕੇ ਧੋਣੀ, ਬੈਠ ਕੁਰਸੀ 'ਤੇ ਕਰਦੇ ਖੇਖਣ ਬਈ, ਕਿਤੇ ਗਰੀਬ ਤੜਫਦਾ ਰੋਟੀ ਨੂੰ, ਨਾ ਬਰਕਤ ਕਿਧਰੇ ਪਾਉਂਦੀ ਹੈ, ਵੀਰ ਮੇਰਿਆ ਜੁਗਣੀ ਰੋਂਦੀ ਹੈ। ਸਹੀ ਹੈ। ਸੋ ਇਸ ਤਰ੍ਹਾਂ ਦੇ ਚੱਲਦਾ ਰਹਿੰਦਾ ਸ਼ੁਗਲ। ਨਹੀਂ ਠੀਕ ਹੈ, ਚਾਹੀਦਾ। ਅੱਛਾ, ਇੱਕ ਇੱਕ ਆਪਾਂ ਗੱਲ ਕਰ ਰਹੇ ਸੀ, ਉਹ ਕੀ ਸੀ ਬਲੈਕ, ਤੁਸੀਂ ਗੱਲ ਕਰ ਰਹੇ ਸੀ ਵਰਡ, ਕਿ ਕੀ ਸ਼ਬਦ ਵਰਤ ਰਹੇ ਸੀ ਤੁਸੀਂ?
ਅੱਛਾ ਬਲੈਕ ਮਾਰਕੀਟ ਵਾਲੀ ਜਾਂ ਉਸ ਤਰ੍ਹਾਂ ਦਾ ਰਿਲੇਟਡ ਸੀ ਉਹ ਬਲੈਕ ਵੈਬ। ਬਲੈਕ ਵੈਬ ਹਾਂਜੀ, ਬਲੈਕ ਵੈਬ ਵੀ ਇੱਕ ਬੜੀ ਅਨੋਖੀ ਅਤੇ ਖਤਰਨਾਕ ਜੀ ਚੀਜ਼ ਆ ਉਹ। ਬਲੈਕ ਵੈਬ ਸ਼ਾਇਦ ਇੰਡੀਆ 'ਚ ਬਹੁਤ ਘੱਟ ਜੋ ਲੋਕ ਜਾਣਦੇ ਆ, ਬਾਹਰ ਬਹੁਤ ਪਤਾ ਲੋਕਾਂ ਨੂੰ। ਜਿਵੇਂ ਆਪਣੀਆਂ ਬਾਕੀ ਵੈਬਸਾਈਟਸ ਹੁੰਦੀਆਂ ਹੈਗੀਆਂ, ਜਿਵੇਂ ਗੂਗਲ ਇੰਜਣ ਹੈ, ਯਾਹੂ ਇੰਜਣ ਹੈ ਜਾਂ ਫੇਸਬੁੱਕ ਇੰਜਣ ਹੈ, ਹੈ ਨਾ। ਇਸ ਤਰ੍ਹਾਂ ਹੀ ਉਹ ਜਿਹੜਾ ਬਲੈਕ ਵੈਬ ਇੱਕ ਇੰਜਣ ਹੈ, ਬਲੈਕ ਮਤਲਬ ਅਲੱਗ ਤਰ੍ਹਾਂ ਦਾ, ਉਹ ਖਤਰਨਾਕ ਚੀਜ਼ ਹੈ। ਕਿਸ ਤਰੀਕੇ? ਬਹੁਤ ਖਤਰਨਾਕ। ਕਿਸ ਤਰ੍ਹਾਂ ਕਿ ਉਹ ਉਹਨਾਂ ਨੂੰ ਵੀ ਜਿਹੜੇ ਲੋਕ ਕੰਟਰੋਲ ਕਰਦੇ ਨੇ, ਉਹਦੇ 'ਚ ਉਹ ਚੀਜ਼ਾਂ ਨੇ ਜਿਹੜੀਆਂ ਤੁਸੀਂ ਤੁਹਾਡੇ ਜਾਣੀ ਸੋਚਣ ਦੇ ਲੈਵਲ ਤੋਂ ਵੀ ਬੀਯੋਂਡ ਨੇ, ਪਰਾਂ ਨੇ। ਠੀਕ ਹੈ। ਜਿਹੜੀਆਂ ਆਮ ਪਬਲਿਕ 'ਚ ਮਤਲਬ ਹਜੇ 10 ਸਾਲ 20 ਸਾਲ ਨੂੰ ਪਤਾ ਲੱਗਣਾ ਹੁੰਦਾ, ਉਹਦੇ ਵਿੱਚ ਪ੍ਰੋਟੈਕਸ਼ਨਾਂ ਉਹਦੀਆਂ ਜਾਂ ਸੱਚਾਈਆਂ ਜਾਂ ਚੀਜ਼ਾਂ ਪਹਿਲਾਂ ਹੀ ਉਹਦੇ ਵਿੱਚ ਉਹ ਸੁਣਨ ਮਿਲ ਜਾਂਦੀਆਂ ਦੇਖਣ ਨੂੰ, ਪਰ ਉਹ ਹਰੇਕ ਬੰਦਾ ਉਹ 'ਚ ਐਂਟਰ ਨਹੀਂ ਕਰ ਸਕਦਾ। ਐਂਟਰ ਹੋਣ ਵਾਸਤੇ ਉਹ 'ਚ ਸਾਈਨ ਅਪ ਕਰਨਾ ਪੈਂਦਾ, ਸਾਈਨ ਅਪ ਵਾਸਤੇ ਵੀ ਬਹੁਤ ਵੱਡਾ ਉਹ 'ਚ ਰਿਸਕ ਆ। ਠੀਕ ਹੈ। ਰਿਸਕ ਕੀ ਹੈਗਾ ਕਿ ਉਹਦੇ 'ਚ ਤੁਹਾਨੂੰ ਮਤਲਬ ਇੱਕ ਤਰ੍ਹਾਂ ਦਾ ਐਫੀਡੈਵਿਟ ਦੇਣਾ ਪੈਂਦਾ ਵੀ ਮੈਂ ਇਹ ਗੱਲ ਲੀਕ ਨਹੀਂ ਕਰੂੰਗਾ ਅਤੇ ਮੈਂ ਗੱਲ ਕਿਤੇ ਸ਼ੇਅਰ ਨਹੀਂ ਕਰੂੰਗਾ। ਜੇ ਮਤਲਬ ਜਿਹੜੇ ਬੰਦੇ ਨੂੰ ਰਨ ਕਰ ਰਹੇ ਨੇ ਸਿਸਟਮ ਨੂੰ, ਜੇ ਉਹਨਾਂ ਨੂੰ ਪਤਾ ਲੱਗ ਜੇ ਵੀ ਇਹ ਬੰਦਾ ਲੀਕ ਕਰ ਰਿਹਾ ਜਾਂ ਕੁਛ ਵੀ ਹੈ, ਤਾਂ ਸ਼ਾਇਦ ਉਹਦਾ ਨੁਕਸਾਨ ਵੀ ਹੋ ਜਾਂਦਾ। ਓਕੇ। ਹਾਂਜੀ, ਕਾਫੀ ਖਤਰਨਾਕ ਚੀਜ਼ ਆ। ਪਰ ਉਹਦੇ 'ਚ ਚੀਜ਼ਾਂ ਉਹ ਨੇ ਜਿਹੜੀਆਂ ਸਰਕਾਰੀ ਲੈਵਲ 'ਤੇ ਜਾਂ ਇੱਕ ਜਾਂ ਕਿ ਜਿਹੜੇ ਕੋਪਰੇਟਰ ਕੰਪਨੀਆਂ ਨੇ ਜਾਂ ਅਦਾਰੇ ਨੇ ਜਾਂ ਘਰਾਣੇ ਨੇ, ਉਹਨਾਂ ਵੱਲੋਂ ਤਿਆਰ ਕੀਤੀਆਂ ਜਾਂਦੀਆਂ ਜਾਣ ਬੁੱਝ ਕੇ ਕਿਸੇ ਦੇਸ਼ ਨੂੰ ਡਾਊਨ ਕਰਨ ਬਾਰੇ ਜਾਂ ਕਿੱਥੇ ਕੋਈ ਐਜੀਟੇਸ਼ਨ ਖੜ੍ਹੇ ਕਿਵੇਂ ਕਰਾਉਣੇ ਨੇ ਵਗੈਰਾ ਵਗੈਰਾ, ਉਹ ਚੀਜ਼ਾਂ ਹੁੰਦੀਆਂ, ਉਹ ਚੀਜ਼ਾਂ ਉਹ ਤੁਹਾਨੂੰ ਮਿਲ ਜਾਂਦੀਆਂ ਦੇਖਣ ਨੂੰ। ਮਿਲ ਜਾਂਦੀਆਂ। ਹਾਂਜੀ ਬਈ, ਇੱਕ ਮੈਂ ਪਹਿਲਾਂ ਵੀ ਆਪਾਂ ਥੋੜ੍ਹੀ ਜਿਹੀ ਗੱਲ ਕੀਤੀ, ਪਰ ਮੈਂ ਖੁਦ ਕੀ ਕਰ ਗਏ, ਕੁੜੀਆਂ ਲਈ ਕਿਵੇਂ ਹੈ ਕੈਨੇਡਾ? ਕੁੜੀਆਂ ਲਈ ਖਾਸ ਕਰਕੇ ਜਿਹੜੇ ਸਟੂਡੈਂਟ ਬੱਚੇ ਜਾਂਦੇ ਨੇ ਕੁੜੀਆਂ, ਉਹਨਾਂ ਵਾਸਤੇ ਮਤਲਬ ਕਾਫੀ ਅਲਾਰਮਡ ਸਿਚੁਏਸ਼ਨ ਆ। ਅਲਾਰਮਡ ਸਿਚੁਏਸ਼ਨ ਮਤਲਬ ਜੇ ਪੰਜਾਬੀ ਭਾਸ਼ਾ 'ਚ ਕਹੋ ਵੀ ਚਿੰਤਾਜਨਕ ਚੀਜ਼ ਆ ਉਹ, ਵੀ ਜਿਹਨਾਂ ਦੇ ਬੱਚੇ ਗਏ ਨੇ ਜਾਂ ਜਾਂਦੇ ਨੇ ਉਸ ਚੀਜ਼ 'ਤੇ ਨਿਗਾਹ ਜ਼ਰੂਰ ਰੱਖੋ। ਉਹਨਾਂ ਬੱਚਿਆਂ ਨੂੰ ਤੁਸੀਂ ਫੋਰਸ ਨਾ ਕਰੋ ਵੀ ਸਾਨੂੰ ਪੈਸੇ ਭੇਜ, ਇਹ ਬਿਲਕੁਲ ਨਾ ਕਹੋ ਤੁਸੀਂ ਉਹਨਾਂ ਨੂੰ ਸਾਨੂੰ ਪੈਸੇ ਭੇਜ, ਕਿਉਂਕਿ ਉਹਨਾਂ ਵਿਚਾਰਿਆਂ ਦਾ ਖੁਦ ਦਾ ਨਹੀਂ ਸਰਦਾ ਉੱਤੇ। ਜੇ ਕੋਈ ਕੁੜੀ ਪੈਸੇ ਭੇਜਦੀ ਹੈ ਤਾਂ ਮੈਨੂੰ ਪਤਾ ਵੀ ਉਹ ਕਿਵੇਂ ਕਿਵੇਂ ਭੇਜਦੀ ਹੈ, ਬਹੁਤ ਲੋਕਾਂ ਨੂੰ ਪਤਾ ਕਿਵੇਂ ਕਿਵੇਂ ਭੇਜਦੀ ਹੈ, ਕਿੱਥੋਂ ਪੈਸੇ ਬਣਦੇ ਨੇ, ਕਿਰਾਏ ਨਹੀਂ ਪੂਰੇ ਹੁੰਦੇ ਗੇ। ਸੋ ਕੁੜੀਆਂ ਦੀ ਜਿਵੇਂ ਮਿਸਯੂਜ ਦੀ ਗੱਲ ਪਹਿਲਾਂ ਵੀ ਆਪਾਂ ਕੀਤੀ ਹੈ, ਮਿਸਯੂਜ ਹੁੰਦੀ ਹੈ। ਜਿਹਨੇ ਬੱਚਾ ਭੇਜਣਾ ਉਹਦਾ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਉਹਨੇ ਰਹਿਣਾ ਕਿਹਦੇ ਕੋਲ ਹੈ ਜੀ। ਪਰ ਤ੍ਰਾਸਦੀ ਇਹ ਹੈ, ਮਜੂਸੀ ਇਹ ਹੈ ਵੀ ਅਸੀਂ ਵਪਾਰੀ ਹੋ ਗਏ, ਸਭ ਤੋਂ ਵੱਡੇ ਵਪਾਰੀ ਅਸੀਂ ਹਾਂ ਪੰਜਾਬੀ। ਇੰਡੀਆ 'ਚ ਹੋਰ ਬੱਚੇ ਜਾਂਦੇ ਨੇ ਬਹੁਤ, ਉਹ ਜਿਸ ਤਰ੍ਹਾਂ ਸਾਡੇ ਬੱਚੇ ਪੰਜਾਬੀ ਸ਼ਿਕਾਰ ਹੁੰਦੇ ਨੇ, ਉਹ ਬਾਕੀ ਇੰਡੀਆ ਦੀ ਸਟੇਟਾਂ ਦੇ ਬੱਚੇ ਇਸ ਤਰ੍ਹਾਂ ਸ਼ਿਕਾਰ ਨਹੀਂ ਹੁੰਦੇ। ਅੱਛਾ ਜੀ। ਨਹੀਂ, ਕਿਵੇਂ? ਕਿਉਂਕਿ ਉਹ ਕਿਸੇ ਲੈਵਲ 'ਤੇ ਪੱਕੇ ਪੈਰੀ ਜਾਂਦੇ ਨੇ, ਪਰ ਅਸੀਂ ਵਪਾਰੀ ਹੈ। ਵਪਾਰੀ ਕੀ ਹੈ ਵੀ ਵੀਜ਼ਾ ਆ ਗਿਆ, ਟਿਕਟ ਲਈ, ਕੁੜੀ ਨੂੰ ਚੜਾ ਦਿਓ। ਪਰ ਉਸ ਤੋਂ ਪਹਿਲਾਂ ਅਸੀਂ ਕੀ ਕਰਦੇ ਹਾਂ ਵੀ ਹੁਣ ਬੱਚੀਆਂ ਸਭ ਦੇ ਘਰ ਘਰ ਬੱਚੀਆਂ ਨੇ, ਬਹੁਤ ਬੱਚੀਆਂ ਇਹੋ ਜਿਹੀਆਂ ਅਸੀਂ ਉਹਨੂੰ ਪਿੰਡ ਦੀ ਹੱਟੀ 'ਤੇ ਨਹੀਂ ਜਾਣ ਦਿੰਦੇ, ਅਤੇ ਉਹਨੇ ਸ਼ਹਿਰ ਤਾਂ ਵਿਚਾਰੇ ਨੇ ਜਾਣਾ ਕੀ ਹੁੰਦਾ, 12 ਪੜ੍ਹਿਆ ਬੱਚਾ ਕੀ ਹੁੰਦਾ, ਕੁਛ ਵੀ ਨਹੀਂ ਹੁੰਦਾ। ਪਰ ਜਦੋਂ ਵੀਜ਼ਾ ਆ ਜਾਂਦਾ ਤਾਂ ਅਸੀਂ ਉਹਨੂੰ ਧੱਕਾ ਲਾ ਕੇ ਜਹਾਜ਼ ਚੜ੍ਹਾ ਦਿੰਦੇ ਵੀ ਚੜ੍ਹ ਜਾ,
ਜਿਹੜੀ ਵਿਚਾਰੀ ਕਦੇ ਹੱਟੀ ਨਹੀਂ ਗਈ ਗੀ, ਅਤੇ ਉਹਨੂੰ ਅਸੀਂ ਕੈਨੇਡਾ ਭੇਜ ਦਿੰਦੇ ਹਾਂ। ਔਰ ਸਾਨੂੰ ਚੰਗੀ ਤਰ੍ਹਾਂ ਇਹ ਵੀ ਨਹੀਂ ਪਤਾ ਵੀ ਉਹਨੇ ਰਹਿਣਾ ਕਿਹਦੇ ਕੋਲ, ਜੇ ਕਿਹਦੇ ਕੋਲ ਰਹਿਣਾ ਉੱਥੇ ਉਹ ਆਪ ਕਿਵੇਂ ਰਹਿ ਰਿਹਾ, ਉੱਥੇ ਕਿੰਨਾ ਖਰਚਾ ਹੈਗਾ, ਉੱਥੇ ਰਹਿਣ ਸਹਿਣ ਉਹਦਾ ਕਿਵੇਂ ਆ, ਜਾਂ ਉਹ ਬੱਚਾ ਗਾਂਹ ਵਾਲਾ ਕਿਵੇਂ ਹੈ। ਨਹੀਂ ਬਸ ਤੂੰ ਚੜ੍ਹ ਜਾ ਛੇਤੀ ਜਾ, ਫਿਰ ਸਾਨੂੰ ਛੇਤੀ ਬੁਲਾ ਲਈ। ਸੋ ਇਹ ਬੇਨਤੀ ਆ ਹੱਥ ਬੰਨ ਕੇ ਜਿਨ੍ਹਾਂ ਦੇ ਬੱਚੇ ਜਾ ਰਹੇ ਨੇ, ਇਹ ਨਾ ਧੱਕਾ ਕਰੋ ਉਹਨਾਂ ਨਾਲ। ਪਹਿਲੀ ਗੱਲ, 12 ਪੜ੍ਹੇ ਬੱਚੇ ਨੂੰ ਇੱਥੋਂ ਜਾਣਾ ਹੀ ਨਹੀਂ ਚਾਹੀਦਾ। ਉਸ ਤੋਂ ਬਾਅਦ ਵੀ ਹੋਰ ਤਰੀਕੇ ਨੇ ਜਾਣ ਦੇ, ਔਰ ਬਿਨਾਂ ਪੈਸੇ ਤੋਂ ਨੇ। ਇੱਥੇ ਜੇ ਬੱਚਾ BA ਤੋਂ ਬਾਅਦ ਜੇ ਕੋਈ ਡਿਗਰੀ ਕਰਦਾ, ਜਿਹੜੇ ਪੜ੍ਹਨ ਵਾਲੇ ਬੱਚੇ, ਮੈਂ ਉਹਨਾਂ ਦੀ ਗੱਲ ਕਰਦਾ, ਜਿਹੜੇ ਨਲਾਇਕ ਨੇ ਮੇਰੇ ਅੱਗੇ ਉਹਨਾਂ ਦੀ ਗੱਲ ਅਲੱਗ ਹੈ। ਪੜ੍ਹਨ ਵਾਲੇ ਬੱਚੇ ਜਦੋਂ ਕੋਈ ਇੱਥੇ ਡਿਗਰੀ ਕਰ ਲੈਂਦੇ ਨੇ ਜਾਂ ਵਧੀਆ ਡਿਪਲੋਮਾ ਜਾਂ ਕੋਈ, ਹੈ ਨਾ, ਫਿਰ ਉਦੋਂ ਪੁਆਇੰਟ ਬੇਸ 'ਤੇ ਜਾ ਸਕਦੇ ਆ। ਉਹ ਗੌਰਮੈਂਟ ਵੀਜ਼ਾ ਦਿੰਦੀ ਤੁਹਾਨੂੰ ਪੁਆਇੰਟ ਬੇਸ ਦਾ। ਇੱਥੋਂ PR ਜਾਂਦਾ ਬੰਦਾ, ਨਾ ਕਿਸੇ ਵਰਕ ਪਰਮਿਟ ਦੀ ਲੋੜ ਆ, ਨਾ ਕਿਸੇ ਹੋਰ ਚੀਜ਼ ਦੀ ਲੋੜ ਆ, ਸਿਰਫ ਟਿਕਟ ਲੱਗਣੀ ਤੁਹਾਡੀ। ਔਰ ਬਾਹਲੀਆਂ ਕੰਪਨੀਆਂ ਜੇ ਤੁਹਾਨੂੰ ਹਾਇਰ ਕਰਦੀਆਂ ਉਹ ਟਿਕਟ ਵੀ ਕੋਲੋਂ ਲਾਉਂਦੀਆਂ। ਪਰ ਅਸੀਂ ਕੀ ਆ ਵੀ ਬਸ ਹੁਣ 12 ਕਰ ਲਈਏ, ਬੱਚਾ ਭੇਜ ਦਿਓ। ਸੋ ਬੱਚੀਆਂ ਦੇ ਮਾਮਲੇ 'ਚ ਖਾਸ ਕਰਕੇ ਸਾਨੂੰ ਇਹ ਨਹੀਂ ਕਰਨਾ ਚਾਹੀਦਾ। ਨਹੀਂ ਨਹੀਂ ਜੀ, ਬਹੁਤ ਬਹੁਤ ਧੰਨਵਾਦ ਬਾਈ ਜੀ। ਧੰਨਵਾਦ ਬਾਈ, ਸਮਾਂ ਦਿੱਤਾ ਤੁਹਾਡੀ ਟੀਮ ਦਾ, ਸਾਰਿਆਂ ਦਾ ਧੰਨਵਾਦ, ਬਹੁਤ ਸ਼ੁਕਰੀਆ। ਥੈਂਕ ਯੂ। ਤਾਂ ਗੱਲਬਾਤ ਕੀਤੀ ਬਾਈ ਜੀ ਨਾਲ, ਕੈਨੇਡਾ ਦੇ ਮਾਹੌਲ 'ਤੇ ਛੱਡ ਕੇ ਬਾਈ ਜੀ ਆਏ ਆ, ਉੱਥੋਂ ਦੇ ਹਾਲਾਤ ਕੀ ਨੇ, ਅੱਗੇ ਹਾਲਾਤ ਕੀ ਹੋਣਗੇ, ਤਾਂ ਉਹਨਾਂ ਨੇ ਬੜੀ ਖੁੱਲ੍ਹ ਕੇ ਗੱਲਬਾਤ ਕੀਤੀ ਆਪਣੇ ਤਜਰਬੇ ਦੇ ਵਿੱਚੋਂ। 26 ਸਾਲ ਉਹਨਾਂ ਨੇ ਕੈਨੇਡਾ ਦੇ ਵਿੱਚ ਲਾਏ ਆ, ਹੁਣ ਉੱਥੇ ਆਪਦਾ ਛੱਡ ਕੇ ਭਾਰਤ ਦੇ ਵਿੱਚ ਉਹਨਾਂ ਨੇ ਕੰਮ ਸ਼ੁਰੂ ਕੀਤਾ, ਪੰਜਾਬ ਦੇ ਵਿੱਚ ਆ ਕੇ ਕੰਮ ਸ਼ੁਰੂ ਕੀਤਾ, ਵੱਖੋ ਵੱਖਰੇ ਕੰਮ ਕਰ ਰਹੇ ਆ। ਉਹ ਇਹ ਵੀ ਕਹਿ ਰਹੇ ਆ ਕਿ ਜੇ ਕਿਸੇ ਨੇ ਨਹੀਂ ਜਾਣਾ, ਮਤਲਬ ਜੇ ਤਾਂ ਕਿਸੇ ਦੇ ਜਾਣਾ ਹੀ ਜਾਣਾ, ਪੱਕਾ ਹੀ ਮਾਣਾ ਤਾਂ ਵੱਖਰੀ, ਪਰ ਇੱਥੇ ਵੀ ਉਹ ਮਦਦ ਕਰ ਸਕਦੇ, ਇੱਥੇ ਬੜੇ ਕੰਮ ਹੈ, ਸੋ ਇੱਥੇ ਵੀ ਕੰਮ ਕੀਤੇ ਜਾ ਸਕਦੇ ਆ। ਫਿਰ ਉਹਨੇ ਇੱਕ ਗੱਲ ਹੋਰ ਕਲੀਅਰ ਕੀਤੀ ਹੈ ਕਿ ਮੈਂ ਨਹੀਂ ਕਹਿੰਦਾ ਕਿ ਨਾ ਜਾਓ, ਪਰ ਉਹ ਜਾਓ ਜਿਹਦਾ ਸਰਦਾ ਹੀ ਨਹੀਂ, ਜਿਹਦਾ ਸਰਦਾ ਉਹ ਇੱਥੇ ਰਹੋ। ਤਾਂ ਬਾਈ ਨੇ ਆਪਣੇ ਤਜਰਬੇ ਦੇ ਵਿੱਚੋਂ ਬੜੀਆਂ ਗੱਲਾਂ ਦੱਸੀਆਂ, ਬੜੀਆਂ ਤੁਹਾਡੀ ਜ਼ਿੰਦਗੀ 'ਚ ਕੰਮ ਆਉਣ ਵਾਲੀਆਂ ਗੱਲਾਂ। ਉਮੀਦ ਹੈ ਤੁਹਾਨੂੰ ਇਹ ਇੰਟਰਵਿਊ ਪਸੰਦ ਆਵੇਗੀ। ਹੋਰ ਇਸ ਤਰੀਕੇ ਦੀਆਂ ਇੰਟਰਵਿਊ ਦੇਖਦੇ ਰਹੋ ਲੋਕ ਆਵਾਜ਼ TV।